Loving Father, we want to thank you and praise you. We commit this word into your hands, Lord. Let your word minister to us. Help us to run with it, that we may, Lord, be acceptable in your sight. Thank you, Father, in the name of our Lord Jesus, we pray. Amen. Amen. Today's verse is from Romans 8, chapter 7th verse. Ajda jada sandesh hai ga, Romeo di kitab to hai ga, 8th chapter te 7th verse. Here Paul is talking to believers. ਅਤੇ ਪੌਲ ਜਿਹੜਾ ਹੈਗਾ ਵਿਸ਼ਵਾਸੀਆਂ ਨਾਲ ਗੱਲ ਕਰਦਾ ਪਿਆ ਹੀ ਸਟਾਰਟਸ ਵਿਦ ਦੇਰਫੋਰ ਦੇਰ ਇਜ਼ ਨੋ ਕੰਡਮਨੇਸ਼ਨ ਫੋਰ ਦੋਸ ਹੂ ਆਰ ਇਨ ਕ੍ਰਾਈਸਟ ਜੀਸਸ ਇਨ ਵਰਸ 1 ਆਫ 8 ਹੂ ਵਾਕ ਨਾਟ ਅਕੋਰਡਿੰਗ ਟੂ ਦਾ ਫਲੈਸ਼ ਬਟ ਅਕੋਰਡਿੰਗ ਟੂ ਦਾ ਸਪਿਰਿਟ ਹੀ ਗੋਜ਼ ਔਨ ਟੂ ਐਕਸਪਲੇਨ ਵਾਟ ਇਟ ਇਜ਼ ਟੂ ਵਾਕ ਇਨ ਦਾ ਸਪਿਰਿਟ ਓਕੇ ਯੂ ਵਾਂਟ ਮੀ ਟੂ ਰੀਡ ਇਟ ਯਾ ਰੀਡ ਫਸਟ ਵਰਸ ਰੋਮੀਓ ਚੈਪਟਰ 8 ਦਾ ਪਹਿਲਾ ਵਰਸ ਹੈਗਾ ਅਤਾਬ ਜੋ ਮਸੀਹ ਯਿਸੂ ਮੇ ਹੈ उन पर दंड की आज्ञा नहीं क्योंकि वो शरीर के अनुसार नहीं वरन आत्मा के अनुसार चलते हैं नाउ ही कम्स डाउन टू वर्स 7 एंड ही ब्रिंग्स एन एक्यूजेशन ते सत्वें वर्ष से आपा नु ताड़ना दंदा है द कार्नल माइंड इज एनिमिटी अगेंस्ट गॉड वो कहंदा जेड़ा कार्नल माइंड है जेड़ा शरीरिक माइंड है जेड़ा दुनिया दी गल्ला सोचदा है वो परमेश्वर दे खिलाफ है इट इज ओनली द किंग जेम्स वर्जन व्हिच टेल्स दिस सिर्फ किंग जेम वर्जन अपना इस बारे दसदा है ऑल द अदर वर्सेस से दे फ्लैशली माइंड इज हॉस्टाइल टुवर्ड्स गॉड दूसरा बाकी सारा कहंदा जेड़ा आप संसार चीजा सोचदे हां वो परमेश्वर दी खिलाफत हैगी है आई बेग टू डिफर ਮੈਨੇ ਤੋਂ ਆਪਣਾ ਉਹਦੇ ਨਾਲ ਮੈਂ ਐਗਰੀ ਨਹੀਂ ਕਰਦਾ ਦ ਬਾਈਬਲ ਦ ਗ੍ਰੀਕ ਟ੍ਰਾਂਸਲੇਸ਼ਨ ਸੇਜ਼ ਦ ਕਾਰਨਲ ਮਾਈਂਡ ਇਜ਼ ਐਨਿਮਿਟੀ ਟੁਵਰਡਸ ਗੋਡ ਐਂਡ ਆਮ ਗੋਇੰਗ ਟੂ ਡਵੈਲ ਔਨ ਇਟ ਫੋਰ ਦ ਹੋਲ ਟਾਈਮ ਵੀ ਆਰ ਹੇਅਰ ਟੁਡੇ ਕਿਉਂਕਿ ਗ੍ਰੀਕ ਭਾਸ਼ਾ ਜਿਹੜਾ ਉਹਨੇ ਕਿਹਾ ਕਿ ਜਿਹੜਾ ਸੰਸਾਰਿਕ ਸੋਚਣ ਵਾਲਾ ਦਿਮਾਗ ਹੈਗਾ ਉਹ ਪਰਮੇਸ਼ੁਰ ਦੇ ਖਿਲਾਫ ਹੈਗਾ ਲੈਟ ਅਸ ਕੰਸੀਡਰ ਦੀ ਐਨੋਮਿਟੀ ਆਫ ਦਿਸ ਸੈਂਟੈਂਸ ਹੁਣ ਇਸ ਸੈਂਟੈਂਸ ਵਿੱਚ ਕਿੰਨੀ ਪਰਮੇਸ਼ੁਰ ਨੇ ਵਿਸ਼ਾਲ ਗੱਲਾਂ ਕੀਆ ਨੇ ਵੱਡੇ ਗੱਲਾਂ ਕੀਆ ਨੇ ਥਿੰਕ ਅਬਾਊਟ ਮੈਨ ਵਾਂਸ ਅਪਨ ਅ ਟਾਈਮ ਹੀ ਵਾਸ ਸੈਕਿੰਡ ਓਨਲੀ ਟੂ ਏਂਜਲਸ ਆਪਾਂ ਹੁਣ ਇਨਸਾਨ ਦੀ ਗੱਲ ਕਰੀਏ ਇੱਕ ਸਮੇਂ ਸੀਗਾ ਇਨਸਾਨ ਜਿਹੜਾ ਸੀਗਾ ਉਹ ਸਵਰਗ ਦੂਤਾਂ ਤੋਂ ਥੋੜ੍ਹਾ ਹੀ ਘੱਟ ਸੀਗਾ ਹੀ ਵਾਸ ਦ ਕੰਪੈਨੀਅਨ ਟੂ ਗੋਡ ਉਹ ਪਰਮੇਸ਼ੁਰ ਦਾ ਸਹਿਯੋਗੀ ਸੀਗਾ ਹੀ ਵਾਕਡ ਵਿਦ ਹਿਮ ਇਨ ਦ ਗਾਰਡਨ ਆਫ ਈਡਨ ਉਹ ਆਪਣਾ ਜਿਹੜਾ ਈਡਨ ਦਾ ਗਾਰਡਨ ਸੀਗਾ ਉਹਦੇ ਚ ਪਰਮੇਸ਼ਵਰ ਦੇ ਨਾਲ ਚੱਲਦਾ ਸੀ ਵੀ ਥਿੰਕ ਆਫ ਹਿਮ ਐਸ ਅ ਮੈਨ ਮੇਡ ਬਾਈ ਗੋਡ ਇਨ ਦ ਇਮੇਜ ਆਫ ਗੋਡ ਆਪਾਂ ਉਸ ਇਨਸਾਨ ਦੀ ਗੱਲ ਕਰਨੇ ਆ ਜਿਹੜਾ ਕਿ ਪਰਮੇਸ਼ਵਰ ਦੇ ਸਵਰੂਪ ਵਿੱਚ ਬਣਿਆ ਸੀ ਹੀ ਵਾਸ ਪਿਓਰ ਸਪੋਟਲੈਸ ਐਂਡ ਅਨਬਲੇਮਿਸ਼ਡ ਉਹ ਸ਼ੁੱਧ ਸੀ ਉਹਦੇ ਤੇ ਕੋਈ ਦਾਗ ਨਹੀਂ ਸੀਗਾ ਐਂਡ ਦਿਸ ਐਕਿਊਜ਼ੇਸ਼ਨ ਕਮਸ ਅਲੋਂਗ ਤੇ ਉਸ ਤੋਂ ਬਾਅਦ ਇਹ ਜਿਹੜੀ ਉਹਦੇ ਤੇ ਤਾੜਨਾ ਆਈ ਦੈਟ The carnal mind is an enmity against God. ਕਿ ਜਿਹੜਾ ਸੰਸਾਰਿਕ ਸੋਚਣ ਵਾਲਾ ਦਿਮਾਗ ਹੈ ਉਹ ਪਰਮੇਸ਼ਰ ਦੇ ਖਿਲਾਫ ਹੈ How many of us remember Satan's fall? ਆਪਾਂ ਜੋ ਕਿੰਨੇ ਲੋਕ ਜਾਣਦੇ ਨੇ ਕਿ ਜਦੋਂ ਕਿ ਸ਼ੈਤਾਨ ਗਿਰਿਆ It is described in Ezekiel 28, 12 to 19. Ezekiel 28, 8 to 9 ਦੇ ਵਿੱਚ ਉਹਦਾ ਵਰਣਨ ਕੀਤਾ ਗਿਆ ਹੈ the Lord talks about how he was the covering angel. ਉਹ ਦੱਸਿਆ ਕਿਵੇਂ ਉਹ ਪਰਮੇਸ਼ਰ ਦੇ ਪਿੱਛੇ ਖੜਾ ਹੋਣ ਵਾਲਾ ਆਪਣਾ ਸਵਰਗਦੂਤ ਸੀ He was created perfect. ਉਹਨੂੰ ਬਿਲਕੁਲ ਪਰਮੇਸ਼ੁਰ ਨੇ ਬਿਨਾਂ ਬਿਲਕੁਲ ਪਰਫੈਕਟ ਬਣਾਇਆ ਸੀ ਟਿਲ ਇਨਿਕੁਇਟੀ ਵਾਸ ਫਾਊਂਡ ਇਨ ਹਿਮ ਜਦੋਂ ਕਿ ਉਹਦੇ ਵਿੱਚ ਦੋਸ਼ ਆ ਗਿਆ ਹੀ ਵਾਸ ਫਿਲਡ ਵਿਦ ਵਾਇਲੈਂਸ ਐਂਡ ਸਿਨ ਅਗੇਂਸਟ ਗੋਡ ਉਹਦੇ ਵਿੱਚ ਜਿਹੜੀ ਆਪਣਾ ਲੜਾਈ ਕਰਨ ਦੀ ਆਤਮਾ ਭਰ ਗਈ ਗੋਡ ਕਾਸਟ ਹਿਮ ਆਊਟ ਤੇ ਪਰਮੇਸ਼ੁਰ ਨੇ ਉਹਨੂੰ ਬਾਹਰ ਨਿਕਾਲਤਾ ਬਾਈਬਲ ਡਸਨਟ ਸਪੈਸੀਫਾਈ ਇਟ ਹੈਪਨਡ ਬਿਫੋਰ ਦ ਕ੍ਰੀਏਸ਼ਨ ਆਫ ਐਡਮ ਆਫਟਰ ਦ ਕ੍ਰੀਏਸ਼ਨ ਆਫ ਐਡਮ ਵੀ ਡੋਨਟ ਨੋ ਦੀਸ ਥਿੰਗਸ ਪਰ ਵਚਨ ਇਹ ਨਹੀਂ ਲਿਖਿਆ ਵੀ ਉਹ ਜਿਹੜਾ ਕੰਮ ਹੋਇਆ ਇਹ ਪਰ ਸੰਸਾਰ ਦੀ ਰਚਨਾ ਤੋਂ ਪਹਿਲੇ ਹੋਇਆ ਕਿ ਬਾਅਦ ਵਿੱਚ ਹੋਇਆ ਹੀ ਇਜ਼ ਔਨ ਅ ਮਿਸ਼ਨ ਟੂ ਡਿਸਟਰੋਏ ਐਵਰੀਥਿੰਗ ਵਿਚ ਇਜ਼ ਡੀਅਰ ਟੂ ਗੋਡ ਉਹਨੇ ਇਹ ਠਾਣਿਆ ਹੋਇਆ ਕਿ ਜੋ ਕੁਝ ਵੀ ਪਰਮੇਸ਼ੁਰ ਦੇ ਕੰਮ ਹੈਗੇ ਨੇ ਉਹ ਸਾਰਿਆਂ ਦਾ ਸਤਿਆਨਾਸ ਕਰੇ ਐਂਡ ਐਸ ਬਿਲੀਵਰਸ ਵੈਨ ਵੀ ਰੀਟੇਨ ਦੀ ਕਾਰਨਲ ਮਾਈਂਡ ਤੇ ਜਦੋਂ ਵਿਸ਼ਵਾਸੀ ਹੋਣ ਦੇ ਬਾਵਜੂਦ ਅਸੀਂ ਸੰਸਾਰਿਕ ਜੀਵਨ ਨਾਲ ਸੋਚਨੇ ਆ ਨਹੀਂ 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 ਕਾਰਨਲ ਮਾਈਂਡ ਫਲੈਸ਼ਲੀ ਮਾਈਂਡ ਸੰਸਾਰਿਕ ਜੀਵਨ ਨਹੀਂ ਇਟ ਇਜ਼ ਡਿਫਰੈਂਟ ਸੰਸਾਰਿਕ ਦਿਮਾਗ ਸੇ ਕਾਰਨਲ ਮਾਈਂਡ ਇਜ਼ ਵਾਟ ਡਸ ਦ ਬਾਈਬਲ ਸੇ 8:7 ओके वी विल गो विद शारीरिक स्वभाव या When we retain the carnal mind, ਜਦੋਂ ਆਪਾਂ ਸਰੀਰਕ ਸੁਭਾਅ ਦਾ ਦਿਮਾਗ ਰੱਖਨੇ ਆ we make it easy for him ਤੇ ਅਸੀਂ ਉਹਦੇ ਵਾਸਤੇ ਕੰਮ ਆਸਾਨ ਕਰ ਦਿੰਨੇ ਆ
As the Jew walked through Jerusalem when it was destroyed, as Nehemiah was listening to the accounts of Jerusalem, ਜਦੋਂ ਯਹੂਦੀ ਜਰੂਸਲਮ ਦੇ ਵਿੱਚੋਂ ਨਿਕਲੇ ਜਦੋਂ ਕਿ ਉਹ ਤਬਾਹ ਕੀਤਾ ਹੋਇਆ ਸੀ, he lamented in his life. What is that? He cried. ਉਹਨੇ ਬਹੁਤ ਦੁੱਖ ਮਹਿਸੂਸ ਕੀਤਾ ਜਦੋਂ ਉਹਨੇ ਸ਼ਹਿਰ ਬਣਾਉਣ ਟੁੱਟਿਆ ਦੇਖਿਆ. He remembered the glory of the city. ਤੇ ਉਹਨੇ ਉਹ ਯਾਦ ਕੀਤਾ ਜਦੋਂ ਕਿ ਉਹ ਜਿਹੜਾ ਸ਼ਹਿਰ ਸੀਗਾ ਆਪਣੇ ਪੂਰੇ ਆਪਣਾ ਅਸਤਿਤਵ ਤੇ ਸੀਗਾ. We also have to mourn about our human race. ਸਾਨੂੰ ਵੀ ਆਪਣੀ ਜਿਹੜੀ ਆਪਣਾ ਮਾਨਵ ਸਮਾਜ ਹੈਗਾ ਉਹਦੇ ਪ੍ਰਤੀ ਆਪਣਾ ਦੁੱਖ ਮਨਾਉਣਾ ਚਾਹੀਦਾ. When we look at what we have done. ਜਦੋਂ ਅਸੀਂ ਦੇਖਦੇ ਹਾਂ ਵੀ ਕੀ ਕਿਆ ਅਸੀਂ ਕੀਤਾ. The creation created in the image of God. ਕਿ ਜਦੋਂ ਕਿ ਪਰਮੇਸ਼ਵਰ ਨੇ ਸਾਡੀ ਰਚਨਾ ਆਪਣੇ ਸਵਰੂਪ ਵਿੱਚ ਕੀਤੀ. ਵੀ ਆਰ ਫਾਲਨ ਫਰੋਮ ਦ ਹਾਈ ਐਸਟੇਟ. ਅਸੀਂ ਉੱਪਰੋਂ ਡਿੱਗਦੇ ਚਲੇ ਜਾਂਦੇ ਹਾਂ, ਹੇਠਾਂ ਚਲੇ ਜਾਂਦੇ ਹਾਂ. ਦੇਰ ਇਜ਼ ਅ ਟਾਈਪ ਆਫ ਸਟਾਰ, ਦੇ ਕਾਲ ਇਟ ਦ ਵਾਈਟ ਡਵਾਰਫ. ਇੱਕ ਤਾਰਾ ਹੁੰਦਾ ਜਿਹਨੂੰ ਵਾਈਟ ਡਵਾਰਫ ਕਹਿੰਦੇ ਨੇ. ਇਟ ਇਜ਼ ਅ ਸਟਾਰ ਵਿਚ ਹੈਜ਼ ਬਰਨਟ ਆਊਟ. ਉਹ ਤਾਰਾ ਹੈਗਾ ਜਿਹੜਾ ਕਿ ਜਲ ਚੁੱਕਾ ਹੈ. ਇਟ ਬਿਕਮਸ ਰੈੱਡ ਬਿਕੋਜ਼ ਬਿਫੋਰ ਇਟ ਬਿਕਮਸ ਵਾਈਟ. ਪਹਿਲੇ ਲਾਲ ਹੋ ਜਾਂਦਾ, ਉਸ ਤੋਂ ਬਾਅਦ ਜਲਣ ਤੋਂ ਬਾਅਦ ਸਫੇਦ ਹੋ ਜਾਂਦਾ. ਇਟਸ ਅ ਵਰਲਡ ਔਨ ਫਾਇਰ. ਉਹ ਜਦ ਅੱਗ ਤੇ ਹੈਗਾ ਜਿਹੜਾ. ਐਂਡ ਦ ਲਾਈਟ ਕਮਸ ਫਰੋਮ ਸੋ ਫਾਰ ਅਵੇ, ਇਟ ਇਜ਼ ਲਾਈਟ ਈਅਰਸ ਅਵੇ. ਕਿਉਂਕਿ ਉਹ ਸਾਡੇ ਤੋਂ ਬਹੁਤ ਦੂਰੇ, ਫਿਰ ਵੀ ਉਹਦੀ ਰੋਸ਼ਨੀ ਆਉਂਦੀ ਹੈ. ਵਾਟ ਇਜ਼ ਆਵਰ, ਵਾਟ ਇਜ਼ ਇਟ ਕੰਪੇਅਰ ਟੂ ਦ ਫਾਲ ਆਫ ਆਵਰ ਓਨ ਹਿਊਮਨ ਰੇਸ. ਉਹਦੇ ਗਿਰਨਾ ਨਾਲੋਂ ਤਾਂ ਸਾਡਾ ਜਿਹੜਾ ਮਾਨਵ ਸਮਾਜ ਦਾ ਥੱਲੇ ਗਿਰਨਾ ਹੈਗਾ ਉਹ ਬਹੁਤ ਜ਼ਿਆਦਾ ਦਇਨੀਏ ਹੈਗਾ. ਐਡਮਸ ਫਾਲ ਵਾਸ ਆਵਰ ਫਾਲ. ਜਿਹੜਾ ਆਦਮ ਦਾ ਗਿਰਨ ਦਾ ਰਸਤਾ ਸੀਗਾ ਉਹ ਸਾਡਾ ਗਿਰਨ ਦਾ ਰਸਤਾ ਬਣਿਆ. ਫੈਲ ਵਿਦ ਹਿਮ. ਪੜ੍ਹਵੀਂ. ਵੀ ਫੈਲ ਵਿਦ ਹਿਮ. ਅਸੀਂ ਉਹਦੇ ਨਾਲ ਗਿਰੇ. ਵੀ ਵੇਰ ਇਕੁਅਲ ਸਫਰਰਸ. ਅਸੀਂ ਉਹਦੇ ਨਾਲ ਦੁੱਖ ਪਾਉਂਦੇ ਹਾਂ. ਇਟ ਇਜ਼ ਵੀ ਹੈਵ ਟੂ ਵੀਪ ਐਟ ਆਵਰ ਸਟੇਟ. ਸਾਨੂੰ ਜਿਹੜੀ ਆਪਣੀ ਸਾਡੀ ਦਸ਼ਾ ਹੈਗੀ ਹੈ ਉਹਦੇ 'ਤੇ ਰੋਣਾ ਚਾਹੀਦਾ. ਦ ਕਾਰਨਲ ਮਾਇੰਡ ਇਜ਼ ਦ ਡਿਸਕ੍ਰਿਪਸ਼ਨ ਆਫ ਆਵਰ ਸਟੇਟ. ਜਿਹੜਾ ਸਰੀਰਕ ਗੱਲਾਂ ਬਾਰੇ ਸੋਚਣ ਦਾ ਹੈਗਾ ਉਹ ਸਾਡੀ ਸਥਿਤੀ ਹੈਗੀ ਅੱਜ ਦੀ ਤਰੀਕ 'ਚ. ਐਂਡ ਇਟ ਇਜ਼ ਐਨਮਿਟੀ against God. ਉਹ ਜਿਹੜੀ ਹੈਗੀ ਉਹ ਪਰਮੇਸ਼ਵਰ ਦੇ ਖਿਲਾਫ ਗੁਨਾਹ ਹੈਗੀ ਹੈ. ਮੇ ਗੋਡ ਹੈਲਪ ਮੀ ਟੂਡੇ ਟੂ ਬ੍ਰਿੰਗ ਦਿਸ ਟਰੂਥ ਆਊਟ. ਕਿ ਪਰਮੇਸ਼ਵਰ ਮੇਰੀ ਮਦਦ ਕਰੇਗੀ, ਇਹ ਸੱਚਾਈ ਮੈਂ ਤੁਹਾਡੇ ਸਾਹਮਣੇ ਲਿਆ ਸਕਾਂ. ਹੋਲੀ ਸਪਿਰਿਟ ਮੇ ਕਨਵਿੰਸ ਅਸ ਆਫ ਦ ਸਿਨ ਆਫ ਦ ਕਾਰਨਲ ਮਾਈਂਡ. ਤੇ ਪਵਿੱਤਰ ਆਤਮਾ ਸਾਨੂੰ ਇਸ ਚੀਜ਼ ਤੋਂ ਅਗਾਹ ਕਰਾਵੇ ਕਿ ਸਾਡਾ ਜਿਹੜਾ ਦਿਮਾਗ ਉਹ ਸਰੀਰਕ ਦਿਮਾਗ ਹੈ. ਟੂਗੇਦਰ ਪਲੀਡ ਗਿਲਟੀ ਬਿਫੋਰ ਗੋਡ. ਕਿ ਆਪਾਂ ਸਾਰੇ ਮਿਲ ਕੇ ਪਰਮੇਸ਼ਵਰ ਦੇ ਅੱਗੇ ਆਪਣਾ ਦੁੱਖ ਨੂੰ ਮਨਾ ਸਕੀਏ. ਦੇਰ ਇਜ਼ ਨਾਟ ਮੱਚ ਡਿਫੀਕਲਟੀ ਟੂ ਅੰਡਰਸਟੈਂਡ ਦਿਸ ਟੈਕਸਟ. ਕੋਈ ਔਖਾ ਨਹੀਂ ਹੈ ਜਿਹੜਾ ਪਰਮੇਸ਼ਵਰ ਦੇ ਵਚਨ ਨੂੰ ਸਮਝਣਾ. ਵੀ ਆਲ ਨੋ ਵਟ ਦ ਕਰਨਲ ਹੀਅਰ ਸਿਗਨੀਫਾਈਸ. ਅਸੀਂ ਸਭ ਜਾਣਦੇ ਹਾਂ ਜਿਹੜੇ ਸਰੀਰਕ ਗੱਲਾਂ ਬਾਰੇ ਸੋਚਣਾ ਹੈਗਾ ਉਹਦਾ ਕੀ ਮਤਲਬ ਹੈ. ਦ ਗ੍ਰੀਕ ਟ੍ਰਾਂਸਲੇਟ ਦ ਮਾਇੰਡ ਆਫ ਦ ਫਲੈਸ਼ ਇਜ਼ ਐਨਮਿਟੀ ਅਗੇਂਸਟ ਗੋਡ. ਜਿਹੜੀ ਗ੍ਰੀਕ ਭਾਸ਼ਾ ਕਹਿੰਦਾ ਜਿਹੜਾ ਸਰੀਰਕ ਸੋਚਣ ਦਾ ਮਾਇੰਡ ਹੈਗਾ ਉਹ ਪਰਮੇਸ਼ਵਰ ਦੇ ਅਗੇਂਸਟ ਗੁਨਾਹ ਹੈਗਾ. ਗੁਨਾਹ ਨਹੀਂ, ਸ਼ਤਰੂ ਹੈ. ਉਹਦਾ ਸ਼ਤਰੂ ਹੈਗਾ. ਐਨਮਿਟੀ ਅਗੇਂਸਟ ਗੋਡ. ਉਹ ਪਰਮੇਸ਼ਵਰ ਦਾ ਸ਼ਤਰੂ ਹੈਗਾ. ਦੈਟ ਇਜ਼ ਦ ਨੈਚੁਰਲ ਮਾਇੰਡ ਵੀ ਇਨਹੇਰਿਟ ਫਰੋਮ ਆਵਰ ਫਾਦਰਸ. ਉਹ ਜਿਹੜਾ ਦਿਮਾਗ ਹੈਗਾ ਅਸੀਂ ਆਪਣੇ ਪੂਰਵਜਾਂ ਤੋਂ ਲਿਆ ਹੈਗਾ. ਦੈਟ ਵਿਚ ਇਜ਼ ਬੋਰਨ ਇਨਸਾਈਡ ਅਸ ਵੈਨ ਵੀ ਆਰ ਵੇਅਰ ਵੈਨ ਆਵਰ ਬੋਡੀਜ਼ ਵੇਅਰ ਫੈਸ਼ਨਡ ਬਾਈ ਗੋਡ. ਜਦੋਂ ਪਰਮੇਸ਼ਵਰ ਨੇ ਸਾਡੀ ਰਚਨਾ ਕੀਤੀ ਉਸ ਸਾਡੇ ਦਿਮਾਗ ਦੇ ਵਿੱਚ ਉਹ ਸੋਚਿਆ ਗਿਆ ਨੇ. ਦ ਫਲੈਸ਼ਲੀ ਮਾਇੰਡ, ਦ ਲਸ, ਦ ਪੈਸ਼ਨਸ ਆਫ ਦ ਸੋਲ ਵਿਚ ਹੈਵ ਗੋਨ ਫਾਰ ਅਵੇ ਫਰੋਮ ਗੋਡ ਹੈਵ ਬਿਕਮ ਐਨਮਿਟੀ ਅਗੇਂਸਟ ਹਿਮ. ਉਹ ਜਿਹੜਾ ਸਰੀਰਕ ਮਨ ਨੇ ਜਿਹੜੇ ਜਿਹਦੇ ਵਾਸਤਾਵਾਂ ਹੈਗੀਆਂ ਨੇ, ਬੁਰੀਆਂ ਗੱਲਾਂ ਹੈਗੀਆਂ ਨੇ, ਉਹ ਸਭ ਪਰਮੇਸ਼ਵਰ ਦੇ ਖਿਲਾਫ ਹੈਗੀ ਹੈ, ਬੈਰੀ ਹੈਗਾ. ਹੀਅਰ ਅਪੋਸਲ ਪੌਲ lays a strong accusation. ਅਤੇ ਜਿਹੜਾ ਪੌਲ ਹੈਗਾ ਉਹ ਬਹੁਤ ਜ਼ਿਆਦਾ ਸਾਨੂੰ ਤਾੜਨਾ ਦਿੰਦਾ. ਬਿਕੋਜ਼ ਹੀ ਯੂਜਿਸ ਦ ਵਰਡ ਨਾਊਨ ਦੇਰ, ਐਨਮਿਟੀ ਇਜ਼ ਅ ਨਾਊਨ ਇਨ ਗ੍ਰੀਕ. ਜੇ ਐਨਮਿਟੀ ਵਰਡ ਹੈਗਾ, ਖਿਲਾਫਤ ਹੈਗਾ, ਉਹ ਇੱਕ ਨਾਊਨ ਹੈਗਾ. ਦ ਕਾਰਨਲ ਮਾਇੰਡ ਇਜ਼ ਐਨਮਿਟੀ ਅਗੇਂਸਟ ਗੋਡ. ਜਿਹੜਾ ਸਰੀਰਕ ਸੋਚ ਹੈਗੀ ਹੈ, ਦਿਮਾਗ ਹੈਗਾ, ਪਰਮੇਸ਼ਵਰ ਦੇ ਅਗੇਂਸਟ ਵੈਰੀ ਹੈਗਾ. ਇਟਸ ਨਾਟ ਅ ਡਿਸਕ੍ਰਿਪਸ਼ਨ ਲਾਈਕ ਐਨ ਆਬਜੈਕਟਿਵ. ਐਡ ਆਬਜੈਕਟਿਵ ਦਾ ਇੱਕ ਉਹਦਾ ਵਰਣਨ ਨਹੀਂ ਹੈਗਾ. ਇਟ ਇਜ਼ ਨਾਟ ਅਪੋਜ਼ਡ ਟੂ ਗੋਡ ਬਟ ਇਟਸ ਐਨ ਐਨਮੀ ਆਫ ਗੋਡ. ਉਹ ਪਰਮੇਸ਼ਵਰ ਦੀ ਖਿਲਾਫਤ ਨਹੀਂ ਹੈ, ਪਰਮੇਸ਼ਵਰ ਦੇ ਅਗੇਂਸਟ ਬੈਰੀ ਹੈਗਾ. ਇਟ ਇਜ਼ ਨਾਟ ਬਲੈਕ ਬਟ ਬਲੈਕਨੈਸ ਇਟਸੈਲਫ. ਇਹ ਕਾਲਾ ਨਹੀਂ ਹੈ ਵੀ ਕਾਲੇ ਤੋਂ ਵੀ ਵੱਧ ਕਾਲਾ ਹੈਗਾ. ਇਟ ਇਜ਼ ਨਾਟ ਇਟਸ ਨਾਟ ਐਨ ਐਨਮੀ, ਇਟ ਇਜ਼ ਐਨਮਿਟੀ ਇਟਸੈਲਫ. ਇਹ ਸ਼ਤਰੂ ਨਹੀਂ, ਸ਼ਤਰੂਤਾ ਹੈਗੀ ਜਿਹਨੂੰ ਵੱਧ ਕਹਿੰਦੇ ਆਪਾਂ. ਇਟ ਇਜ਼ ਨਾਟ ਕਰਪਟ ਬਟ ਇਟ ਇਜ਼ ਕਰਪਸ਼ਨ ਇਟਸੈਲਫ. ਇਹਦੇ 'ਚ ਕਰਪਸ਼ਨ, ਆਈ ਡੋਂਟ ਨੋ ਹਾਊ ਟੂ ਸੇ ਕਰਪਟ. What do you say for corruption in corruption. Punjabi? Corrupt. People who give bribe, brushed. It is not rebellious, it is rebellion itself. ਇਹ ਉਹਦੇ ਖਿਲਾਫ ਨਹੀਂ ਹੈਗਾ, ਪਰ ਖਿਲਾਫਤ ਦੀ ਨਿਚੋੜ ਹੱਦ ਹੈਗਾ. ਇਟ ਇਜ਼ ਨਾਟ ਵਿਕਿਡ ਬਟ ਇਟ ਇਜ਼ ਵਿਕਿਡਨੈਸ ਇਟਸੈਲਫ. ਉਹ ਬੁਰਾ ਨਹੀਂ ਹੈ, ਪਰ ਬੁਰਾਈ ਤੋਂ ਵੀ ਵੱਧ ਕੇ ਹੈਗਾ.
although the like the heart, it is not just deceitful, it's absolutely deceitful. It is evil in concrete. It is sin in its true meaning. ਉਹ ਆਪਣੇ ਸਹੀ ਮਤਲਬ ਵਿੱਚ ਇੱਕ ਪਾਪ ਹੈਗਾ ਇਟ ਇਜ਼ ਦ ਕਨਸੈਂਟ੍ਰੇਸ਼ਨ ਐਂਡ ਪਰਸੋਨੀਫਿਕੇਸ਼ਨ ਆਫ ਐਵਰੀਥਿੰਗ ਦੈਟ ਇਜ਼ ਈਵਲ ਉਹ ਉਸ ਚੀਜ਼ ਦੀ ਆਧਾਰ ਹੈਗਾ ਜਿਹਨੇ ਉਹਦੇ ਬੁਰਾਈ ਬੁਰਾਈ ਔਰ ਬੁਰਾਈ ਦੇ ਇਲਾਵਾ ਕੁਝ ਨਹੀਂ ਹੈਗਾ ਇਟ ਇਜ਼ ਨਾਟ ਐਨਵੀਅਸ ਅਗੇਂਸਟ ਗੋਡ ਇਟ ਇਜ਼ ਐਨਵੀ ਇਟਸੈਲਫ ਉਹ ਪਰਮੇਸ਼ਵਰ ਦੇ ਅਗੇਂਸਟ ਖਿਲਾਫ ਨਹੀਂ ਉਹਦੀ ਖਿਲਾਫਤ ਹੀ ਹੈਗੀ ਹਰ ਚੀਜ਼ ਇਟ ਇਜ਼ ਨਾਟ ਐਨਮਿਟੀ ਇਟ ਇਜ਼ ਐਨਮੀ ਇਟਸੈਲਫ ਉਹ ਇੱਕ ਉਹਦੇ ਖਿਲਾਫਤ ਨਹੀਂ ਉਹ ਉਹਦੇ ਅਗੇਂਸਟ ਸ਼ਤਰੁਤਾ ਹੈਗੀ ਹੈ ਦ ਐਨਮਿਟੀ ਅਗੇਂਸਟ ਗੋਡ ਡਸ ਨਾਟ ਚੇਂਜ ਹਿਊਮਨਸ ਜਿਹੜੇ ਪਰਮੇਸ਼ਵਰ ਦੇ ਖਿਲਾਫ ਜਾਣਾ ਹੈਗਾ ਆਪਾਂ ਨੂੰ ਉਹਦੇ ਬਦਲਾਵ ਨਹੀਂ ਆਉਂਦਾ ਦੇਅਰ ਵੀ ਆਰ ਨੈਚੁਰਲੀ ਅਗੇਂਸਟ ਲਾਜ਼ ਸਾਡਾ ਅਸੀਂ ਸੁਭਾਵਿਕ ਤੌਰ ਤੇ ਪਰਮੇਸ਼ਵਰ ਦੇ ਅਗੇਂਸਟ ਕੰਮ ਕਰਦੇ ਆ ਵੀ ਆਰ ਅਗੇਂਸਟ ਦ ਪ੍ਰਿੰਸੀਪਲਸ ਆਫ ਯਾਹਵੇ ਜੋ ਯਾਹਵੇ ਨੇ ਆਪਾਂ ਨੂੰ ਸਿਧਾਂਤ ਦਿੱਤੇ ਨੇ ਅਸੀਂ ਉਹਨਾਂ ਦੇ ਖਿਲਾਫ ਜਾਂਦੇ ਆ ਇਟ ਜਸਟ ਡਸਨਟ ਸਟ੍ਰਾਈਕ ਔਨ ਦ ਹੈਡ ਇਟ ਪੈਨੀਟ੍ਰੇਟਸ ਦ ਹਾਰਟ ਇਹ ਸਾਡੇ ਸਿਰ ਦਿਮਾਗ ਨਾਲ ਹੀ ਹੈਗਾ ਪਰ ਸਾਡੇ ਦਿਲ ਤੇ ਵੀ ਅਸਰ ਪਾਉਂਦਾ ਹੈ ਇਟ ਲੇਸ ਅਗੇਂਸਟ ਦ ਰੂਟ ਆਫ ਦ ਟ੍ਰੀ ਐਂਡ declares us enmity against God. ਇਹ ਜਿਹੜੀ ਸਾਡੀ ਆਪਣਾ ਜੜਾ ਹੈਗੀਆ ਨੇ ਉਹਦੇ ਖਿਲਾਫ ਜਾਂਦਾ ਤੇ ਸਾਨੂੰ ਪਰਮੇਸ਼ਵਰ ਦਾ ਸ਼ਤਰੂ ਕਰਾਰ ਕਰਦਾ ਹੈ against the person of the Godhead. ਜਿਹੜਾ ਪਰਮੇਸ਼ਵਰ ਦਾ ਅਸਤਿਤਵ ਹੈਗਾ ਉਹਦੇ ਖਿਲਾਫ ਜਾਂਦਾ ਹੈ against God. ਪਰਮੇਸ਼ਵਰ ਦੇ ਖਿਲਾਫ ਜਾਂਦਾ ਹੈ against the mighty maker of this world. ਜਿਹੜੇ ਪਰਮੇਸ਼ਵਰ ਨੇ ਸੰਸਾਰ ਦੀ ਰਚਨਾ ਕੀਤੀ ਉਹਦੀ ਖਿਲਾਫਤ ਕਰਦਾ ਹੈ we may not be perchance against the Bible. We may not be against the Bible. ਅਸੀ ਉਸੇ ਦਾ ਵਚਨ ਦੇ ਖਿਲਾਫ ਨਾ ਜਾਈਏ. We are not against his gospel. ਉਹਦੇ ਆਪਣਾ ਜਿਹੜਾ ਪਰਮੇਸ਼ਵਰ ਦਾ ਵਚਨ ਹੈ ਉਹਦੇ ਖਿਲਾਫ ਨਾ ਜਾਈਏ. But against God and the person of God itself. ਪਰ ਅਸੀਂ ਪਰਮੇਸ਼ਵਰ ਦੇ ਅਸਤਿਤਵ ਦੇ ਖਿਲਾਫ ਹੈਗੇ ਆ. They are put together well by Paul, the master of eloquence, as dictated by the Holy Spirit. ਪਵਿੱਤਰ ਆਤਮਾ ਦੀ ਸਮਰਥ ਦੇ ਨਾਲ ਉਹਨਾਂ ਨੇ ਤਿੰਨਾਂ ਨੂੰ ਇਕੱਠਾ ਕੀਤਾ ਹੈਗਾ may he help us to expound this more truth why I am talking more about this is you will discover that this is the vilest form of dishonor to God and later on I will show you how unimaginable it is to go to heaven with a corrupt mind I will explain that ਮੈਂ ਤੁਹਾਨੂੰ ਅੱਗੇ ਦੱਸਾਂਗਾ ਜਦੋਂ ਜੇ ਆਪਾਂ ਇਸ ਚੀਜ਼ ਨੂੰ ਨਹੀਂ ਸਮਝਾਂਗੇ ਤੇ ਅਸੀਂ ਜਿਹੜਾ ਆਪਣਾ ਬਿਗੜਿਆ ਹੋਇਆ ਸੋਚ ਹੈਗੀ ਹੈ ਬਿਗੜਿਆ ਹੋਇਆ ਦਿਮਾਗ ਹੈਗਾ ਉਹਦੇ ਨਾਲ ਪਰਮੇਸ਼ਰ ਦੇ ਬਾਰੇ ਸਮਝਾਂਗੇ ਵੀਲ ਕੰਸੀਡਰ ਦ ਕਰਪਟ ਮਾਈਂਡ ਦ ਕਾਰਨਲ ਮਾਈਂਡ ਇਨ ਥ੍ਰੀ ਵੇਜ਼ ਅਸੀਂ ਜਿਹੜਾ ਸਰੀਰਕ ਸੋਚ ਹੈਗੀ ਉਹਨੂੰ ਤਿੰਨ ਚੀਜ਼ਾਂ ਨਾਲ ਸਮਝਾਂਗੇ ਵੀਲ ਕੰਸੀਡਰ ਦ ਟਰੂਥਫੁਲਨੈਸ ਆਫ ਵਾਟ ਪੌਲ ਹੈਜ਼ ਅਕਿਊਜ਼ਡ ਅਸ ਆਪਾਂ ਦੇਖਾਂਗੇ ਕਿ ਜਿਹੜੇ ਪੌਲਸ ਨੇ ਗੱਲ ਕੀਤੀ ਉਹਨੇ ਕੀ ਸੱਚਾਈ ਹੈਗੀ ਹੈ ਸੈਕੰਡਲੀ ਵੀਲ ਕੰਸੀਡਰ ਦ ਯੂਨੀਵਰਸੈਲਿਟੀ ਔਰ ਦ ਕਾਮਨਨੈਸ ਆਫ ਦਿਸ ਫੈਕਟ ਫਿਰ ਦੇਖਾਂਗੇ ਕਿਉਂਕਿ ਇਹ ਜੇ ਸਾਰੇ ਜੀ ਹੈਗੀ ਹੈ ਉਹਦਾ ਕੀ ਕਾਰਨ ਹੈ ਦੈਨ ਵੀ ਵਿਲ ਸੀ ਦ ਐਨੋਰਮਿਟੀ ਆਫ ਦਿਸ ਈਵਲ ਫਿਰ ਦੇਖਾਂਗੇ ਵੀ ਇਹ ਜਿਹੜਾ ਆਪਣਾ ਬੁਰਾਈ ਹੈਗੀ ਹੈ ਇਹ ਕਿੰਨੀ ਵਿਸ਼ਾਲ ਹੈਗੀ ਹੈ ਆਫਟਰ ਦੈਟ ਵੀ ਵਿਲ ਐਕਸਟ੍ਰੈਕਟ ਟੂ ਪ੍ਰਿੰਸੀਪਲਸ ਆਊਟ ਆਫ ਇਟ ਐਸ ਟਾਈਮ ਪਰਮਿਟਸ ਉਸ ਤੋਂ ਬਾਅਦ ਅਗਰ ਸਮੇਂ ਮਿਲਿਆ ਤੇ ਆਪਾਂ ਦੋ ਸਿਧਾਂਤ ਕੱਢਾਂਗੇ ਜਿਨ੍ਹਾਂ ਤੇ ਆਪਾਂ ਨੂੰ ਚੱਲਣਾ ਚਾਹੀਦਾ ਐਸ ਬਿਲੀਵਰਸ ਵੀ ਕੈਨੋਟ ਐਸਕੇਪ ਦਿਸ ਅਸੀਂ ਵਿਸ਼ਵਾਸੀ ਹੋਣ ਦੇ ਨਾਤੇ ਇਹਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਵੀ ਕੈਨ ਬੀ ਬਿਲੀਵਰਸ ਅਸੀਂ ਵਿਸ਼ਵਾਸੀ ਤਾਂ ਹੋ ਸਕਦੇ ਹਾਂ ਵੀ ਕੈਨ ਹੈਵ ਰਿਸੀਵਡ ਕ੍ਰਾਈਸਟ ਪਰਮੇਸ਼ਵਰ ਨੂੰ ਕਬੂਲਿਆ ਬਟ ਵੀ ਕੈਨ ਰੀਟੇਨ ਅ ਕਾਰਨਲ ਮਾਈਂਡ ਪਰ ਫਿਰ ਵੀ ਆਪਾਂ ਸਰੀਰਕ ਦਿਮਾਗ ਰੱਖ ਸਕਦੇ ਹਾਂ ਆਵਰ ਮਾਈਂਡਸ ਵਿਲ ਬੀ ਐਨ ਐਨਮਿਟੀ ਅਗੇਂਸਟ ਗੋਡ ਸਾਡੇ ਜਿਹੜਾ ਦਿਮਾਗ ਹੋਵੇਗਾ ਪਰਮੇਸ਼ਵਰ ਦੇ ਦਾ ਸ਼ਤਰੁਤਾ ਹੋਵੇਗਾ ਦੈਟ ਇਜ਼ ਵਾਈ ਪੌਲ ਹੀ ਸਟਾਰਟਸ ਇਨ ਚੈਪਟਰ 8 ਐਂਡ ਕਮਸ ਟੂ ਵਰਸ 12 ਇਨ ਦ ਸੈਕੰਡ ਵਰਸ ਹੀ ਸੇਜ਼ ਰੀਨਿਊ ਯੋਰ ਮਾਈਂਡ be renewed by the renewing of your mind par paulus kanda 8th chapter ki tusi apne dimag nu soch nu nava banao 12th chapter second verse unda 12 but be transformed by the renewing of your mind that whole 8 9 10 11 12 is the same subject he's talking about you go home and read it इसलिए हे भाइयों मैं तुमसे परमेश्वर की दया का स्मरण दिलाकर विनती करता हूँ कि अपने शरीरों को जीवित और पवित्र और परमेश्वर को भावता हुआ बलिदान करके चढ़ाओ इट इज सो एसेंशियल सेकेंड वर्स हैव यू रेड सेकेंड वर्स 12th चैप्टर सेकेंड वर्स नो आई रेड वन या नो सेकेंड वर्स इस संसार के सदृश्य ना बनो परंतु तुम्हारे मन के नए होने से तुम्हारा चाल चलन भी बदलता जाए जिससे तुम परमेश्वर की भली और भावती और सिद्ध इच्छा अनुभव से मालूम कर सको इफ वी डोंट डू दैट वी विल रिमेन हाफ बेक्ड क्रिश्चियंस जैसे इस तरह नहीं करते तो असि पूरी तरह मसीह नहीं बन सकते द कार्नल माइंड इज एनमिटी अगेंस्ट गॉड
ਜਿਹੜਾ ਸਰੀਰਿਕ ਸੋਚ ਹੈਗੀ ਹੈ ਪਰਮੇਸ਼ਰ ਦੇ ਦੀ ਸ਼ਤਰਤਾ ਹੈਗੀ ਹੈ ਇਟ ਨੀਡਸ ਨੋ ਪ੍ਰੂਫ ਇਟ ਇਜ਼ ਰਿਟਨ ਇਨ ਗੋਡਸ ਵਰਡ ਵੀ ਆਰ ਟੂ ਐਕਸੈਪਟ ਇਟ ਇਹਦੇ ਵਾਸਤੇ ਆਪਾਂ ਨੂੰ ਕੋਈ ਹੋਰ ਸਮਝਣ ਲੋੜ ਨਹੀਂ ਪਰਮੇਸ਼ਰ ਦੇ ਵਚਨ ਲਿਖਿਆ ਹੈ ਤੇ ਸਾਨੂੰ ਉਹੀ ਮੰਨਣਾ ਹੈਗਾ ਦ ਵਰਡਸ ਆਫ ਦ ਸਕ੍ਰਿਪਚਰ ਆਰ ਇਨਫਿਨਿਟ ਵਿਜ਼ਡਮ ਜਿਹੜਾ ਪਰਮੇਸ਼ਰ ਦੇ ਵਚਨ ਹੈਗੇ ਨੇ ਉਹ ਬੁੱਧੀ ਨਾਲ ਭਰੇ ਹੋਏ ਨੇ ਸਮ ਟਾਈਮਸ ਇਫ ਯੂ ਡੋਨਟ ਅੰਡਰਸਟੈਂਡ ਇਟ ਵੀ ਹੈਵ ਟੂ ਐਕਸੈਪਟ ਇਟ ਬਿਕਾਜ਼ ਗੋਡ ਹੈਸ ਪੁੱਟ ਇਟ ਦੇਅਰ ਕਈ ਵਾਰ ਜਿਹਨੂੰ ਅਜੇ ਆਪਾਂ ਨੂੰ ਨਹੀਂ ਸਮਝਦੇ ਤੇ ਪਰ ਆਪਾਂ ਨੂੰ ਇਹ ਵਿਸ਼ਵਾਸ ਕਰਨਾ ਚਾਹੀਦਾ ਹੈ ਕਿਉਂਕਿ ਪਰਮੇਸ਼ਰ ਕਹਿ ਰਿਹਾ ਤੇ ਸੱਚ ਹੈਗੇ ਨੇ ਇਫ ਆਈ ਨੀਡ ਵਿਟਨੈਸਿਸ ਫੋਰ ਦਿਸ ਵਾਟ ਪੌਲ ਹੈਸ ਰਿਟਨ ਜੇ ਜੋ ਪੌਲ ਉਸਨੇ ਲਿਖਿਆ ਜੇ ਉਹਦੇ ਵਾਸਤੇ ਆਪਾਂ ਨੂੰ ਕੋਈ ਗਵਾਹੀ ਦੀ ਲੋੜ ਹੋਵੇ ਵੀ ਕੁਡ ਬ੍ਰਿੰਗ ਵੋਲਿਊਮ ਐਂਡ ਵੋਲਿਊਮ ਆਫ ਅਰਥਸ ਹਿਸਟਰੀ ਫਿਰ ਆਪਾਂ ਜਿਹੜੇ ਕਿੰਨਾ ਸਾਰਾ ਇਤਿਹਾਸ ਨੂੰ ਇਕੱਠਾ ਕਰ ਸਕਦੇ ਹਾਂ ਐਂਡ ਕੁਡ ਟੈਲ ਯੂ ਦ ਟੈਰੀਬਲ ਡੀਡਸ ਆਫ ਮੈਨਕਾਈਂਡ ਤੇ ਦੱਸ ਸਕਦੇ ਵੀ ਇਨਸਾਨ ਨੇ ਕਿੰਨੇ ਗੁਨਾਹ ਕੀਤੇ ਨੇ ਆਈ ਕੈਨ ਮੂਵ ਯੂ ਬਾਈ ਟੈਲਿੰਗ ਦ ਹੋਰਰ ਸਟੋਰੀਜ਼ ਆਫ ਵਾਟ ਪੀਪਲ ਹੈਵ ਡਨ ਔਨ ਅਦਰ ਪੀਪਲ ਮੈਂ ਤੁਹਾਨੂੰ ਆਪਣਾ ਇੰਨੀ ਚੀਜ਼ਾਂ ਦੱਸ ਸਕਦਾ ਕਿ ਲੋਕਾਂ ਨੇ ਕਿੰਨੇ ਕਿੰਨੇ ਮਾੜੇ ਕੰਮ ਕੀਤੇ ਨੇ ਮਾਨਵਤਾ ਦੇ ਖਿਲਾਫ ਆਈ ਕੁਡ ਟੈਲ ਯੂ ਅਬਾਊਟ ਹਾਊ ਦਿਸ ਵਰਲਡ ਇਜ਼ ਮੇਡ ਇਨਟੂ ਹੈਲ ਬਾਈ ਦ ਵਾਰਸ ਐਂਡ ਦ ਬਲੱਡ ਸ਼ੈਡ ਇਨ ਦਿਸ ਵਰਲਡ ਫਿਰ ਮੈਂ ਤੁਹਾਨੂੰ ਦੱਸ ਸਕਦਾ ਕਿ ਲੜਾਈਆਂ ਕਰਕੇ ਖੂਨ ਬਹਾਨ ਕਰਕੇ ਕਿੰਨਾ ਨੁਕਸਾਨ ਹੋਇਆ ਸੰਸਾਰ ਦਾ ਆਈ ਕੁਡ ਟਾਕ ਟੂ ਯੂ ਅਬਾਊਟ ਦ ਫਿਲੋਸਫਰਸ ਹੂ ਹੈਡ ਬ੍ਰੌਟ ਵਰਲਡਲੀ ਵਿਜ਼ਡਮ ਇਨਟੂ ਦਿਸ ਵਰਲਡ ਮੈਂ ਤੁਹਾਨੂੰ ਦੱਸ ਸਕਦਾ ਜਿਹੜੇ ਫਿਲੋਸਫਰਸ ਹੈਗੇ ਨੇ ਉਹਨਾਂ ਨੇ ਕਿਸ ਤਰ੍ਹਾਂ ਦੀ ਗੱਲਾਂ ਕੀਤੀਆਂ ਸੰਸਾਰ ਦੇ ਬਾਰੇ We as a civilized nation cannot endure this wickedness around us. ਅਸੀਂ ਕਿਉਂਕਿ ਅੱਛਾ ਸਮਾਜ ਹੈਗਾ ਇਸ ਕਰਕੇ ਅਸੀਂ ਇਸ ਤਰ੍ਹਾਂ ਦੀ ਦੁਸ਼ਟਤਾ ਹੈਗੀ ਹੈ ਇਹਨੂੰ ਨਹੀਂ ਅੱਗੇ ਚਲਾ ਸਕਦੇ ਬਟ ਸਿੰਸ ਇਟ ਇਜ਼ ਹੈਪਨਿੰਗ ਸੋ ਕੋਂਸਟੈਂਟਲੀ ਵੀ ਹੈਵ ਬਿਕਮ ਨੰਬ ਟੂ ਵਾਟ ਇਜ਼ ਹੈਪਨਿੰਗ ਅਰਾਊਂਡ ਅਸ ਪਰ ਕਿਉਂਕਿ ਇਹ ਸਾਡੇ ਆਲੇ ਦੁਆਲੇ ਲਗਾਤਾਰ ਹੁੰਦਾ ਆ ਰਿਹਾ ਹੈ ਇਸ ਕਰਕੇ ਅਸੀਂ ਇਹਦੇ ਖਿਲਾਫ਼ ਨਹੀਂ ਜਾਂਦੇ ਬਹੁਤਾ ਇਹਨਾਂ ਬਾਰੇ ਸੋਚਦੇ ਨੇ ਨੋ ਟੀਅਰਸ ਆਰ ਸ਼ੈਡ ਵੈਨ ਅਦਰ ਕ੍ਰਿਸਚੀਅਨਸ ਆਰ ਕਿਲਡ ਔਰ ਸਫਰਿੰਗ ਅਰਾਊਂਡ ਦ ਵਰਲਡ ਅੱਜ ਕੱਲ੍ਹ ਆਪਾਂ ਲੋਕ ਆਂਸੂ ਨਹੀਂ ਪਾਉਂਦੇ ਜਦੋਂ ਦੇਖ ਰਹੇ ਹਾਂ ਵੀ ਸੰਸਾਰ ਦੇ ਦੂਸਰੀ ਥਾਵਾਂ ਤੇ ਮਸੀਹ ਲੋਕਾਂ ਨੂੰ ਮਾਰਿਆ ਜਾ ਰਿਹਾ ਵੈਨ ਯੂ ਕੰਸੀਡਰ ਦ ਲਾਈਵਸ ਆਫ ਦਿਸ ਪੀਪਲ ਜਦੋਂ ਅਸੀਂ ਲੋਕਾਂ ਦਾ ਜੀਵਨ ਦੇਖ ਰਹੇ ਹਾਂ ਦ ਪੀਪਲ ਹੂ ਹੈਵ ਡਨ ਦਿਸ ਸੋਰਟ ਆਫ ਥਿੰਗਸ ਕਿਲਡ ਐਂਡ ਮਰਡਰਡ ਐਂਡ ਡਨ ਆਲ ਸੋਰਟਸ ਆਫ ਥਿੰਗਸ ਆਪਾਂ ਜਦੋਂ ਦੇਖਦੇ ਹਾਂ ਕਿ ਲੋਕਾਂ ਨੇ ਕਿਸ ਤਰ੍ਹਾਂ ਲੋਕਾਂ ਦਾ ਖੂਨ ਵਹਾਇਆ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਵੀ ਕੈਨ ਟਰੂਲੀ ਸੇ ਵਿਦ ਪੌਲ ਇਨ ਰੋਮਨਸ 3:12 ਦੈਟ ਦੀਸ ਪੀਪਲ ਆਰ ਗੋਨ ਆਊਟ ਆਫ ਦ ਵੇ ਦੇ ਆਰ ਆਲ ਟੂਗੈਦਰ ਬਿਕਮ ਅਨਪ੍ਰੋਫਿਟੇਬਲ ਐਂਡ ਦੇਰ ਇਜ਼ ਨੋ ਵਨ ਦੈਟ ਡੂਇਟ ਗੁੱਡ ਫਿਰ ਅਸੀਂ ਪੌਲਸ ਦੇ ਨਾਲ ਜਿਵੇਂ ਰੋਮੀਓ 3:12 ਲਿਖਿਆ ਹੈਗਾ ਕਿ ਕਹਿ ਸਕਦੇ ਵੀ ਇਹ ਲੋਕ ਜਿਹੜੇ ਹੈਗੇ ਨੇ ਇਹਨਾਂ ਨੇ ਬਿਲਕੁਲ ਪਰਮੇਸ਼ੁਰ ਦੇ ਹਰ ਚੀਜ਼ ਦੇ ਖਿਲਾਫ਼ ਗਏ ਨੇ ਐਂਡ ਇਫ ਦੈਟ ਇਜ਼ ਨੋਟ ਇਨਫ ਆਈ ਕੈਨ ਪੁਆਇੰਟ ਆਊਟ ਦ ਡਿਲਿਊਜ਼ਨ ਆਫ ਰਿਲੀਜੀਅਨਸ ਤੇ ਜੇ ਇਹੋ ਕੰਮ ਕਾਫ਼ੀ ਨਹੀਂ ਹੈਗਾ ਤੇ ਜਿਹੜੇ ਅਲੱਗ ਅਲੱਗ ਧਰਮ ਹੈਗੇ ਨੇ ਇਹਨਾਂ ਨੇ ਕਿੰਨਾ ਕੰਮ ਖਰਾਬ ਕੀਤਾ ਉਹਦੇ ਬਾਰੇ ਦੱਸ ਸਕਦੇ ਹਾਂ ਆਈ ਕੁਡ ਟੈਲ ਯੂ ਅਬਾਊਟ ਦੇਅਰ ਪ੍ਰੀਸਟਸ ਉਹਨਾਂ ਦੇ ਜਿਹੜੇ ਆਪਣਾ ਪ੍ਰਚਾਰਕ ਨੇ ਉਹਨਾਂ ਦੇ ਬਾਰੇ ਦੱਸ ਸਕਦੇ ਹਾਂ ਔਰ ਦ ਸੋਲਸ ਵਿਚ ਆਰ ਗ੍ਰਿਪਟ ਬਾਈ ਸੁਪਰਸਟੀਸ਼ਨ ਤੇ ਜਿਨ੍ਹਾਂ ਨੇ ਕੀ ਆਪਣਾ ਗਲਤ ਚੀਜ਼ਾਂ ਲੋਕਾਂ ਨੂੰ ਸੁਣਾ ਕੇ ਲੋਕਾਂ ਦੀ ਜਿਹੜੀ ਆਤਮਾਵਾਂ ਹੈਗੀਆਂ ਨੇ ਆਈ ਕੁਡ ਪਰੇਡ ਦੇਅਰ ਗੋਡਸ ਬਿਫੋਰ ਯੂ ਉਹਨਾਂ ਦੇ ਜਿਨ੍ਹਾਂ ਨੂੰ ਉਹਨਾਂ ਨੇ ਰੱਬ ਮੰਨਿਆ ਹੋਇਆ ਉਹਨਾਂ ਦੇ ਬਾਰੇ ਤੁਹਾਨੂੰ ਦੱਸ ਸਕਦਾ ਮੈਂ ਵੀ ਕੁਡ ਵਿਟਨੈਸ ਦੀ ਓਬਸੈਨਿਟੀਜ਼ ਦ ਸੈਟਨਿਕਲ ਰਾਈਟਸ ਐਂਡ ਵਿਚ ਦੇ ਕੰਸੀਡਰ ਸੇਕ੍ਰੇਡ ਤੇ ਦੱਸ ਸਕਦੇ ਹਾਂ ਜਿਹੜੇ ਲੋਕਾਂ ਨੂੰ ਚੀਜ਼ਾਂ ਨੂੰ ਪਵਿੱਤਰ ਮੰਨਦੇ ਨੇ ਉਹਨਾਂ ਨੂੰ ਕਿੰਨੇ ਦੋਸ਼ ਹੈਗੇ ਨੇ ਕਿੰਨੀਆਂ ਖਰਾਬ ਨੇ ਆਫਟਰ ਯੂ ਹੈਵ ਹਰਡ ਦਿਸ ਸੈਡ ਸੈਟਨ ਡਰਿਵਨ ਰਿਲੀਜੀਅਨਸ ਜਦੋਂ ਆਪਾਂ ਸੁਣਨੇ ਆ ਵੀ ਇਹ ਜਿਹੜੇ ਧਰਮ ਨੇ ਇਹਨਾਂ ਨੂੰ ਸ਼ੈਤਾਨ ਚਲਾ ਰਹੇ ਨੇ ਵੀ ਸ਼ੁਡ ਆਸਕ ਦਿਸ ਕੁਐਸਚਨ ਆਪਾਂ ਨੂੰ ਇਹ ਸਵਾਲ ਪੁੱਛਣਾ ਜ਼ਰੂਰੀ ਹੈ ਇਫ ਦਿਸ ਇਜ਼ ਸੇਕ੍ਰੇਡ ਵਾਟ ਇਜ਼ ਨਾਟ ਸੇਕ੍ਰੇਡ ਫਿਰ ਜੇ ਇਹ ਪਵਿੱਤਰ ਹੈ ਤਾਂ ਫਿਰ ਕੀ ਚੀਜ਼ ਪਵਿੱਤਰ ਨਹੀਂ ਹੈਗੀ ਐਂਡ we would say we are guilty of carnal mind te apan pata lagya ki apan doshi hai gaya sharirik dimag rakhan de when a man comes close or a woman comes close to god jido ek insaan rab de nede aanda hai they will be ready to confess their wickedness oh jado rab de nede aande ne te ohna nu jehdi apni buraiyan hundiyan ne ohna da pashtawa hunda hai my dear brothers and sisters if we come to god and do not be bowed down by the enormity of the wickedness in our human life or heart we lack a lot of things before god mere pehn bhra jadon assi parmeshwar de samne aane ha te sanu apni kamiyan nazar nahi aandiyan inne vishal parmeshwar agge te inna matlab apan nu bahut kuch sochan di lod hai why do I say this main kyon kehna is tarah those whose garment are whitest will best notice the spots upon them ਜਿਨ੍ਹਾਂ ਦੇ ਜਿਹੜੇ ਵਸਤਰ ਹੈਗੇ ਨੇ ਸ਼ਵੇਤ ਹੋਣਗੇ ਉਹਨਾਂ ਵਿੱਚ ਦਾਗ ਦਾ ਛੇਤੀ ਪਤਾ ਲੱਗੇਗਾ ਦ ਕਰਾਊਨ ਹੂ ਦ ਮੈਨ ਹੂਜ਼ ਕਰਾਊਨ ਸ਼ਾਈਨਸ ਦ ਬ੍ਰਾਈਟੈਸਟ ਵਿਲ ਡਿਸਕਵਰ ਦੇਰ ਇਜ਼ ਅ ਮਿਸਿੰਗ ਜੁਐਲ ਤੇ ਜਿਹੜਾ ਬੰਦੇ ਦਾ ਤਾਜ ਸਭ ਤੋਂ ਜ਼ਿਆਦਾ ਚਮਕੇਗਾ ਜੇ ਉਹਦੇ ਵਿੱਚ ਕੋਈ ਨੱਕ ਦੀ ਕਮੀ ਹੋਏਗੀ ਤਾਂ ਫੌਰਨ ਪਤਾ ਲੱਗੇਗੀ
He who gives more light to the world will discover his own darkness. ਜਿਹੜਾ ਬੰਦਾ ਲੋਕਾਂ ਨੂੰ ਜ਼ਿਆਦਾ ਰੋਸ਼ਨੀ ਦੇਗਾ ਉਹਨੂੰ ਆਪਣੇ ਅੰਧਕਾਰ ਦਾ ਵੀ ਪਤਾ ਲੱਗੇਗਾ. The angels of heaven veil their face when they come before God. ਜਦੋਂ ਆਪਣਾ ਸਵਰਗ ਦੂਤ ਪਰਮੇਸ਼ਰ ਸਾਹਮਣੇ ਜਾਂਦੇ ਨੇ ਤੇ ਆਪਣੇ ਚਿਹਰੇ ਤੇ ਕਪੜਾ ਢੱਕ ਲੈਂਦੇ ਨੇ. But the angels of God on earth who are representing God, we don't even know who God is. ਪਰ ਜਿਹੜੇ ਆਪਾਂ ਜਿਵੇਂ ਪਰਮੇਸ਼ੁਰ ਦੇ ਇੱਕ ਤਰ੍ਹਾਂ ਦੇ ਦੂਤ ਹੈਗੇ ਹਾਂ ਸੰਸਾਰ ਵਿੱਚ, ਅੱਛਾ ਸਾਨੂੰ ਨਹੀਂ ਪਤਾ ਲੱਗਦਾ ਕਿ ਪਰਮੇਸ਼ੁਰ ਦੀ ਕਿੰਨੀ ਵਿਸ਼ਾਲਤਾ ਹੈਗੀ ਹੈ. ਲਿਸਨ ਟੂ ਡੇਵਿਡ ਇਨ ਸਾਮ 51:5. ਦਾਊਦ ਦਾ ਸੁਣਾਂਗੇ ਸਾਮ ਭਜਨ ਸੰਹਿਤਾ 51:5 ਵਿੱਚ. ਬਿਹੋਲਡ ਆਈ ਵਾਸ ਸ਼ੇਪਨ ਇਨ ਇਨਕੁਇਟੀ ਇਨ ਸਿਨ ਡਿਡ ਮਾਈ ਮਦਰ ਕਨਸੀਵ ਮੀ. Whoever gets it can read Psalm 51:5, please. ਇਕਿਆਵਨ ਦਾ ਪੰਜ ਕਹਿੰਦਾ ਪਰਮੇਸ਼ੁਰ ਦਾ ਵਚਨ, ਦੇਖ ਮੈਂ ਅਧਰਮ ਮੇ ਕੇ ਸਾਥ ਉਤਪੰਨ ਹੁਆ ਔਰ ਪਾਪ ਕੇ ਸਾਥ ਆਪਣੀ ਮਾਤਾ ਕੇ ਗਰਭ ਮੇ ਪੜਾ. ਹੇਅਰ ਆਲ ਦੋਸ ਹੋਲੀ ਮੈਨ ਹੂ ਵਰ ਮੂਵਡ ਬਾਈ ਗੋਡ ਐਂਡ ਰੋਟ ਅਵਰ ਸਕ੍ਰਿਪਚਰਸ. ਅਤੇ ਜਿੰਨੇ ਵੀ ਪਰਮੇਸ਼ੁਰ ਦੇ ਜਨ ਸੀਗੇ ਉਹਨਾਂ ਨੇ ਦਰਦ ਨਾਲ ਆਪਣੇ ਵਚਨ ਲਿਖੇ. ਈਵਨ ਪੌਲ ਸੈਡ ਇਨ ਰੋਮਨ 7:24, ਓ ਰੈਚਡ ਮੈਨ ਦੈਟ ਆਈ ਐਮ, ਹੂ ਸ਼ੈਲ ਡਿਲੀਵਰ ਮੀ ਫਰੋਮ ਦਿਸ ਬੋਡੀ ਆਫ ਡੈਥ. ਤੇ ਜਿਵੇਂ ਪੌਲ ਉਸਨੇ ਵੀ ਰੋਮੀਓ 17:24 ਵੀ ਲਿਖਿਆ ਕਿ ਮੈਂ ਇੰਨਾ ਅਭਾਗਾ ਇਨਸਾਨ ਆ, ਕੌਣ ਮੈਨੂੰ ਮੇਰੇ ਪਾਪ ਦੇ ਜੀਵਨ ਤੋਂ ਬਚਾਏਗਾ. ਸਾਮ 14:1, ਦੇਰ ਇਜ਼ ਅ ਵਰਸ ਵਿਚ ਸੇਜ਼ ਦ ਫੂਲ ਹੈਜ਼ ਸੈਡ ਇਨ ਹਿਸ ਹਾਰਟ ਦੇਰ ਇਜ਼ ਨੋ ਗੋਡ. ਸਾਮ 14:1 ਕਹਿੰਦਾ ਵੀ ਆਪਣੇ ਇੱਕ ਜਿਹੜਾ ਮੂਰਖ ਇਨਸਾਨ ਹੈਗਾ ਉਹੀ ਉਹ ਕਹਿੰਦਾ ਕਿ ਪਰਮੇਸ਼ਵਰ ਨਹੀਂ ਹੈਗਾ. ਐਕਚੁਅਲੀ ਦ ਗ੍ਰੀਕ ਟ੍ਰਾਂਸਲੇਟਸ ਲਾਈਕ ਦਿਸ, ਜਿਹੜੀ ਗ੍ਰੀਕ ਭਾਸ਼ਾ ਉਹਨੇ ਐਵੇਂ ਕਹਿੰਦਾ ਹੈਗਾ, ਦ ਫੂਲ ਹੈਜ਼ ਸੈਡ ਇਨ ਹਿਸ ਹਾਰਟ ਨੋ ਗੋਡ, ਕਿ ਪਰਮੇਸ਼ਵਰ ਨੇ ਮੂਰਖ ਨੇ ਆਪਣੇ ਦਿੱਲੀ 'ਚ ਕਿਹਾ ਕਿ ਰੱਬ ਨਹੀਂ ਹੈਗਾ. The fool does not say there is God, there is no God. Murak. The fool does not say there is no God. Murak hai ni kehnda ki rab nahi hai ga. The fool says he does not want God to be there. Murak hai kehnda onde jagah te ki oh chahnda nahi ki rab hove koi. I don't want anything. Ki mainu rab na koi vaasta nahi hai ga. I want to do what I want to do, the way I want to do and only what I want to do. Main ove karna chahna jive meri marzi hogi, jive main chahwanga ove karanga main. Today the whole world looks for, it is my way, this is what I want to do, I don't want anybody to say anything against me. Aaj sansar log kehnde ne ki jis tarah main karda ohi theek hai, koi meri khilafat na kare, mere khilaf na bole. We live our life as if there is no God. Assi apna jeevan is tarah jinne jis tarah ki parmeshwar da astitv hega hi nahi. Being believers we continue with our envying, lust, hatred and other such fleshly fruits. Asi vishwasi hunde bawajood lokan na ishcha rakhne aa, bair rakhne aa, us tarah cheezan rakhne aa dimag vich. Though we are born again, our carnal mind wishes that God doesn't exist. Aapa vaise ta nava jeevan prabhu prapt kita hai, par phir vi sada jehda sharirik dimag hai ohde hisab naal nahi chalda. When our mind realizes that there is a God, jido sanu eh pata lagda ki waqai parmeshwar hega, we want to bring God to our size. Te phir aapa jehda parmeshwar hega ohnu apne star te le aane ha. We wish God was a little less holy. Aapa odo umeed karde ki parmeshwar thoda ghat pavitra hove. He may be less little less pure. ਘੱਟ ਪਵਿੱਤਰ ਹੋਵੇ. ਨੋ, ਲੈਸ ਹੋਲੀ ਲੈਸ ਪਿਓਰ ਲੈਸ ਸ਼ੁੱਧ ਲੈਸ. ਓਕੇ, ਘੱਟ ਸ਼ੁੱਧ ਹੋਵੇ ਅਤੇ ਘੱਟ ਆਪਣਾ ਪਵਿੱਤਰ ਹੋਵੇ. ਐਂਡ ਸੋ ਹੀ ਮੇ ਲੁੱਕ ਓਵਰ ਲੁੱਕ ਆਵਰ ਅਫੈਂਸਿਸ. ਉਹ ਤਾਂ ਕਰਕੇ ਉਹ ਜੇ ਸਾਡੇ ਆਪਣਾ ਗੁਨਾਹ ਹੋਣਗੇ ਉਹਦੇ ਤੋਂ ਛਿਪੇ ਰਹਿਣਗੇ. ਮੈਨੀ ਟਾਈਮਸ ਵੀ ਵਿਸ਼ ਹੋਪ ਦਿਸ ਸਿਨ ਇਜ਼ ਨੋਟ ਅਫੈਂਸ ਅਗੇਂਸਟ ਗੋਡ. ਕਈ ਵਾਰੀ ਆਪਾਂ ਸੋਚਦੇ ਹਾਂ ਆਪਾਂ ਬੁਰਾਈ ਕਰਦੇ ਹਾਂ, ਗੁਨਾਹ ਕਰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਜਿਹੜੇ ਬੁਰਾਈ ਹੈ ਪਰਮੇਸ਼ੁਰ ਦੇ ਖਿਲਾਫ ਨਾ ਹੋਵੇ. ਓ ਗੋਡ ਇਜ਼ ਮਰਸੀਫੁਲ, ਹੀ ਵਿਲ ਓਵਰਲੁੱਕ ਮਾਈ ਸਿਨ. ਆਪਾਂ ਕਹਿੰਦੇ ਹਾਂ ਪਰਮੇਸ਼ੁਰ ਦਇਆ ਕਰਨ ਵਾਲਾ ਹੈਗਾ, ਸਾਡੇ ਪਾਪ ਨੂੰ ਨਜ਼ਰਅੰਦਾਜ਼ ਕਰੇਗਾ. I have news for you, my dear friends. ਮੇਰੇ ਤੁਹਾਡੇ ਵਾਸਤੇ ਇੱਕ ਸਮਾਚਾਰ ਹੈਗਾ. When we wish to change God, ਜਦੋਂ ਅਸੀਂ ਪਰਮੇਸ਼ੁਰ ਨੂੰ ਬਦਲਣਾ ਚਾਹੁੰਦੇ ਹਾਂ, ਇਟ ਪ੍ਰੂਵਸ ਦੈਟ ਵੀ ਆਰ ਨਾਟ ਇਨ ਲਵ ਵਿਦ ਗੋਡ, ਆਵਰ ਕਾਰਨਲ ਮਾਈਂਡ ਇਜ਼ ਐਨੀਮਿਟੀ ਅਗੇਂਸਟ ਗੋਡ. ਫਿਰ ਅਸੀਂ ਇਹ ਸਾਬਤ ਕਰਨੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਜਨ ਨਹੀਂ ਹੈਗੇ ਅਤੇ ਸਾਡਾ ਜਿਹੜਾ ਸਰੀਰਕ ਦਿਮਾਗ ਹੈਗਾ ਉਹ ਪਰਮੇਸ਼ੁਰ ਦੇ ਖਿਲਾਫ ਹੈ. ਵੀ ਟਾਕ ਅਬਾਊਟ ਆਲ ਦਾ ਵੰਡਰਫੁਲ ਨੇਚਰ ਆਫ ਗੋਡ. ਅਸੀਂ ਬਹੁਤ ਸਾਰੀ ਪਰਮੇਸ਼ੁਰ ਜਿਹੜੀ ਪ੍ਰਕਿਰਤੀ ਉਤਪੰਨ ਕੀਤੀ ਉਹਦੇ ਬਾਰੇ ਗੱਲਾਂ ਕਰਦੇ ਹਾਂ. ਥੈਂਕ ਯੂ ਫੋਰ ਦਾ ਬਲੂ ਸਕਾਈਸ. ਆਪਾਂ ਜਿਹੜੇ ਨੀਲੇ ਅਸਮਾਨ ਦੀ ਗੱਲਾਂ ਕਰਦੇ ਹਾਂ. ਵੀ ਟਾਕ ਅਬਾਊਟ ਦਾ ਵੰਡਰਫੁਲ ਯੂਨੀਵਰਸ. ਆਪਾਂ ਜਿਹੜਾ ਸੰਸਾਰ ਨੇ ਪਰਮੇਸ਼ੁਰ ਨੇ ਸੰਸਾਰ ਬਣਾਇਆ ਉਹਦੀ ਗੱਲਾਂ ਕਰਦੇ ਹਾਂ. ਬਟ ਵੀ ਵਾਂਟ ਹਿਮ ਇਨ ਆਵਰ ਟਰਮਸ. ਪਰ ਅਸੀਂ ਉਹਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਹਾਂ. We have transgressed against God by constantly breaking his laws. Asi parmeshwar de bar bar unde kehna nu tod ke unde against khilafat kiti hai. We have violated his rest.
ਅਸੀਂ ਪਰਮੇਸ਼ਵਰ ਨੇ ਜਿਹੜਾ ਸਾਨੂੰ ਆਰਾਮ ਦੇਣਾ ਚਾਹਿਆ ਉਹਨੂੰ ਵਿਗਾੜਿਆ ਵੀ ਹੈਵ ਸਟੈਂਪਡ ਔਨ ਹਿਸ ਸਟੈਟਿਊਟਸ ਅਸੀਂ ਲਾਜ਼ ਅਸੀਂ ਉਹਦੇ ਜਿਹੜੇ ਕਾਨੂੰਨ ਸੀ ਉਹਨਾਂ ਨੂੰ ਪੈਰਾਂ ਥੱਲੇ ਮੇਧਿਆ ਵੀ ਹੈਵ ਡਿਸਪਾਈਸਡ ਹਿਸ ਗੋਸਪਲ ਅਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਆਪਣਾ ਛੋਟਾ ਮੰਨਿਆ ਯੈਸ ਇਟ ਇਜ਼ ਮੋਸਟ ਟਰੂ ਕਾਰਨਲ ਮਾਇੰਡ ਇਜ਼ ਐਨਮਿਟੀ ਅਗੇਂਸਟ ਗੋਡ ਤਾਂ ਆਪਾਂ ਕਹਿੰਦੇ ਕਿ ਸੱਚ ਹੈਗਾ ਜਿਹੜਾ ਸਰੀਰਕ ਦਿਮਾਗ ਹੈਗਾ ਉਹ ਪਰਮੇਸ਼ਵਰ ਦਾ ਸ਼ਤਰੂ ਹੈ ਨਾਓ ਦ ਸੈਕਿੰਡ ਪੁਆਇੰਟ ਵੀ ਆਰ ਗੋਇੰਗ ਟੂ ਸੀ ਇਜ਼ the commonness or the universality of this sin te dusri gal samjhange jehda aapa jehde gunah di gal kar rahe hain eh sansari sare passe hega the declaration is not just for one person it is for a class the human race eh sirf ik jan waste nahi hega eh pure samaj waste hega it's a encompassing statement a complete statement including everybody eh jehdi apna statement hai ki eh saryan nu vich jodde hegi hai not being changed by the holy spirit is resulting in carnal mind je saji pavitra atma di madad nal apni badlav nahi leke aunde ta sada jehda sharirik dimag hunda it does not exclude infants I want to bring this up main vi dassan chahwangi jehde chote bacche hunde ne oh vi inde to ohde nal jude hoye ne we call babies innocent kai var pa kehna ke je chote bacche je hunde ne oh masoom hunde ne yes they have not transgressed any law that is true they are innocent to that extent ਠੀਕ ਗੱਲ ਹੈ ਕਿ ਉਹ ਮਾਸੂਮ ਉਸ ਮਾਮਲੇ 'ਚ ਹੈਗੇ ਨੇ ਕਿਉਂਕਿ ਉਹਨਾਂ ਨੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਦੇਰ ਇਜ਼ ਇਨ ਦੈਟ ਇਨਫੈਂਟ ਅ ਕਾਰਨਲ ਮਾਇੰਡ ਉਸ ਛੋਟੇ ਦਿਮਾਗ ਸਰੀਰ 'ਚ ਵੀ ਸਰੀਰਕ ਦਿਮਾਗ ਹੈਗਾ ਇਟ ਇਜ਼ ਐਨੀਮਿਟੀ ਅਗੇਂਸਟ ਗੋਡ ਜਿਹੜਾ ਕਿ ਪਰਮੇਸ਼ੁਰ ਦੇ ਖਿਲਾਫ਼ ਸ਼ਤਰੂਤਾ ਹੈ ਇਟ ਇਜ਼ ਨੋਟ ਡਿਵੈਲਪਡ ਬਟ ਇਟ ਹਾਈਡਸ ਦੇਰ ਉਹ ਅਜੇ ਵਿਕਸਿਤ ਤਾਂ ਨਹੀਂ ਹੋਇਆ ਪਰ ਉਹਨੇ ਛੁਪਿਆ ਹੋਇਆ ਸਮ ਸੇ ਚਿਲਡਰਨ ਲਰਨ ਬਾਈ ਇਮੀਟੇਸ਼ਨ ਕੁਛ ਲੋਕ ਕਹਿੰਦੇ ਨੇ ਬੱਚੇ ਜਿਹੜਾ ਆਸ ਪਾਸ ਦੀ ਚੀਜ਼ਾਂ ਨੂੰ ਦੇਖ ਕੇ ਆਪਣਾ ਸਿੱਖਦੇ ਨੇ ਇਟ ਇਜ਼ ਨੋਟ ਟਰੂ ਇਹ ਸੱਚ ਨਹੀਂ ਹੈ ਟੇਕ ਅ ਚਾਈਲਡ ਅਵੇ ਐਂਡ ਪੁੱਟ ਹਿਮ ਇਨ ਦਾ ਮੋਸਟ ਹੋਲੀ ਪਲੇਸ ਜੇ ਆਪਾਂ ਇੱਕ ਬੱਚੇ ਨੂੰ ਲੈ ਕੇ ਬਹੁਤ ਪਵਿੱਤਰ ਜਗ੍ਹਾ 'ਤੇ ਰੱਖ ਦਈਏ ਦੈਟ ਈਵਨ ਦਾ ਵੈਰੀ ਏਅਰ ਹੀ ਬ੍ਰੀਥਸ ਇਜ਼ ਹੋਲੀ ਜਿਹੜੀ ਉੱਥੇ ਉਹ ਆਪਣਾ ਸਾਹ ਵੀ ਲੇਗਾ ਉਹ ਵੀ ਪਵਿੱਤਰ ਹੈ ਲੈਟ ਹਿਮ ਨੋਟ ਹੀਅਰ ਐਨੀਥਿੰਗ ਅਦਰ ਦੈਨ ਪ੍ਰੇਅਰ ਐਂਡ ਪ੍ਰੇਜ਼ ਉਹਨੂੰ ਜੇ ਆਪਾਂ ਕਹੀਏ ਵੀ ਕੋਈ ਹੋਰ ਗੱਲਾਂ ਨਾ ਸੁਣੇ ਸਿਰਫ ਪ੍ਰਾਰਥਨਾ ਚੰਗੀ ਗੱਲਾਂ ਸੁਣੇ ਆਲਵੇਜ਼ ਹੀਅਰਿੰਗ ਸਕ੍ਰਿਪਚਰਲ ਸੌਂਗਸ ਹਮੇਸ਼ਾ ਉਹ ਜਿਹੜੇ ਵਚਨ ਦੇ ਆਪਣਾ ਭਜਨ ਹੈਗੇ ਨੇ ਉਹੀ ਸੁਣੇ ਸਟਿਲ ਹੀ ਕੁਡ ਬਿਕਮ ਦ ਗ੍ਰੋਸੈਸਟ ਆਫ ਦ ਟ੍ਰਾਂਸਗ੍ਰੈਸਰਸ ਉਸ ਤੋਂ ਬਾਅਦ ਵੀ ਜਿਹੜਾ ਪਰਮੇਸ਼ਰ ਨਿਯਮਾਂ ਦੀ ਉਲੰਘਣਾ ਕਰੇਗਾ ਉਹ ਲੈਨਿਨ ਵਾਸ ਲਾਈਕ ਦੈਟ ਲੈਨਿਨ ਉਸੇ ਤਰ੍ਹਾਂ ਸੀਗਾ ਬ੍ਰੌਟ ਅਪ ਇਨ ਦ ਮੋਸਟ ਰਿਲੀਜੀਅਸ ਫੈਮਿਲੀ ਉਹਨੂੰ ਇੱਕ ਬਹੁਤ ਹੀ ਧਾਰਮਿਕ ਪਰਿਵਾਰ ਦੇ ਵਿੱਚ ਆਪਣਾ ਵੱਡਾ ਕੀਤਾ ਗਿਆ ਸਪੋਜ਼ ਟੂ ਗੋ ਇਨ ਟੂ ਸੈਮੀਨਰੀ ਉਹ ਆਪਣਾ ਜਿਹੜਾ ਬਾਈਬਲ ਦੀ ਸਿੱਖਿਆ ਆਪਣਾ ਪ੍ਰਾਪਤ ਕਰਨ ਨੂੰ ਤਿਆਰ ਸੀ ਬਟ ਹੀ ਕਿਲਡ 60 ਮਿਲੀਅਨ ਰਸ਼ੀਅਨਸ ਪਰ ਉਹਨੇ 60 ਮਿਲੀਅਨ ਰਸ਼ੀਅਨ ਦਾ ਕਤਲ ਕਰਤਾ ਸੋ ਇਟ ਇਜ਼ ਨੋਟ ਬਾਈ ਇਮੀਟੇਸ਼ਨ ਇਟ ਇਜ਼ ਬਾਈ ਦ ਵੈਰੀ ਨੇਚਰ ਦੈਟ ਅ ਪਰਸਨ ਇਜ਼ ਹੂ ਇਜ਼ ਇਸ ਕਰਕੇ ਆਪਾਂ ਕਿਸੇ ਦੇ ਸਿਖਾਇਆ ਨਹੀਂ ਇਹ ਸਾਡੇ ਵਜੂਦ ਦੇ ਅੰਦਰ ਹੈਗਾ ਕਿ ਅਸੀਂ ਗੁਨਾਹ ਕਰਨੇ ਹੈਗੇ ਹਾਂ ਦ ਕਾਰਨਲ ਮਾਈਂਡ ਇਜ਼ ਐਨੀਮਿਟੀ ਅਗੇਂਸਟ ਗੋਡ ਜਿਹੜਾ ਸਰੀਰਕ ਦਿਮਾਗ ਹੈ ਪਰਮੇਸ਼ਵਰ ਦਾ ਸ਼ਤਰੂ ਹੈਗਾ ਇਫ ਅ ਕ੍ਰੋਕੋਡਾਇਲ ਕਮਸ ਆਊਟ ਆਫ ਇਟਸ ਸ਼ੈਲ ਐਗ ਸ਼ੈਲ ਜੇ ਇੱਕ ਮਗਰਮੱਛ ਜਿਹੜਾ ਹੈਗਾ ਆਪਣੇ ਅੰਡੇ ਤੋਂ ਬਾਹਰ ਨਿਕਲ ਆਵੇ ਇਟ ਵਿਲ ਰਾਈਟ ਅਵੇ ਓਪਨ ਇਟਸ ਮਾਊਥ ਟੂ ਗ੍ਰੈਬ ਐਂਡ ਬਾਈਟ ਉਹ ਨਿਕਲਦੇ ਆ ਸਾਰੀ ਮੂੰਹ ਖੋਲੇਗਾ ਤਾਂ ਕਿ ਕਿਸੇ ਨੂੰ ਖਾ ਲਵੇ ਸੋ ਇਟ ਇਜ਼ ਵਿਦ ਅ ਚਾਈਲਡ ਉਸੇ ਤਰ੍ਹਾਂ ਬੱਚੇ ਨਾਲ ਵੀ ਹੈਗਾ ਯੂ ਮੇ ਟ੍ਰੇਨ ਹਿਮ ਵਿਦ ਐਜੂਕੇਸ਼ਨ ਆਪਾਂ ਉਹਨੂੰ ਭਾਵੇਂ ਤਿਆਰ ਕਰੀਏ ਸਿੱਖਿਆ ਦੇ ਕੇ ਵੇ ਡੂ ਵਾਟ ਯੂ ਵਿਲ ਵਿਦ ਹਿਮ ਯੂ ਮੇ ਡੂ ਵਟਐਵਰ ਵਿਦ ਹਿਮ ਜੋ ਮਰਜ਼ੀ ਅਛਾਈ ਕਰੀ ਉਹਦੇ ਨਾਲ ਬਟ ਇਫ ਗੋਡ ਡਜ਼ਨਟ ਚੇਂਜ ਹਿਸ ਹਾਰਟ ਹੀ ਹੈਜ਼ ਅ ਕਾਰਨਲ ਹਾਰਟ ਵਿਚ ਇਜ਼ ਐਨੀਮਿਟੀ ਅਗੇਂਸਟ ਗੋਡ ਪਰ ਜੇ ਪਰਮੇਸ਼ਵਰ ਉਹਦੇ ਸੋਚ ਨੂੰ ਨਾ ਬਦਲੇ ਤਾਂ ਉਹਦੀ ਜਿਹੜੀ ਸੋਚ ਹੈਗੀ ਹੈ ਵਾਕਈ ਸਰੀਰਕ ਸੋਚ ਹੈਗੀ ਹੈ ਇਫ ਇਟ ਅਪਲਾਈਜ਼ ਟੂ ਚਿਲਡਰਨ ਇਟ ਅਪਲਾਈਜ਼ ਟੂ ਅਸ ਗਰੋਨ ਅਪਸ ਜੇ ਉਹ ਬੱਚਿਆਂ ਤੇ ਚੀਜ਼ਾਂ ਲਾਗੂ ਹੁੰਦੀ ਹੈ ਤਾਂ ਸਾਡੇ ਵੱਡਿਆਂ ਤੇ ਵੀ ਲਾਗੂ ਹੁੰਦੀ ਹੈ ਦੇ ਆਰ ਮੈਨੀ ਮੈਨ ਹੂ ਆਰ ਬੋਰਨ ਇਨਟੂ ਯੂ ਨੋ ਗ੍ਰੇਟਨੈਸ ਇਹ ਬੜੇ ਲੋਕ ਨੇ ਜਿਹੜੇ ਮਹਾਨਤਾ ਵਿੱਚ ਜੀਵਨ ਬਤੀਤ ਕਰਦੇ ਨੇ ਹੂ ਹੈਵ ਲਿਵਡ ਅ ਲਾਈਫ ਵਿਚ ਇਜ਼ ਵੈਰੀ ਪਾਇਸ ਉਹਨਾਂ ਦਾ ਜਿਹੜਾ ਜੀਵਨ ਹੁੰਦਾ ਬਹੁਤ ਸ਼ੁੱਧ ਹੁੰਦਾ ਟੇਕ ਫੋਰ ਐਗਜ਼ਾਮਪਲ ਦ many rishis and gandhi and others we have heard in india jive aapa hindustani sunne bahut rishi muni hunde ne ya mahatma gandhi gal karne ha consider the digambars in the jains they walk naked they don't even hurt a fly te jive aapa jainiya de jere sant hunde ne jehde ki ik jera chhota ja jantu hunda oh nu paira thalle ni milna chahnde consider the others who are great scientists who discover great things even beyond our imagination upon vigyanika de bare gal karna jehde mahaan maan navik chida ikkhe karde ne ohna soch di gal karde ha men great in knowledge scientific knowledge oh insaan jinna di buddhi hai ki oh badi vaddi hai all of these people
have a carnal mind which is enmity against God. ਇਹ ਸਾਰੇ ਜਿੰਨਾਂ ਦੇ ਆਪਾਂ ਗੱਲਾਂ ਕੀਤੀਆਂ ਨੇ ਇਹ ਸਾਰਿਆਂ ਦੇ ਜਿਹੜੀ ਸੋਚ ਹੈਗੀ ਉਹ ਸਰੀਰਕ ਸੋਚ ਹੈਗੀ ਹੈ ਜਿਹੜੀ ਕਿ ਪਰਮੇਸ਼ਵਰ ਦੀ ਸ਼ਤਰੂ ਹੈਗੀ ਹੈ. We may train them, we may train our children, we may train ourselves. ਅਸੀਂ ਆਪਣੇ ਆਪ ਨੂੰ ਭਾਵੇਂ ਤਿਆਰ ਕਰੀਏ ਭਾਵੇਂ ਆਪਣੇ ਬੱਚਿਆਂ ਨੂੰ ਤਿਆਰ ਕਰੀਏ. So that our intellect becomes very divine. ਤਾਂ ਕਿ ਉਹ ਇਹ ਸੋਚ ਕੇ ਕਿ ਜਿਹੜੀ ਸਾਡੀ ਸੋਚਣ ਦੀ ਸ਼ਕਤੀ ਹੈਗੀ ਹੈ ਉਹ ਬਹੁਤ ਜ਼ਿਆਦਾ ਪਰਮੇਸ਼ਵਰ ਦੇ ਨਾਲ ਮਿਲ ਗਈ. But our carnal mind still remains enmity with God. ਪਰ ਜਿਹੜਾ ਸਾਡਾ ਸਰੀਰਕ ਸੋਚ ਹੈਗੀ ਹੈ ਉਹ ਫਿਰ ਵੀ ਪਰਮੇਸ਼ਵਰ ਦੀ ਸ਼ਤਰੂ ਰਹੇਗੀ. A scientist may discover wonderful things. ਇੱਕ ਵਿਗਿਆਨਿਕ ਭਾਵੇਂ ਵੱਡੀ ਵੱਡੀ ਚੀਜ਼ ਦਾ ਲਾਭ ਲਵੇ. He may some great knowledge people will expound. ਉਹ ਭਾਵੇਂ ਇੰਨੀ ਵੱਡੀ ਬੁੱਧੀ ਦੀ ਗੱਲ ਕਰੇ ਕਿ ਲੋਕੀ ਬੜੇ ਹੈਰਾਨ ਹੋ ਜਾਣ. You can bring him in the church. ਜੇ ਉਹਨੂੰ ਆਪਾਂ ਕਲੀਸੀਆ 'ਚ ਲੈ ਆਈਏ. ਸੋ ਦੈਟ ਹੀ ਵਿਲ ਹੀਅਰ ਆਲ ਦ ਪ੍ਰੀਚਿੰਗ. ਫਿਰ ਤਾਂ ਕਿ ਉਹ ਇੱਥੇ ਆ ਕੇ ਪ੍ਰਚਾਰ ਸੁਣੇ. ਆਲ ਦ ਵੰਡਰਫੁਲ ਥਿੰਗਸ ਅਬਾਊਟ ਗ੍ਰੇਸ. ਜਿਹੜੇ ਪਰਮੇਸ਼ਵਰ ਨੇ ਬਹੁਤ ਵੱਡੇ ਵੱਡੇ ਗੱਲਾਂ ਸਾਨੂੰ ਲਿਖੀਆਂ ਨੇ ਬੱਚੇ ਨੇ ਉਹ ਸੁਣੇ. ਹੀ ਵਿਲ ਸਟਿਲ ਬੀ ਲਾਈਕ ਦ ਚਰਚ ਡੋਰ ਵਿਚ ਓਪਨਸ ਐਂਡ ਕਲੋਜ਼ਸ ਨੈਵਰ ਚੇਂਜਸ. ਉਹ ਫਿਰ ਵੀ ਉਹ ਚਰਚ ਦਰਵਾਜ਼ੇ ਤਰ੍ਹਾਂ ਹੋ ਜਾਏਗਾ ਜਿਹੜਾ ਕਿ ਭਾਵੇਂ ਇੱਥੇ ਹੈਗਾ ਪਰ ਫਿਰ ਉਹਦੇ ਬਦਲਾਵ ਨਹੀਂ ਆਉਂਦਾ. ਦ ਕਾਰਨਲ ਮਾਈਂਡ ਇਜ਼ ਐਨੀਮਿਟੀ ਅਗੇਂਸਟ ਗੋਡ. ਜਿਹੜਾ ਸਰੀਰਕ ਦਿਮਾਗ ਹੈਗਾ ਪਰਮੇਸ਼ਵਰ ਦੇ ਸ਼ਤਰੂ ਹੈ. ਇਟਸ ਨਾਟ ਵਾਟ ਆਈ ਐਮ ਸੇਇੰਗ, ਇਟਸ ਵਾਟ ਗੋਡਸ ਵਰਡ ਸੇਜ਼. ਇਹ ਗੱਲ ਮੈਂ ਨਹੀਂ ਕਹਿ ਰਿਹਾ, ਪਰਮੇਸ਼ਵਰ ਦਾ ਵਚਨ ਕਹਿੰਦਾ. ਇਫ ਯੂ ਡੋਨਟ ਲਾਈਕ ਇਟ ਯੂ ਕੈਨ ਲੀਵ ਇਟ. ਜੇ ਤੁਹਾਨੂੰ ਪਸੰਦ ਨਹੀਂ ਹੈ ਤਾਂ ਕੋਈ ਗੱਲ ਨਹੀਂ, ਛੋੜ ਸਕਦੇ ਹੋ ਉਹਨੂੰ. ਇਟ ਇਜ਼ ਮਾਈ ਮਾਸਟਰਸ ਮੈਸੇਜ. ਇਹ ਮੇਰਾ ਜਿਹੜਾ ਮਾਸਟਰ ਹੈ ਪਰਮੇਸ਼ਵਰ, ਉਹਦਾ ਸੰਦੇਸ਼ ਹੈਗਾ. ਆਫ ਐਵਰੀ ਵਨ ਆਫ ਅਸ, ਮੈਨ, ਵਿਮਨ, ਚਿਲਡਰਨ. ਇਹ ਭਾਵੇਂ ਆਪਾਂ ਕੋਈ ਵੀ ਹੋਈਏ, ਆਦਮੀ ਹੋਈਏ, ਔਰਤ ਹੋਈਏ, ਸਾਰਿਆਂ 'ਤੇ ਲਾਗੂ ਹੈ. ਮਾਈਸੈਲਫ ਟੂ, ਮੇਰੇ 'ਤੇ ਵੀ ਲਾਗੂ ਹੈ. ਇਫ ਆਵਰ ਮਾਈਂਡ ਇਜ਼ ਨਾਟ ਰੀਨਿਊਡ ਬਾਈ ਦ ਹੋਲੀ ਸਪਿਰਿਟ. ਜੇ ਅਸੀਂ ਆਪਣੇ ਮਨ ਨੂੰ ਪਵਿੱਤਰ ਆਤਮਾ ਦੇ ਜ਼ਰੀਏ ਨਵਾਂ ਨਹੀਂ ਕੀਤਾ. ਇਫ ਇਟ ਇਜ਼ ਨਾਟ ਚੇਂਜਡ, ਜੋ ਉਹਦੇ ਬਦਲਾਵ ਨਹੀਂ ਆਇਆ. ਆਵਰ ਕਾਰਨਲ ਮਾਈਂਡ ਇਜ਼ ਸਟਿਲ ਐਨਮਿਟੀ ਅਗੇਂਸਟ ਗੋਡ. ਤਾਂ ਸਾਡਾ ਜਿਹੜਾ ਸਰੀਰਕ ਦਿਮਾਗ ਹੈਗਾ ਪਰਮੇਸ਼ਵਰ ਦਾ ਸ਼ਤਰੂ ਹੈ. Some people say like this. ਕੁਝ ਲੋਕ ਇਸ ਤਰ੍ਹਾਂ ਕਹਿੰਦੇ ਨੇ. ਇਟ ਮੇ ਬੀ ਟਰੂ, ਸਮਟਾਈਮਸ ਆਮ ਅਪੋਸ ਟੂ ਗੋਡ, ਸਮਟਾਈਮਸ ਆਈ ਲਵ ਗੋਡ ਸੋ ਮਚ. ਉਹ ਕਹਿੰਦਾ ਹੋ ਸਕਦਾ ਵੀ ਕਈ ਵਾਰ ਤਾਂ ਮੈਂ ਪਰਮੇਸ਼ਵਰ ਦੇ ਖਿਲਾਫਤ ਕਰਨਾ, ਕਈ ਵਾਰੀ ਪਰਮੇਸ਼ਵਰ ਨੂੰ ਬਹੁਤ ਪਿਆਰ ਕਰਨਾ. There are some laws I am unable to obey, but I obey most of the laws. ਕਈ ਐਸੇ ਕਾਨੂੰਨ ਨੇ ਪਰਮੇਸ਼ਵਰ ਦੇ ਜਿਹੜੇ ਮੈਂ ਨਹੀਂ ਆਪਣਾ ਕਰ ਸਕਦਾ, ਪਰ ਬਹੁਤ ਸਾਰੇ ਕਾਨੂੰਨ ਮੈਂ ਪਰਮੇਸ਼ਵਰ ਦੇ ਮੰਨਣਾ ਵਾਂ. Many seasons in my life I am so friendly with God, sometimes I don't even pray. ਬਹੁਤ ਸਾਰੇ ਟਾਈਮ ਤੱਕ ਤਾਂ ਮੈਂ ਪਰਮੇਸ਼ਵਰ ਨਾਲ ਰਹਿੰਦਾ, ਪਰ ਕਈ ਵਾਰੀ ਮੈਂ ਪ੍ਰਾਰਥਨਾ ਨਹੀਂ ਕਰਦਾ. ਆਈ ਵਰਸ਼ਿਪ ਗੋਡ ਆਲ ਦ ਟਾਈਮ ਐਂਡ ਆਈ ਪ੍ਰੇਜ਼ਿੰਗ ਗੋਡ, ਬਟ ਸਮਟਾਈਮਸ ਆਈ ਕੈਨ ਨਾਟ ਡੂ ਇਟ. ਮੈਂ ਹਮੇਸ਼ਾ ਰੱਬ ਦੀ ਆਰਾਧਨਾ ਕਰਨਾ, ਪਰ ਕੁਝ ਸਮੇਂ ਹੁੰਦੇ ਨੇ ਜਦੋਂ ਮੈਂ ਨਹੀਂ ਕਰ ਸਕਦਾ. ਮਾਈ ਡੀਅਰ ਬ੍ਰਦਰਸ ਐਂਡ ਸਿਸਟਰਸ, ਮੇਰੇ ਭੈਣ ਭਰਾਓ, ਆਈ ਵਾਂਟ ਟੂ ਸੇ ਵਨ ਥਿੰਗ. ਮੈਂ ਤੁਹਾਨੂੰ ਗੱਲ ਕਰਨਾ ਚਾਹੁੰਦਾ. ਵਾਟ ਇਜ਼ ਵਨ ਡੇ ਟਰੂ ਇਜ਼ ਨਾਟ ਅਨਦਰ ਡੇ ਫਾਲਸ. What is true on one day is not false on another day. ਜੇ ਚੀਜ਼ ਇੱਕ ਦਿਨ ਸੱਚਾਈ ਹੈਗੀ ਉਹ ਦੂਸਰੇ ਦਿਨ ਝੂਠ ਨਹੀਂ ਬਣ ਸਕਦੀ. Carnal mind is enmity against God at all times. ਜਿਹੜਾ ਸਰੀਰਕ ਦਿਮਾਗ ਹੈਗਾ ਉਹ ਹਮੇਸ਼ਾ ਵਾਸਤੇ ਪਰਮੇਸ਼ਵਰ ਦਾ ਸ਼ਤਰੂ ਹੈ. Wolf may be sleeping but it is still a wolf. ਇੱਕ ਜਿਹੜਾ ਆਪਣਾ ਚੀਤਾ ਹੈਗਾ ਭਾਵੇਂ ਸੁੱਤਾ ਪਿਆ ਪਰ ਫਿਰ ਵੀ ਚੀਤਾ ਹੀ ਹੈਗਾ. The snake with a colorful skin may be sleeping among the flowers. ਇੱਕ ਜਿਹੜਾ ਸੱਪ ਹੈਗਾ ਜਿਹਦੇ ਬੜੀ ਅੱਛੀ ਚਮੜੀ ਹੈਗੀ ਹੈ ਤੇ ਫੁੱਲਾਂ ਦੇ ਵਿੱਚ ਲੰਮਾ ਪਿਆ. ਚਾਈਲਡ ਮੇ ਸਟ੍ਰੋਕ ਇਟ ਸਲਾਈਮੀ ਬੈਕ. ਦੇ ਪਰਮੇਸ਼ਵਰ ਦੇ ਹੁੰਦੇ ਜੇ ਛੋਟਾ ਬੱਚਾ ਉਹਦੇ ਕੋਲ ਜਾਵੇ ਤੇ ਉਹਨੂੰ ਦੱਸੇਗਾ. ਹੀ ਮੇ ਸਟ੍ਰੋਕ ਹਿਸ ਸਲਾਈਮੀ ਬੈਕ. ਓਕੇ ਉਹ ਬੱਚਾ ਜਿਹੜਾ ਹੈਗਾ ਉਹਦੇ ਸਰੀਰ ਸੱਪ ਦੇ ਆਪਣਾ ਚਮੜੀ ਨੂੰ ਹੱਥ ਲਾਏਗਾ. ਬਟ ਇਟ ਇਜ਼ ਸਟਿਲ ਅ ਸਰਪੈਂਟ. ਪਰ ਫਿਰ ਵੀ ਉਹ ਸੱਪ ਹੀ ਹੈਗਾ. ਇਟ ਡਸ ਨਾਟ ਚੇਂਜ ਇਟਸ ਨੇਚਰ. ਉਹ ਆਪਣੇ ਸੁਭਾਅ ਨੂੰ ਨਹੀਂ ਬਦਲਦਾ. ਇਟਸ ਡੋਮੈਂਟ. ਪਰ ਸੁਭਾਅ ਦਾ ਸ਼ਤਰੂ ਹੈਗਾ. ਦ ਸੀ ਇਟ ਕੰਟੇਨਸ ਦ ਸਟੋਰਮਸ. ਜਿਹੜਾ ਸਮੁੰਦਰ ਹੈਗਾ ਉਹਦੇ ਵਿੱਚ ਬਹੁਤ ਸਾਰੇ ਤੂਫਾਨ ਹੁੰਦੇ ਨੇ. ਦ ਥੰਡਰ ਇਜ਼ ਰੀਅਲੀ ਮਾਈਟੀ ਦੋ ਵੀ ਮੇ ਹੀਅਰ ਇਟ ਫਾਰ ਅਵੇ. ਉਹਦਾ ਜਿਹੜੀ ਗਰਜਨ ਹੈਗੀ ਉਹ ਬਹੁਤ ਜ਼ੋਰਦਾਰ ਹੁੰਦੀ ਹੈ ਭਾਵੇਂ ਅਸੀਂ ਦੂਰ ਹੋਈਏ. ਦ ਕਾਰਨਲ ਮਾਈਂਡ ਇਜ਼ ਲਾਈਕ ਅ ਡੋਰਮੈਂਟ ਵੋਲਕੇਨੋ. ਅਤੇ ਜਿਹੜਾ ਸਰੀਰਕ ਦਿਮਾਗ ਹੈਗਾ ਉਹ ਇੱਕ ਜਿਵੇਂ ਆਪਣਾ ਜਵਾਲਾਮੁਖੀ ਹੁੰਦਾ ਉਹਦੇ ਤਰ੍ਹਾਂ ਹੁੰਦਾ. ਵੀ ਡੋਂਟ ਅੰਡਰਸਟੈਂਡ ਵਾਟ ਇਜ਼ ਬਬਲਿੰਗ ਇਨਸਾਈਡ. ਸਾਨੂੰ ਪਤਾ ਨਹੀਂ ਲੱਗਦਾ ਕਿ ਉਹਦੇ ਅੰਦਰ ਕੀ ਚੀਜ਼ ਪਨਪਦੀ ਪਈ ਹੈ. ਈਵਨ ਦੋ ਇਟ ਡਸ ਨਾਟ ਸਪਿਊ ਆਊਟ ਲਾਵਾ. ਇਹ ਠੀਕ ਹੈ, ਉਸਦਾ ਕਈ ਵਾਰੀ ਉਹਨਾਂ ਦਾ ਜਿਹੜਾ ਲਾਵਾ ਹੈਗਾ ਬਾਹਰ ਨਾ ਡਿੱਗਦਾ ਹੋਵੇ. ਇਟ ਇਜ਼ ਸਟਿਲ ਦ ਸੇਮ ਫੀਅਰਫੁਲ ਵੋਲਕੇਨੋ. ਪਰ ਫਿਰ ਵੀ ਉਹ ਹੈਗਾ ਤਾਂ ਆਪਣਾ ਜਵਾਲਾਮੁਖੀ ਹੈ. ਐਟ ਆਲ ਟਾਈਮਸ, ਹਰ ਪੂਰੇ ਹਰ ਟਮੇ, ਹਰ ਐਟ ਆਲ ਆਵਰਸ, ਹਰ ਘੰਟੇ 'ਚ, ਐਵਰੀ ਮੋਮੈਂਟ, ਹਰ ਸ਼ਣ 'ਚ, ਇਫ ਵੀ ਆਰ ਕਾਰਨਲ, ਜੇ ਆਪਾਂ ਸਰੀਰਕ ਸੋਚਦੇ ਗਏ ਹਾਂ, ਈਚ ਵਨ ਆਫ ਅਸ ਆਰ ਐਨਮਿਟੀ ਅਗੇਂਸਟ ਗੋਡ. ਤੇ ਸਾਡੇ 'ਚੋਂ ਹਰ ਇੱਕ ਭੈਣ ਭਰਾ ਜਿਹੜਾ ਹੈਗਾ ਉਹ ਪਰਮੇਸ਼ਵਰ ਦਾ ਸ਼ਤਰੂ ਹੈਗਾ. ਨਾਓ ਦ The Bible says the whole mind is enmity against God. ਅਤੇ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਜਿਹੜਾ ਸਾਡੀ ਸਾਰਾ ਦਿਮਾਗ ਹੈ, ਸਾਰੀ ਸੋਚ ਹੈਗੀ ਹੈ, ਉਹ ਪਰਮੇਸ਼ਰ ਦੀ ਸ਼ਤਰੂ ਹੈ. ਇਜ਼ ਐਵਰੀ ਪਾਰਟ, ਐਵਰੀ ਪਾਵਰ, ਐਵਰੀ ਪੈਸ਼ਨ ਇਜ਼ ਅਗੇਂਸਟ ਹਿਮ.
ਸਾਡੀ ਹਰ ਸੋਚ ਹਰ ਸਾਡਾ ਜਿਹੜਾ ਨਜ਼ਰੀਆ ਹੈਗਾ ਉਹ ਸ਼ਤਰੂ ਹੈ ਪਰਮੇਸ਼ਰ ਦੀ ਮੈਨੀ ਪੀਪਲ ਆਸਕ ਵਟ ਪਾਰਟ ਆਫ ਮੈਨ ਫੈਲ ਵੈਨ ਹੀ ਫੈਲ ਫਰੋਮ ਈਡਨ ਲੋਕ ਕਹਿੰਦੇ ਨੇ ਵੀ ਜਦੋਂ ਜਿਹੜਾ ਆਦਮ ਸੀਗਾ ਉਹ ਗਿਰਿਆ ਤਾਂ ਉਹਦਾ ਕਿਹੜਾ ਹਿੱਸਾ ਗਿਰਿਆ ਮੈਨੀ ਪੀਪਲ ਥਿੰਕ ਇਟ ਵਾਜ਼ ਓਨਲੀ ਹਿਸ ਨੇਚਰ ਔਰ ਹਿਸ ਫਿਜ਼ੀਕਲ ਰਿਲੇਸ਼ਨ ਵਿਦ ਗੋਡ ਕੁਛ ਲੋਕ ਕਹਿੰਦੇ ਆ ਉਹਦਾ ਸੁਭਾਅ ਜਾਂ ਕੁਛ ਲੋਕ ਕਹਿੰਦੇ ਨੇ ਉਹਦਾ ਪਰਮੇਸ਼ੁਰ ਦੇ ਨਾਲ ਜਿਹੜਾ ਨਾਤਾ ਸੀਗਾ ਉਹ ਟੁੱਟ ਗਿਆ ਦੇ ਡੋਂਟ ਥਿੰਕ ਦੈਟ ਦ ਮਾਇੰਡ ਔਰ ਦ ਇੰਟਲੈਕਟ ਫੈਲ ਐਟ ਦੈਟ ਟਾਈਮ ਲੋਕ ਇਹ ਸੋਚਦੇ ਕਿ ਉਹਦੇ ਜਿਹੜੇ ਸੋਚਣ ਦੀ ਸ਼ਕਤੀ ਸੀਗੀ ਜਾਂ ਉਹਦੇ ਨਜ਼ਰੀਆ ਸੀਗਾ ਉਹ ਗਿਰ ਗਿਆ ਦੇ ਸੇ ਮੈਨ ਇਜ਼ ਸੋ ਵਾਈਸ ਦੀਸ ਡੇਜ਼ ਉਹ ਲੋਕ ਕਹਿੰਦੇ ਨੇ ਅੱਜ ਕੱਲ੍ਹ ਇਨਸਾਨ ਬੜਾ ਸਮਝਦਾਰ ਹੈ ਦੇ ਹੈਵ ਡਿਸਕਵਰਡ ਸੋ ਮੈਨੀ ਥਿੰਗਸ ਇਨ ਸਾਇੰਸ ਉਹਨਾਂ ਨੇ ਬਹੁਤ ਜ਼ਿਆਦਾ ਚੀਜ਼ਾਂ ਆਪਣਾ ਅਵਿਸ਼ਕਾਰ ਕੀਤੀਆਂ ਨੇ ਵੰਡਰਫੁਲ ਥਿੰਗਸ ਬੜੇ ਅੱਛੇ ਚੀਜ਼ਾਂ ਕੰਪਿਊਟਰਸ ਕੰਪਿਊਟਰ ਟ੍ਰੇਨਸ ਵਿਚ ਰਨ ਮੋਰ ਦੈਨ 350 ਕਿਲੋਮੀਟਰ ਪਰ ਆਵਰ ਉਹ ਜਿਹੜੀਆਂ ਰੇਲ ਗੱਡੀਆਂ 350 ਕਿਲੋਮੀਟਰ ਤੋਂ ਵੱਧ ਚੱਲਦੀਆਂ ਨੇ ਅਜੀਬ ਚੀਜ਼ਾਂ ਬਟ ਜਸਟ ਥਿੰਕ ਅਬਾਊਟ ਇਟ ਪਰ ਸੋਚੋ ਇਫ ਮੈਨ ਹੈਡ ਨਾਟ ਫਾਲਨ ਹਾਊ ਮਚ ਮੋਰ ਹੀ ਕੁਡ ਹੈਵ ਡਨ ਜੇ ਇਨਸਾਨ ਨਾ ਡਿੱਗਿਆ ਹੁੰਦਾ ਤੇ ਇਸ ਤੋਂ ਵੀ ਕਿਸ ਤੋਂ ਕਿਤੇ ਵੱਡੇ ਕੰਮ ਕਰ ਸਕਦਾ ਸੀ ਵੈਨ ਯੂ ਗੋ ਟੂ ਅ ਰੂਇਨਸ ਵੈਨ ਯੂ ਗੋ ਟੂ ਅ ਪਲੇਸ ਵੇਅਰ ਇਟ ਹੈਜ਼ ਬੀਨ ਡਿਸਟਰੋਇਡ ਬਾਈ ਅਰਥਕੁਏਕ ਜੇ ਆਪਾਂ ਐਸੀ ਜਗ੍ਹਾ ਜਾਵੇ ਜਿੱਥੇ ਭੂਚਾਲ ਆਇਆ ਹੋਇਆ ਸਭ ਕੁਝ ਤਹਿਸ ਤਹਿਸ ਹੋਇਆ ਹੋਇਆ ਅਮੋਂਗ ਦ ਰੂਇਨਸ ਯੂ ਵਿਲ ਫਾਈਂਡ ਸਮਥਿੰਗ ਸਟਿਲ ਇੰਟੈਕਟ ਹੋ ਸਕਦਾ ਉਹ ਜਿਹੜੇ ਤਹਿਸ ਤਹਿਸ ਥਾਂ ਤੇ ਵੀ ਆਪਾਂ ਨੂੰ ਕੋਈ ਚੀਜ਼ ਠੀਕ ਮਿਲ ਜਾਣ ਮੇ ਬੀ ਅ ਇੰਸਟਰੂਮੈਂਟ ਹੇਅਰ ਹੋ ਸਕਦਾ ਕੋਈ ਆਪਾਂ ਨੂੰ ਚੀਜ਼ ਪਈ ਮਿਲ ਜਾਵੇ ਮੇ ਬੀ ਅ ਫਰਨੀਚਰ ਹੇਅਰ ਹੋ ਸਕਦਾ ਕੋਈ ਫਰਨੀਚਰ ਪਿਆ ਮਿਲ ਜਾਵੇ ਠੀਕ ਠਾਕ ਸਮ ਥਿੰਗਸ ਆਰ ਸਟਿਲ ਇੰਟੈਕਟ ਕਈ ਚੀਜ਼ਾਂ ਫੇਰ ਵੀ ਆਪਣਾ ਬਚ ਜਾਂਦੀਆਂ ਨੇ ਦੈਟ ਇਜ਼ ਆਵਰ ਸਟੇਟ ਦੈਟ ਇਜ਼ ਆਵਰ ਸਟੇਟ ਅਸੀਂ ਵੀ ਉਸੇ ਤਰ੍ਹਾਂ ਹੈਗੇ ਆ ਸਮ ਆਫ ਦ ਥਿੰਗਸ ਸਰਵਾਈਵਡ ਇਨ ਦ ਫਾਲ ਸਮ ਆਫ ਦ ਥਿੰਗ ਸਰਵਾਈਵਡ ਇਨ ਦ ਫਾਲ ਕਈ ਜਿਹੜੀ ਚੀਜ਼ਾਂ ਹੈਗੀਆਂ ਨੇ ਫੇਰ ਵੀ ਜੇ ਡਿੱਗਦਾ ਇਨਸਾਨ ਤੇ ਬਚ ਜਾਂਦੀਆਂ ਨੇ ਲੈਟ ਮੀ ਗਿਵ ਯੂ ਐਨ ਐਗਜ਼ਾਮਪਲ ਉਦਾਹਰਨ ਤੌਰ ਤੇ ਥਿੰਕ ਅਬਾਊਟ ਆਵਰ ਮੈਮਰੀ ਆਪ ਸਾਡੀ ਜਿਹੜੀ ਸੋਚ ਹੈਗੀ ਹੈ ਇਟ ਇਜ਼ ਟਰੂ ਆਵਰ ਮੈਮਰੀ ਹੈਜ਼ ਫਾਲਨ ਆਈ ਐਮ ਗੋਇੰਗ ਟੂ ਪ੍ਰੂਵ ਇਟ ਟੂ ਯੂ ਇਨ ਫਿਊ ਮਿੰਟਸ ਇਹ ਗੱਲ ਠੀਕ ਹੈ ਕਿ ਜਿਹੜੀ ਸਾਡੀ ਸੋਚ ਹੈਗੀ ਉਹ ਗਿਰੀ ਹੋਈ ਹੈ ਆਵਰ ਮਾਇੰਡ ਕੈਨ ਰੀਕਲੈਕਟ ਵਾਟ ਯੂ ਕਾਲ ਈਵਲ ਥਿੰਗਸ ਕੁਇਕਰ ਦੈਨ ਗੁੱਡ ਥਿੰਗਸ ਸਾਡਾ ਜਿਹੜੀ ਸੋਚ ਹੈਗੀ ਦਿਮਾਗ ਹੈਗਾ ਉਹ ਬੁਰੀਆਂ ਚੀਜ਼ਾਂ ਨੂੰ ਛੇਤੀ ਯਾਦ ਆ ਜਾਂਦੀਆਂ ਨੇ ਬਨਿਸਬਤ ਕਿ ਚੰਗੀਆਂ ਚੀਜ਼ਾਂ ਸਮ ਆਫ ਦ ਲੇਟੈਸਟ ਪੋਪ ਸੌਂਗਸ ਔਰ ਰੈਪ ਔਰ ਵਾਟ ਐਵਰ ਮਿਊਜ਼ਿਕ ਇਫ ਯੂ ਲਿਸਨ ਟੂ ਇਟ ਇਟ ਇਜ਼ ਫੁੱਲ ਆਫ ਗਾਰਬੇਜ ਜਿਹੜਾ ਅੱਜ ਕੱਲ੍ਹ ਦਾ ਆਪਣਾ ਸੰਗੀਤ ਚੱਲ ਰਿਹਾ ਹੈਗਾ ਉਹ ਬਿਲਕੁਲ ਬੇਕਾਰ ਹੈਗਾ ਦੇ ਆਰ ਫੁੱਲ ਆਫ ਬੈਡ ਲੈਂਗੁਏਜ ਉਹਦੇ ਸਾਰੀ ਅਭੱਦਰ ਭਾਸ਼ਾ ਹੈਗੀ ਹੈ ਬਟ ਵਾਈ ਆਰ ਦਿਸ ਦੇਅਰ ਆਈ ਵਾਜ਼ ਆਸਕਿੰਗ ਗੋਡ ਲਾਰਡ ਵਾਈ ਆਰ ਦਿਸ ਸੌਂਗਸ ਹੇਅਰ ਪਰ ਮੈਂ ਰੱਬ ਨੂੰ ਪੁੱਛਦਾ ਸੀ ਵੀ ਇੰਨੇ ਗੰਦੇ ਗਾਣੇ ਨੇ ਫਿਰ ਵੀ ਚੱਲ ਕਿਵੇਂ ਰਹੇ ਨੇ ਬਿਕੋਜ਼ ਦ ਮਾਇੰਡ ਰੀਟੇਨਸ ਦ ਬੈਡ ਪਾਰਟ ਐਂਡ ਯੂ ਵਿਲ ਫੋਰਗੇਟ ਦ ਗੁੱਡ ਪਾਰਟ ਇਨ ਦ ਸੌਂਗ ਕਿਉਂਕਿ ਜੇ ਸੋਚ ਹੈਗੀ ਹੈ ਉਹ ਜਿਹੜੀ ਬੁਰੀ ਚੀਜ਼ ਹੈਗੀ ਉਹ ਤਾਂ ਯਾਦ ਰੱਖਦੀ ਹੈ ਅਤੇ ਅੱਛੀ ਚੀਜ਼ ਭੁੱਲ ਜਾਂਦੀ ਹੈ ਸਪਰਜਨ ਸੈਡ ਸਪਰਜਨ ਨੇ ਕਿਹਾ ਦ ਮੈਮਰੀ ਗ੍ਰਾਸਪ ਵਿਦ ਆਇਰਨ ਹੈਂਡ ਈਵਲ ਥਿੰਗਸ ਜਿਹੜੀ ਸੋਚ ਹੈਗੀ ਹੈ ਉਹ ਲੋਹੇ ਦੇ ਜਿਵੇਂ ਮਜ਼ਬੂਤੀ ਦੇ ਨਾਲ ਜਿਹੜੀਆਂ ਬੁਰੀਆਂ ਚੀਜ਼ਾਂ ਨੇ ਉਹਨੂੰ ਫੜ ਲੈਂਦੀ ਹੈ ਐਂਡ ਦ ਗੁੱਡ ਇਜ਼ ਹੈਲਡ ਵਿਦ ਫੀਬਲ ਫਿੰਗਰਸ ਤੇ ਜਿਹੜੀ ਚੰਗੀਆਂ ਚੀਜ਼ਾਂ ਹੁੰਦੀਆਂ ਨੇ ਉਹਨੂੰ ਨਜ਼ਾਕਤ ਨਾਲ ਫੜਦੀ ਹੈ ਦ ਮਾਇੰਡ ਅਲਾਉਸ ਦ ਗਲੋਰੀਅਸ ਟਿੰਬਰਸ ਫਰੋਮ ਲੈਬਨਾਨ ਟੂ ਫਲੋ ਡਾਊਨ ਇਨ ਟੂ ਨਥਿੰਗਨੈਸ ਦ ਮਾਇੰਡ ਅਲਾਉਸ ਦ ਗਲੋਰੀਅਸ ਟਿੰਬਰ ਫਰੋਮ ਲੈਬਨਾਨ ਟੂ ਫਲੋ ਅਵੇ ਓਕੇ ਜਿਹੜਾ ਦਿਮਾਗ ਹੁੰਦਾ ਹੈ ਜਿਵੇਂ ਲੈਬਨਾਨ ਦੇ ਵੱਡੇ ਵੱਡੇ ਦਰਖਤ ਕੱਟ ਦਿੰਦੇ ਨੇ ਉਹਨੂੰ ਸਮੁੰਦਰੀ ਬਾਂਧਦੇ ਨੇ ਉਸ ਤਰ੍ਹਾਂ ਸਮੁੰਦਰੀ ਬਹਿ ਜਾਂਦੇ ਨੇ ਬਟ ਦ ਮਾਇੰਡ ਰੀਟੇਨਸ ਆਲ ਦ ਗਾਰਬੇਜ ਵਿਚ ਫਲੋਸ ਫਰੋਮ ਦ ਗਟਰ ਆਫ ਸੋਦੋਮ ਪਰ ਜਿਹੜਾ ਸੋਦੋਮ ਤੋਂ ਦੇ ਗਟਰ ਤੋਂ ਜਿਹੜਾ ਗੰਦੀਆਂ ਚੀਜ਼ਾਂ ਹੁੰਦੀਆਂ ਨੇ ਉਹ ਜਿਹੜੀ ਸਾਡੀ ਸੋਚ 'ਚ ਰਹਿ ਜਾਂਦੀਆਂ ਨੇ ਮਾਇੰਡ ਵਿਲ ਰੀਟੇਨ ਦ ਈਵਲ ਐਂਡ ਲੂਜ਼ ਦ ਗੁੱਡ ਜਿਹੜਾ ਸੋਚ ਹੈਗੀ ਉਹ ਜਿਹੜੀ ਆਪਣਾ ਬੁਰੀਆਂ ਚੀਜ਼ਾਂ ਨੇ ਉਹਨਾਂ ਨੂੰ ਤਾਂ ਯਾਦ ਰੱਖ ਲੈਂਦਾ ਚੰਗੀਆਂ ਨੂੰ ਛੱਡ ਦਿੰਦਾ ਮੈਮਰੀ ਇਜ਼ ਫਾਲਨ ਸਾਡੀ ਜਿਹੜੀ ਸੋਚ ਹੈਗੀ ਉਹ ਗਿਰਾਵਟ 'ਚ ਹੈਗੀ ਹੈ ਸੋ ਆਰ ਆਵਰ ਅਫੈਕਸ਼ਨਸ ਉਸ ਤਰ੍ਹਾਂ ਸਾਡਾ ਜਿਹੜਾ ਆਪਾਂ ਇੱਕ ਦੂਜੇ ਨਾਲ ਪ੍ਰੇਮ ਹੈਗਾ ਉਹ ਵੀ ਹੈਗਾ ਵੀ ਲਵ ਅਰਥਲੀ ਥਿੰਗਸ ਬੈਟਰ ਦੈਨ ਹੈਵਨਲੀ ਥਿੰਗਸ ਅਸੀਂ ਸੰਸਾਰੀ ਚੀਜ਼ਾਂ ਨੂੰ ਜ਼ਿਆਦਾ ਪਿਆਰ ਕਰਨੇ ਆ ਬਨਿਸਪਤ ਕੀ ਸਵਰਗੀ ਚੀਜ਼ਾਂ ਨੂੰ ਵੀ ਸੇ ਵੀ ਆਰ ਗਿਵਨ ਆਵਰ ਹਾਰਟ ਟੂ ਜੀਸਸ ਬਟ ਇਟ ਇਜ਼ ਪ੍ਰੋਨ ਟੂ ਵਾਂਡਰ ਆਪਾਂ ਕਹਿੰਦੇ ਹਾਂ ਕਿ ਅਸੀਂ ਆਪਣਾ ਜਿਹੜਾ ਦਿਲ ਹੈਗਾ ਉਹ ਪ੍ਰਭੂ ਯਸ਼ੂ ਮਸੀਹ ਦਿੱਤਾ ਪਰ ਆਪਾਂ ਸੰਸਾਰ ਦੇ ਵਿੱਚ ਫਸੇ ਹੁੰਦੇ ਹਾਂ ਆਵਰ ਇਮੈਜੀਨੇਸ਼ਨ ਆਲਸੋ ਹੈਜ਼ ਫਾਲਨ ਸਾਡੀ ਜਿਹੜੀ ਕਲਪਨਾਵਾਂ ਹੈਗੀਆਂ ਨੇ ਉਹ ਵੀ ਡਿੱਗੀਆਂ ਹੋਈਆਂ ਨੇ ਇਮੈਜਿਨ ਟੂਡੇ ਦ ਯੂਥ ਵੀ ਆਰ ਗੁੱਡ ਐਗਜ਼ਾਮਪਲ ਆਫ ਫਾਲਨ ਇਮੈਜੀਨੇਸ਼ਨ ਆਪਾਂ ਜਿਹੜੀ ਸੋਚ ਨੂੰ ਆਪਣਾ ਅੱਜ ਕੱਲ੍ਹ ਦੇ ਜਿਹੜੇ ਨਵੇਂ ਬੱਚੇ ਉਹਨਾਂ 'ਤੇ ਗੱਲ ਕਰਾਂਗੇ ਓਨਲੀ ਵੈਨ ਅ ਪਰਸਨ ਇਜ਼ ਗਿਵਨ ਸਮਥਿੰਗ ਟੂ ਇੰਟੋਕਸੀਕੇਟ ਦੇ ਫੰਕਸ਼ਨ ਨੋਰਮਲੀ ਜੇ ਕਿਸੇ ਬੱਚੇ ਨੂੰ ਉਹ ਚੀਜ਼ ਦਿੱਤੀ ਜਾਂਦੀ ਹੈ ਜਿਹੜੀ ਕਿ ਆਪਣਾ ਬੁਰੀ ਹੈਗੀ ਹੈ ਸ਼ੁੱਧ ਹੈਗੀ ਹੈ ਉਹਨੂੰ ਛੇਤੀ ਫੜ ਲੈਂਦੇ ਨੇ ਆਈਦਰ ਵਿਦ ਦ ਡਰੱਗ ਮਾਰੂਆਨਾ ਔਰ ਸਮ ਡਰੱਗ ਦੈਨ ਦੇ ਫੰਕਸ਼ਨ ਨੋਰਮਲੀ
ਜੇ ਉਹਨਾਂ ਨੂੰ ਕੋਈ ਡਰੱਗ ਡਰੁਗ ਦਿੱਤੀ ਜਾਵੇ ਤਾਂ ਫਿਰ ਉਹ ਠੀਕ ਚੱਲਦੇ ਰਹਿੰਦੇ ਨੇ ਦੈਟ ਇਸ ਹਾਊ ਵੈਨ ਦੇਅਰ ਇਮੇਜਿਨੇਸ਼ਨ ਵਿਲ ਵਰਕ ਨਾਰਮਲੀ ਕਿਉਂਕਿ ਉਸ ਚੀਜ਼ ਜਿਹੜੀ ਕਿ ਉਹਨਾਂ ਨਾਲ ਉਹਨਾਂ ਦੀ ਸੋਚ ਹੈਗੀ ਹੈ ਉਹ ਮੇਲ ਖਾਂਦੀ ਹੈ ਦੈਨ ਦੇ ਸੇ ਦੇ ਕੈਨ ਫੰਕਸ਼ਨ ਬੈਟਰ ਉਹ ਕਹਿੰਦੇ ਨੇ ਉਹ ਲੈ ਕੇ ਉਹਨਾਂ ਨੂੰ ਆਪਣਾ ਕੰਮ ਕਰਨ ਆਰਾਮ ਰਹਿੰਦਾ ਸੋ ਵਾਈ ਡਿਡ ਦ ਇਮੇਜਿਨੇਸ਼ਨ ਦਿਸ ਕ੍ਰੀਏਟਿਵਿਟੀ ਡਿਡ ਨਾਟ ਵਰਕ ਵੈਨ ਦੇਅਰ ਵਾਜ਼ ਨੋ ਡਰੱਗਸ ਔਰ ਇੰਟੋਕਸੀਕੇਸ਼ਨ ਪਰ ਜਦੋਂ ਇਹ ਬੁਰੀਆਂ ਚੀਜ਼ਾਂ ਨਹੀਂ ਸੀਗੀਆਂ ਉਦੋਂ ਕਿਵੇਂ ਲੋਕਾਂ ਦੇ ਦਿਮਾਗ ਚੱਲਦੇ ਸੀਗੇ ਬਿਕੋਜ਼ ਇਟ ਇਜ਼ ਈਵਲ ਇਨਹੈਰੈਂਟਲੀ ਈਵਲ ਕਿਉਂਕਿ ਇਹ ਬੁਰਾਈ ਹੈਗੀ ਹੈ ਸ਼ੁਰੂ ਤੋਂ ਹੀ ਬੁਰਾਈ ਹੈ ਅਨਲੈਸ ਦ ਬਾਡੀ ਬਿਗਿਨਸ ਟੂ ਸ਼ੇਕ ਵਿਦ ਦ ਇੰਟੋਕਸੀਕੇਸ਼ਨ ਜਾਂ ਆਪਾਂ ਆਪਣੇ ਸਰੀਰ ਤੋਂ ਜਿਹੜੀਆਂ ਬੁਰੀਆਂ ਚੀਜ਼ਾਂ ਨੇ ਉਹਨਾਂ ਦੇ ਖਿਲਾਫ ਆਪਣੇ ਤਿਆਰ ਕਰੀਏ ਆਪਣੇ ਆਪ ਨੂੰ ਨੋ ਨੋ ਇਟ ਵਿਲ ਸਟਾਰਟ ਟੂ ਕਿਵਰ ਵਿਦ ਦੀ ਇੰਟੋਕਸੀਕੇਸ਼ਨ ਬਿਕੋਜ਼ ਆਫ ਦੀ ਇੰਟੋਕਸੀਕੇਸ਼ਨ ਇਟ ਫੀਲਸ ਬੈਟਰ ਓਕੇ ਕਿਉਂਕਿ ਸਾਡਾ ਸਰੀਰ ਵਿੱਚ ਬੁਰਾਈ ਹੈਗੀਆਂ ਨੇ ਇਸ ਕਰਕੇ ਜਦੋਂ ਬੁਰਾਈ ਬੁਰਾਈ ਨਾਲ ਮਿਲਦੀ ਹੈਗੀ ਹੈ ਤਾਂ ਇੱਕ ਸਾਰ ਹੋ ਜਾਂਦੀ ਹੈ ਦੈਨ ਦ ਇਮੈਜੀਨੇਸ਼ਨ ਵਿਲ ਸਟਾਰਟ ਟੂ ਰਨ ਅਤੇ ਫਿਰ ਜਿਹੜੀ ਸਾਡੀ ਸੋਚਣ ਦੀ ਸ਼ਕਤੀ ਹੈਗੀਆਂ ਨੇ ਉਹ ਦੌੜਨਾ ਸ਼ੁਰੂ ਕਰਦੀਆਂ ਨੇ ਇਨ ਦ 60s 70s ਦੀ ਰੌਕ ਸਟਾਰਸ ਯੂਸ ਟੂ ਰਾਈਟ ਓਨਲੀ ਅੰਡਰ ਦ ਇਨਫਲੂਐਂਸ ਆਫ ਡਰੱਗਸ 60 ਅਤੇ 70 ਜਿਹੜੇ ਲੋਕ ਗਾਣੇ ਲਿਖਦੇ ਸੀ ਰੌਕ ਸਟਾਰ ਉਹ ਸਿਰਫ ਨਾ ਡਰੱਗਸ ਲੈ ਕੇ ਲਿਖਦੇ ਸੀਗੇ ਆਲਵੇਜ਼ ਸੇ ਵੀ ਵਰ ਇਨਫਲੂਐਂਸ ਬਾਈ ਸੈਟਨ ਔਰ ਸਮਥਿੰਗ ਐਲਸ ਉਹ ਹਮੇਸ਼ਾ ਕਹਿੰਦੇ ਸੀ ਅਸੀਂ ਸ਼ੈਤਾਨ ਤੋਂ ਪ੍ਰਭਾਵਿਤ ਹੈਗੇ ਹਾਂ ਐਂਡ ਦ ਮਾਈਂਡ ਬਿਕੇਮ ਸੋ ਡਿਪਰੇਵਡ ਉਹਨਾਂ ਦੀ ਜਿਹੜੀ ਸੋਚਾਂ ਨੇ ਇਸ ਕਰਕੇ ਬਹੁਤ ਬੁਰੀਆਂ ਹੋ ਗਈਆਂ ਦੇ ਹੈਡ ਟੂ ਬ੍ਰਿੰਗ ਦ ਬਾਡੀ ਟੂ ਐਨ ਅਬਨੋਰਮਲ ਕੰਡੀਸ਼ਨ ਬਿਫੋਰ ਇਟ ਸਟਾਰਟਸ ਟੂ ਵਰਕ ਅਤੇ ਉਹ ਆਪਣੇ ਸਰੀਰ ਨੂੰ ਇੱਕ ਨੋਰਮਲ ਤੋਂ ਖਰਾਬ ਲੈ ਕੇ ਆਉਣਗੇ ਤਾਂ ਉਹਨਾਂ ਸਰੀਰ ਕੰਮ ਕਰਦਾ ਸੀ ਦੇਰ ਵਾਜ਼ ਅ ਆਈ ਵਾਂਟ ਟੂ ਗਿਵ ਯੂ ਵਨ ਐਗਜ਼ਾਮਪਲ ਆਫ ਅ ਪੌਪ ਸਟਾਰ ਕਾਲਡ ਐਲਿਸ ਕੂਪਰ ਇੱਕ ਐਲਿਸ ਕੂਪਰ ਕਰਕੇ ਪੌਪ ਸਟਾਰ ਸੀਗਾ ਹੀ ਰੋਟ ਲਾਈਕ ਦਿਸ ਇਨ ਹਿਸ ਬਾਇਓਗ੍ਰਾਫੀ ਉਹਨੇ ਆਪਣੇ ਬਾਇਓਗ੍ਰਾਫੀ ਇਸ ਤਰ੍ਹਾਂ ਲਿਖਿਆ ਵਨ ਟਾਈਮ ਆਈ ਵਾਜ਼ ਅ ਬਿਗ ਫੈਨ ਦੈਟਸ ਵਾਈ ਆਈ ਨੋ ਇਹ ਕਹਿੰਦੇ ਨੇ ਇੱਕ ਵਾਰੀ ਮੈਂ ਉਹਦਾ ਬੜਾ ਫੈਨ ਸੀਗਾ ਇਸ ਕਰਕੇ ਮੈਨੂੰ ਪਤਾ ਹੀ ਸੈਡ ਵਨ ਆਵਰ ਬਿਫੋਰ ਦ ਕਾਨਸਰਟ ਉਹ ਕਹਿੰਦਾ ਕਾਨਸਰਟ ਤੋਂ ਘੰਟਾ ਪਹਿਲੇ ਆਈ ਗੋ ਇਨ ਟੂ ਦ ਰੂਮ ਐਂਡ wait for Alice Cooper to come and possess me. I change from who I am to Alice Cooper and then only I can perform. ਉਹ ਕਹਿੰਦਾ ਮੈਂ ਕਮਰੇ ਜਾ ਕੇ ਬੰਦ ਹੋ ਜਾਂਦਾ ਸੀ ਅਤੇ ਐਲਿਸ ਕੂਪਰ ਆ ਕਹਿੰਦਾ ਸੀ ਕਿ ਮੇਰੇ 'ਤੇ ਉੱਪਰ ਆ ਕੇ ਹਾਵੀ ਹੋ ਉਹਦੇ ਹਾਵੀ ਹੋਣ ਤੋਂ ਬਾਅਦ ਹੀ ਮੈਂ ਜਾ ਕੇ ਆਪਣਾ ਸਟੇਜ 'ਤੇ ਪਰਫਾਰਮ ਕਰ ਸਕਦਾ ਸੀ ਇਟ ਇਜ਼ ਦ ਬਲਾਈਂਡਨੈਸ ਐਂਡ ਦ ਡਿਪਰੇਵਿਟੀ ਆਫ ਅ ਕਾਰਨਲ ਮਾਇੰਡ ਇਹ ਜਿਹੜਾ ਅੰਨਾਪਨ ਸਾਡਾ ਹੈਗਾ ਪਰਮੇਸ਼ੁਰ ਦੇ ਵਚਨ ਦੇ ਖਿਲਾਫ ਜਿਹੜਾ ਸਾਨੂੰ ਇਹ ਚੀਜ਼ਾਂ ਕਰਨ 'ਤੇ ਮਜਬੂਰ ਕਰਦਾ ਇਫ ਵੀ ਹੈਵ ਦ ਕਾਰਨਲ ਮਾਇੰਡ ਵੀ ਸ਼ੁੱਡ ਰਾਈਟ ਟ੍ਰੇਟਰ ਅਗੇਂਸਟ ਹੈਵਨ ਔਨ ਆਵਰ ਫੋਰਹੈਡ ਜੇ ਸਾਡਾ ਸਰੀਰਕ ਸੋਚ ਹੈਗੀ ਹੈ ਤਾਂ ਸਾਨੂੰ ਆਪਣੇ ਮੱਥੇ ਲਿਖਣਾ ਚਾਹੀਦਾ ਕਿ ਅਸੀਂ ਪਰਮੇਸ਼ੁਰ ਦੇ ਖਿਲਾਫ ਹੈਗੇ ਹਾਂ ਮਾਈ ਡੀਅਰ ਫਰੈਂਡਸ ਦ ਬਾਈਬਲ ਇਜ਼ ਦ ਓਨਲੀ ਟਰੂ ਸਟੈਂਡਰਡ ਮੇਰੇ ਭਰਾਓ ਜਿਹੜਾ ਪਰਮੇਸ਼ੁਰ ਦਾ ਵਚਨ ਹੈਗਾ ਉਹੀ ਇੱਕ ਸੱਚਾਈ ਹੈਗਾ ਹੀਬਰੂਸ 4:12-13 ਹੀ ਸੇਜ਼ ਦ ਵਰਡ ਆਫ ਗੋਡ ਡਿਵਾਈਡਸ ਕਲੀਨਲੀ ਇਬਰਾਨੀਆ 4:12 ਜਿਵੇਂ ਕਹਿੰਦਾ ਕਿ ਪਰਮੇਸ਼ੁਰ ਦਾ ਵਚਨ ਜਿਹੜਾ ਹੈਗਾ ਉਹ ਸੱਚਾਈ ਅਤੇ ਬੁਰਾਈ ਨੂੰ ਦੋਨਾਂ ਨੂੰ ਵੱਖ ਕਰਦਾ ਨੋ ਕਲੀਨਲੀ ਕਲੀਨਲੀ ਇਟ ਡਿਵਾਈਡਸ ਉਹ ਬਿਲਕੁਲ ਸਾਫ਼ ਤੌਰ 'ਤੇ ਦੋਨਾਂ ਨੂੰ ਵੱਖਰਾ ਕਰਦਾ ਬੋਨ ਐਂਡ ਮੈਰੋ ਬੋਨ ਅਤੇ ਮੈਰੋ ਨੂੰ ਸੋਲ ਐਂਡ ਸਪਿਰਿਟ ਆਤਮਾ ਅਤੇ ਦਿਮਾਗ ਨੂੰ ਇਫ ਵੀ ਜੱਜ ਆਵਰ ਸੈਲਫ ਬਾਈ ਐਨੀਥਿੰਗ ਵੀ ਮੇ ਲੁੱਕ ਗੁੱਡ ਇਫ ਵੀ ਜੱਜ ਬਾਈ ਵਰਲਡਲੀ ਸਟੈਂਡਰਡ ਵੀ ਮੇ ਬੀ ਲਿਵਿੰਗ ਅ ਗੁੱਡ ਲਾਈਫ ਜੇ ਆਪਾਂ ਸੰਸਾਰਿਕ ਤੌਰ 'ਤੇ ਆਪਣੇ ਆਪ ਨੂੰ ਦੇਖੀਏ ਤਾਂ ਆਪਾਂ ਠੀਕ ਠਾਕ ਹੈਗੇ ਹਾਂ ਬਟ ਇਟ ਇਜ਼ ਦ ਬਾਈਬਲ ਹੂ ਹੈਜ਼ ਟੂ ਵਿਚ ਹੈਜ਼ ਟੂ ਸਰਟੀਫਾਈ ਅਸ ਪਰ ਜਿਹੜਾ ਪਰਮੇਸ਼ੁਰ ਦਾ ਵਚਨ ਹੈ ਉਹ ਸਾਨੂੰ ਸਾਬਤ ਕਰਨਾ ਚਾਹੀਦਾ ਹੈ ਕਿ ਅਸੀਂ ਠੀਕ ਹੈਗੇ ਹਾਂ ਕਿ ਨਹੀਂ ਹੈਗੇ ਬਾਈਬਲ ਵਿਲ ਓਨਲੀ ਡੂ ਇਟ ਵੈਨ ਵੀ ਆਰ ਓਪਨ ਫੋਰ ਇਟ ਟੂ ਡੂ ਇਟ ਆਪਾਂ ਪਰ ਬਾਈਬਲ ਆਪਾਂ ਨੂੰ ਤਾਂ ਹੀ ਕਹੇਗੀ ਜਦੋਂ ਅਸੀਂ ਬਾਈਬਲ ਨੂੰ ਮੰਨਣ ਨੂੰ ਜਾਂ ਉਹਦੇ ਨਾਲ ਚੱਲਣ ਨੂੰ ਤਿਆਰ ਹੈਗੇ ਹਾਂ ਇਫ ਯੂ ਵਾਂਟ ਟੂ ਰੀਡ ਦ ਬਾਈਬਲ ਟੂ ਸ਼ੋਅ ਹਾਊ ਗੁੱਡ ਯੂ ਆਰ ਯੂ ਵਿਲ ਡੈਫੀਨੇਟਲੀ ਸੀ ਥਿੰਗਸ ਵਿਚ ਵਿਲ ਮੇਕ ਯੂ ਫੀਲ ਗੁੱਡ ਅਤੇ ਜੇ ਅਸੀਂ ਬਾਈਬਲ ਇਸ ਕਰਕੇ ਪੜ੍ਹੇ ਕਿ ਦੂਜਿਆਂ ਦਿਖਾਉਣਾ ਚਾਹੁੰਦੇ ਹਾਂ ਅਤੇ ਫਿਰ ਅਸੀਂ ਉਸੇ ਤਰ੍ਹਾਂ ਰਵਾਂਗੇ ਬਟ ਯੂ ਸ਼ੁੱਡ ਰੀਡ ਦ ਬਾਈਬਲ ਓਪਨ ਐਂਡ ਸੇ ਲਾਰਡ ਵਾਟ ਡੂ ਯੂ ਵਾਂਟ ਮੀ ਟੂ ਸੀ ਅਬਾਊਟ ਮਾਈ ਸੈਲਫ ਪਰ ਅਸੀਂ ਜਦੋਂ ਪਰਮੇਸ਼ੁਰ ਦਾ ਵਚਨ ਪੜ੍ਹਨੇ ਅਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਪਰਮੇਸ਼ੁਰ ਤੁਸੀਂ ਕੀ ਚਾਹੁੰਦੇ ਹੋ ਕਿ ਮੇਰੇ 'ਚ ਕਿਹੜਾ ਬਦਲਾਵ ਆਵੇ ਦ ਥਰਡ ਪੁਆਇੰਟ ਆਈ ਵਾਂਟ ਟੂ ਸੇ ਇਜ਼ ਦੀ ਐਨੋਰਮਿਟੀ ਔਰ ਦ ਗ੍ਰੇਟਨੈਸ ਆਫ ਦਿਸ ਗਿਲਟ ਜਿਹੜਾ ਤੀਜੀ ਗੱਲ ਮੈਂ ਦੱਸਾਂਗਾ ਵੀ ਇਹ ਜਿਹੜੀ ਸੋਚ ਹੈਗੀ ਹੈ ਜਾਂ ਸਾਡੀ ਜਿਹੜੀ ਸਥਿਤੀ ਹੈਗੀ ਹੈ ਇਹ ਕਿੰਨੀ ਜ਼ਿਆਦਾ ਭੈੜੀ ਹੈਗੀ ਉਹਦੇ ਬਾਰੇ ਗੱਲ ਕਰਾਂਗੇ ਵੈਰੀ ਆਫਨ ਐਸ ਕ੍ਰਿਸਚੀਅਨਸ ਕਈ ਵਾਰੀ ਬਹੁਤ ਜ਼ਿਆਦਾ ਵਾਰੀ ਐਸ ਮਸੀਹ ਹੁੰਦੇ ਨਾਤੇ ਵੀ ਥਿੰਕ ਮੋਰ ਆਫ ਦ ਮਿਜ਼ਰੀ ਦੈਨ ਆਫ ਦ ਗਿਲਟ ਓਕੇ ਮਿਜ਼ਰੀ ਆਇਆ ਅਸੀਂ ਆਪਣੀ ਜਿਹੜੀ ਆਪਣਾ ਭੈੜੀ ਸਥਿਤੀ ਹੁੰਦੀ ਹੈ ਉਹਦੇ ਨਾਲੋਂ ਸਾਡੀ ਜਿਹੜੀ ਭੈੜੀ ਸੋਚ ਹੈਗੀ ਉਹਦੇ ਬਾਰੇ ਸੋਚਦੇ ਹਾਂ ਲਾਰਡ ਗਿਵ ਮੀ ਅ ਬਿਗਰ ਹੋਮ ਅਸੀਂ ਕਹਿੰਦੇ ਮੈਨੂੰ ਵੱਡਾ ਮਕਾਨ ਦੇ ਦੇ ਬਿਗਰ ਕਾਰ ਬੈਟਰ ਕਾਰ ਚੰਗੀ ਗੱਡੀ ਹੋਵੇ ਥਿੰਗਸ ਲਾਈਕ ਦੈਟ ਇਸ ਤਰ੍ਹਾਂ ਚੀਜ਼ਾਂ ਆਈ ਐਮ ਨਾਟ ਸੇਇੰਗ ਦੈ ਨਥਿੰਗ ਰੋਂਗ ਇਨ ਆਸਕਿੰਗ ਦਿਸ ਬਟ ਪੁੱਟ ਇਟ ਇਨ ਪਰਸਪੈਕਟਿਵ ਮੈਂ ਨਹੀਂ ਕਹਿ ਰਿਹਾ ਚੀਜ਼ਾਂ ਬੁਰੀਆਂ ਨੇ ਪਰ ਆਪਾਂ ਨੂੰ ਇਹਨੂੰ ਇਸ ਜਿਹੜਾ ਪ੍ਰਚਾਰ ਦੇ ਹਿਸਾਬ ਨਾਲ ਜੋੜਾਂਗੇ ਵੀ ਹੈਵ ਦਿਸ ਗ੍ਰੇਟ ਗਿਲਟ ਕਾਲਡ ਕਾਰਨਲ ਮਾਈਂਡ ਵਿਚ ਇਜ਼ ਐਨੀਮਿਟੀ ਅਗੇਂਸਟ ਗੋਡ ਬਟ ਇਗਨੋਰਿੰਗ ਦ ਗਿਲਟ ਵੀ ਆਰ ਮੋਰ ਵਰੀਡ ਅਬਾਊਟ ਦ ਮਿਜ਼ਰੀ
ਆਪਾਂ ਜਿਹੜਾ ਹੈਗਾ ਜਿਹੜਾ ਠੀਕ ਹੈ ਆਪਣਾ ਕਿਉਂਕਿ ਸਰੀਰਕ ਦਿਮਾਗ ਹੈ ਸੋਚ ਕਰਕੇ ਅਸੀਂ ਪਰਮੇਸ਼ੁਰ ਦੇ ਖਿਲਾਫ ਹਾਂ ਪਰ ਅਸੀਂ ਪਰਮੇਸ਼ੁਰ ਦੀ ਚੀਜ਼ਾਂ ਨੂੰ ਛੋੜ ਕੇ ਤੇਰੇ ਦੁੱਖ ਦੀ ਚੀਜ਼ਾਂ ਦੇ ਵੱਲ ਜਾਂਦੇ ਹਾਂ ਮੈਨੀ ਸਰਮਨਸ ਬ੍ਰਿੰਗ ਅਸ ਕਲੋਸ ਟੂ ਦ ਪੁਆਇੰਟ ਵੇਅਰ ਵੀ ਆਰ ਕਨਵਿਕਟਡ ਆਫ ਸਿਨ ਬਹੁਤ ਸਾਰੇ ਜਿਹੜੇ ਪ੍ਰਚਾਰ ਹੁੰਦੇ ਨੇ ਸਾਨੂੰ ਉਸ ਚੀਜ਼ ਦਾ ਅਹਿਸਾਸ ਦਵਾਉਂਦੇ ਨੇ ਕਿ ਸਾਡੇ 'ਚ ਬੁਰਾਈਆਂ ਹੈਗੀਆਂ ਨੇ ਬਟ ਵੀ ਆਲਵੇਜ਼ ਫੇਲ ਐਸ ਪ੍ਰੀਚਰਸ ਟੂ ਟੈਲ ਮੈਨ ਦੈਟ ਹੀ ਔਰ ਸ਼ੀ ਇਜ਼ ਗਿਲਟੀ ਆਫ ਦਿਸ ਸਿਨ ਪਰ ਜਿਹੜਾ ਪ੍ਰਚਾਰਕ ਹੁੰਦਾ ਆਮ ਤੌਰ 'ਤੇ ਜਿਹੜਾ ਤੁਹਾਡੇ ਅੰਦਰ ਗੁਨਾਹ ਹੈਗਾ ਉਹਨੂੰ ਤੁਹਾਡੇ 'ਤੇ ਆਪਣਾ ਉਂਗਲ ਕਰਨ ਤੋਂ ਰੁਕਦਾ ਹੈਗਾ ਵੀ ਹੈਵ ਟੂ ਸ਼ੋ ਹਿਊਮਨਸ ਦੈਟ ਦੇ ਹੈਵ ਸਿਨਡ ਅਗੇਂਸਟ ਗੋਡ ਇਹ ਸਾਨੂੰ ਜ਼ਰੂਰੀ ਹੈਗਾ ਕਿ ਜਦੋਂ ਪ੍ਰਚਾਰ ਕਰੀਏ ਤਾਂ ਲੋਕਾਂ ਨੂੰ ਦੱਸੀਏ ਕਿ ਕਿੱਥੇ ਉਹ ਪਰਮੇਸ਼ੁਰ ਦੇ ਖਿਲਾਫ ਗੁਨਾਹ ਕਰਦੇ ਨੇ ਇਟ ਇਜ਼ ਸਿਨ ਦੈਟ ਇਜ਼ ਕੀਪਿੰਗ ਹਿਮ ਔਰ ਹਰ ਅਵੇ ਫਰਮ ਗੋਡ ਇਹ ਜੇ ਗੁਨਾਹ ਹੈਗਾ ਜਿਹੜਾ ਆਪਾਂ ਨੂੰ ਪਰਮੇਸ਼ੁਰ ਤੋਂ ਦੂਰ ਕਰਦਾ ਵੀ ਹੈਵ ਦਿਸ ਕਰਪਸ਼ਨ ਕਾਲਡ ਕਾਰਨਲ ਮਾਇੰਡ ਵਿਚ ਇਜ਼ ਸਟੋਪਿੰਗ ਅਸ ਫਰੋਮ ਰੀਅਲਾਈਜ਼ਿੰਗ ਦ ਫੁੱਲ ਪੋਟੈਂਸ਼ੀਅਲ ਗੋਡ ਹੈਜ਼ ਪੁੱਟ ਇਨ ਅਸ ਇਹ ਸਾਡਾ ਜਿਹੜੀ ਸਰੀਰਕ ਸੋਚ ਹੈਗੀ ਹੈ ਉਹੀ ਸਾਨੂੰ ਰੋਕਦੇ ਕਿ ਪਰਮੇਸ਼ੁਰ ਨੇ ਸਾਡੇ ਵਾਸਤੇ ਜਿਹੜੀ ਚੀਜ਼ਾਂ ਸੋਚੀਆਂ ਨੇ ਚੰਗੀਆਂ ਉਹਨੇ ਅਸੀਂ ਉਹਨਾਂ ਨੂੰ ਲੈ ਸਕੀਏ ਵੀ ਕਨਫੈਸ ਸਿਨ ਐਂਡ ਵੀ ਥਿੰਕ ਆਵਰ ਸਿਨਸ ਆਰ ਫੋਰਗਿਵਨ ਐਂਡ ਸਿਟ ਕੰਟੈਂਟ ਬਿਫੋਰ ਗੋਡ ਅਸੀਂ ਜਦੋਂ ਪਛਤਾਵਾ ਕਰਦੇ ਹਾਂ ਪਛਤਾਵਾ ਕਰਕੇ ਅਸੀਂ ਭੁੱਲ ਜਾਂਦੇ ਅਸੀਂ ਸੋਚਦੇ ਹਾਂ ਵੀ ਹਾਰ ਪਰਮੇਸ਼ੁਰ ਨੇ ਮਾਫ ਕਰਤਾ ਅਸੀਂ ਉਹਦੇ ਬਾਰੇ ਹੋਰ ਨਹੀਂ ਸੋਚਦੇ ਬਟ ਵੀ ਫੇਲ ਟੂ ਰੀਅਲਾਈਜ਼ ਦ ਕਾਰਨਲ ਮਾਇੰਡ ਇਜ਼ ਐਨਮਿਟੀ ਅਗੇਂਸਟ ਗੋਡ ਪਰ ਆਪਾਂ ਇਹ ਚੀਜ਼ ਭੁੱਲ ਜਾਂਦੇ ਹਾਂ ਕਿ ਜਿਹੜਾ ਸਰੀਰਕ ਸੋਚ ਹੈਗੀ ਹੈ ਉਹ ਪਰਮੇਸ਼ੁਰ ਦੀ ਸ਼ਤਰੂ ਹੈ ਇਟ ਵਿਲ ਆਲਵੇਜ਼ ਸ਼ੋ ਇਟਸੈਲਫ ਇਨ ਮੈਨੀ ਵੇਜ਼ ਇਹ ਸਾਡੇ ਹੱਥ ਤੋਂ ਆਪਣੇ ਆਪ ਉਜਾਗਰ ਹੋ ਜਾਂਦੀ ਕਈ ਤਰੀਕੇ ਨਾਲ ਵਾਟ ਇਜ਼ ਗੋਡ ਟੂ ਅਸ ਰੱਬ ਸਾਡੇ ਵਾਸਤੇ ਕੀ ਹੈ ਹੀ ਇਜ਼ ਦ ਕ੍ਰੀਏਟਰ ਆਫ ਹੈਵਨ ਐਂਡ ਦੀ ਅਰਥ ਉਹਨੇ ਸਵਰਗ ਦੇ ਪ੍ਰਿਥਵੀ ਦੀ ਰਚਨਾ ਕੀਤੀ ਹੀ ਬੇਅਰਸ ਦ ਪਿਲਰਸ ਆਫ ਦ ਯੂਨੀਵਰਸ ਉਹ ਸੰਸਾਰ ਨੂੰ ਆਪਣਾ ਸੰਭਾਲ ਕੇ ਰੱਖਦਾ ਹੈ ਹਿਸ ਬ੍ਰੈਥ ਪਰਫਿਊਮਸ ਦ ਫਲਾਵਰਸ ਉਹਦੀ ਜਿਹੜੀ ਸਵਾਸ ਹੈਗਾ ਉਹ ਫੁੱਲਾਂ ਨੂੰ ਖੁਸ਼ਬੂ ਦਿੰਦਾ ਹੈ ਹਿਸ ਪੈਨਸਲ ਪੇਂਟਸ ਦ ਸਕਾਈ ਉਹਦੀ ਜਿਹੜੀ ਪੈਨਸਲ ਹੁੰਦੀ ਉਹ ਆਪਣਾ 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 ਆਕਾਸ਼ ਦੀ ਰਚਨਾ ਕਰਦੀ ਹੈ ਦੀ ਆਥਰ ਆਫ ਦਿਸ ਕ੍ਰੀਏਸ਼ਨ ਉਹ ਸਾਰੀ ਸ੍ਰਿਸ਼ਟੀ ਦਾ ਰਚਨ ਵਾਲਾ ਹੈਗਾ ਵੀ ਆਰ ਦ ਸ਼ੀਪ ਆਫ ਹਿਸ ਪਾਸਚਰ ਅਸੀਂ ਉਹਦੀ ਆਪਣਾ ਭੇੜਾ ਉਹਦੇ ਭੇੜਸ਼ਾਲਾ ਦੀ ਭੇੜਾ ਗਿਆ ਹੀ ਹੈਸ ਮੇਡ ਅਸ ਐਂਡ ਨਾਟ ਵੀ ਆਵਰਸੈਲਵਸ ਉਹਨਾਂ ਨੇ ਸਾਨੂੰ ਬਣਾਇਆ ਅਸੀਂ ਉਹਨਾਂ ਨੂੰ ਨਹੀਂ ਬਣਾਇਆ ਹੀ ਇਜ਼ ਆਵਰ ਮੇਕਰ ਐਂਡ ਕ੍ਰੀਏਟਰ ਉਹ ਸਾਡੇ ਰਚਨਾ ਕਰਨ ਵਾਲੇ ਹੈਗੇ ਨੇ ਹੀ ਇਜ਼ ਆਵਰ ਲੈਜਿਸਲੇਟਰ ਹੀ ਮੇਕਸ ਦ ਲਾਜ਼ ਉਹ ਸਾਡੇ ਵਾਸਤੇ ਕਾਨੂੰਨ ਬਣਾਉਂਦੇ ਨੇ ਐਂਡ He is the ruler of everything that happens to us. Te sade naal jo kuch hi hunda hai oh sab kuch ohna di marzi de mutabik hunda hai. He is the one who keeps us from day to day. Oh sanu sambhal rakhde ne roz marra zindagi ch. He supplies our every need. Oh sadi har zarurat nu pura karde hai. He keeps our blood running through our veins. Oh sada jere sharir vich khoon daudda hai ohnu theek rakhde ne. He holds us in life. ਉਹ ਸਾਡੀ ਜ਼ਿੰਦਗੀ ਨੂੰ ਸੰਭਾਲ ਕੇ ਰੱਖਦੇ ਨੇ ਹੀ ਸਟੈਂਡਸ ਬਿਫੋਰ ਅਸ ਆਵਰ ਕ੍ਰੀਏਟਰ ਐਂਡ ਕਿੰਗ ਉਹ ਸਾਡੇ ਸਾਹਮਣੇ ਖੜੇ ਹੁੰਦੇ ਨੇ ਸਾਡਾ ਰਚਨਾ ਕਰਨ ਵਾਲੇ ਤੇ ਸਾਡੇ ਬਾਦਸ਼ਾਹ ਇਜ਼ ਦਿਸ ਨਾਟ ਸਿਨ ਐਰੋਨਮਸ ਦੈਟ ਆਵਰ ਕਾਰਨਲ ਮਾਇੰਡ ਇਜ਼ ਐਨਮਿਟੀ ਅਗੇਂਸਟ ਦਿਸ ਕਿੰਗ ਪਰ ਕਿਆ ਹੈਰਾਨੀ ਦੀ ਗੱਲ ਨਹੀਂ ਹੈ ਕਿ ਸਾਡਾ ਜਿਹੜਾ ਸੋਚ ਸਰੀਰਕ ਦਿਮਾਗ ਹੈਗਾ ਉਹ ਉਸੇ ਰਾਜਾ ਦੇ ਸ਼ਤਰੂ ਹੈਗਾ ਦਿਸ ਕ੍ਰਾਈਮ ਮੇ ਬੀ ਵਰਸ ਦੈਨ ਵਾਟ ਵੀ ਥਿੰਕ ਆਫ ਵਾਟ ਗੋਡ ਇਜ਼ ਇਹ ਜਿਹੜਾ ਸਾਡਾ ਆਪਣਾ ਗੁਨਾਹ ਹੈਗਾ ਜਿਹੜਾ ਅਸੀਂ ਸੋਚਦੇ ਹਾਂ ਉਸ ਤੋਂ ਵੀ ਕਿਧਰੇ ਜ਼ਿਆਦਾ ਖਰਾਬ ਹੈ ਇਫ ਵੀ ਕੁਐਸਚਨ ਆਵਰਸੈਲਵਸ ਵਾਈ ਇਜ਼ ਦਿਸ ਐਨਮਿਟੀ ਅਗੇਂਸਟ ਗੋਡ ਜੇ ਅਸੀਂ ਸਵਾਲ ਕਰੀਏ ਕਿ ਇਹ ਕਿਉਂ ਪਰਮੇਸ਼ੁਰ ਦੇ ਖਿਲਾਫ ਹੈਗਾ ਗੋਡ ਇਜ਼ ਅ ਗੋਡ ਆਫ ਲਵ ਪਰਮੇਸ਼ੁਰ ਪਿਆਰ ਦਾ ਪਰਮੇਸ਼ੁਰ ਹੈ ਹੀ ਇਜ਼ ਕਾਈਂਡ ਟੂ ਹਿਸ ਕ੍ਰੀਚਰਸ ਉਹ ਆਪਣੀ ਰਚਨਾ ਨਾਲ ਆਪਣਾ ਦਇਆ ਕਰਦਾ ਹੀ ਲਵਸ ਅਸ ਵਿਦ ਅ ਕੰਪੈਸ਼ਨ ਵਿਦ ਕੰਪੈਸ਼ਨ ਉਹ ਆਪਣਾ ਦਇਆ ਦੇ ਭਾਵ ਨਾਲ ਸਾਡੇ ਨਾਲ ਪਿਆਰ ਕਰਦਾ ਐਵਰੀ ਡੇ ਹੀ ਸਨ ਸ਼ਾਈਨਸ ਅਪਨ ਅਸ ਹਰ ਰੋਜ਼ ਉਹਦਾ ਸੂਰਜ ਸਾਡੇ 'ਤੇ ਚਮਕਦਾ He feeds us. ਉਹ ਸਾਨੂੰ ਭੋਜਨ ਦਿੰਦਾ He sustains us. ਉਹ ਸਾਨੂੰ ਖੜਾ ਕਰਕੇ ਰੱਖਦਾ Do we hate God because He loves us? ਕਿਆ ਅਸੀਂ ਪਰਮੇਸ਼ੁਰ ਨੂੰ ਐਸ ਕਰਕੇ ਨਕਾਰਨੇ ਆ ਕਿਉਂਕਿ ਸਾਨੂੰ ਪਿਆਰ ਕਰਦਾ ਕੰਸੀਡਰ ਐਸ ਕ੍ਰਿਸਚੀਅਨਸ ਦ ਮਰਸੀਜ਼ ਵੀ ਹੈਵ ਰਿਸੀਵਡ ਆਫ ਗੋਡ ਆਪਾਂ ਦੇਖੀਏ ਪਰਮੇਸ਼ੁਰ ਨੇ ਸਾਨੂੰ ਕਿਹੜੇ ਕਿਹੜੇ ਵੱਖਰੀ ਵੱਖਰੀ ਦਇਆ ਸਾਡੇ 'ਤੇ ਕੀਤੀ ਹੈ ਦ ਗੁੱਡਨੈਸ ਦੈਟ ਹੀ ਹੈਜ਼ ਸਪਰੈਡ ਬਿਫੋਰ ਅਸ ਜਿਹੜੀ ਅੱਛੀ ਗੱਲ ਅੱਛਾਈ ਉਹਨਾਂ ਨੇ ਸਾਡੇ ਨਾਲ ਕੀਤੀ ਹੈ ਬਟ ਵੀ ਹੈਵ ਫੇਲਡ ਟੂ ਰੀਨਿਊ ਆਵਰ ਮਾਇੰਡ and we have become enmity against god par assi fer vi piche reh jande ha te assi apne jehda saadi socha hai gyan hai onu parmeshwar sahara nahi badalde as kare parmeshwar de god did not shatru ho jande ha good to us par fer vi parmeshwar change kam kar raha saade naal nahi piche hatda he gave us the very clothes on our back oh jehde assi kapde paare sa parmeshwar di den hai ki hai it is like taking a dagger and putting it in the heart of a good friend ਜਿਵੇਂ ਆਪਾਂ ਇੱਕ ਛੁਰਾ ਲੈ ਕੇ ਆਪਣੇ ਚੰਗੇ ਦੋਸਤ ਦੇ ਛਾਤੀ 'ਚ ਮਾਰਨੇ ਆ ਵੀ ਹੈਵ ਮੋਰ ਗ੍ਰੈਟੀਟਿਊਡ ਟੂਵਰਡਸ ਆਵਰ ਅਰਥਲੀ ਰਿਲੇਟਿਵਸ ਦੈਨ ਗੋਡ ਅਸੀਂ ਜਿਹੜੇ ਸਾਡੇ ਸੰਸਾਰੀ ਰਿਸ਼ਤੇਦਾਰੀ ਹੈਗੀਆਂ ਨੇ ਉਹਨਾਂ ਪ੍ਰਤੀ ਸਾਨੂੰ ਜ਼ਿਆਦਾ ਪ੍ਰੇਮ ਹੈ ਬਨਿਸਪਤ ਕੀ ਪਰਮੇਸ਼ੁਰ ਦੇ ਵੀ
In return for all the mercy and all the love that he gives, we fail to change our carnal mind. ਜਿਹੜਾ ਪਰਮੇਸ਼ਰ ਸਾਡੇ ਤੇ ਵੱਖਰੇ ਵੱਖਰੇ ਰਹਿਮ ਕਰਦਾ ਦਿਆ ਕਰਦਾ ਹੈਗਾ ਅਸੀਂ ਉਹਦਾ ਜਿਹੜਾ ਏਵਜ ਹੈਗਾ ਪਰਮੇਸ਼ਰ ਨੂੰ ਨਹੀਂ ਦਿੰਦੇ ਦਾ ਕਾਰਨਲ ਮਾਈਂਡ ਇਜ਼ ਐਨਮਿਟੀ ਅਗੇਂਸਟ ਗੋਡ ਸ਼ੁਡ ਮੇਕ ਅ ਸ਼ੇਕ ਇਨ ਆਵਰ ਬੂਟਸ ਜੇ ਸਾਡੇ ਸਰੀਰਕ ਦਿਮਾਗ ਦੀ ਬੁਰਾਈਆਂ ਹੈਗੀਆਂ ਨੇ ਉਹ ਸਾਨੂੰ ਹਿਲਾ ਕੇ ਰੱਖਣੀਆਂ ਚਾਹੀਦੀਆਂ ਨੇ ਇਟ ਇਜ਼ ਅ ਟੈਰੀਬਲ ਸਿਨ ਟੂ ਬੀ ਐਟ ਐਨਮਿਟੀ ਵਿਦ ਗੋਡ ਇਹ ਪਰਮੇਸ਼ਰ ਦੇ ਖਿਲਾਫ ਇੱਕ ਬੜਾ ਵੱਡਾ ਗੁਨਾਹ ਹੈਗਾ ਓਨਲੀ ਗੋਡ ਕੈਨ ਰਿਵੀਲ ਦ ਐਨਮਿਟੀ ਆਫ ਦਿਸ ਸਿਨ ਸਿਰਫ ਪਰਮੇਸ਼ਰ ਹੀ ਸਾਡਾ ਇਹ ਗੁਨਾਹ ਸਾਡੇ ਤੇ ਜ਼ਾਹਰ ਕਰ ਸਕਦਾ ਹੈ ਦੇਰ ਆਰ ਟੂ ਥੀ ਪ੍ਰਿੰਸੀਪਲਸ ਆਈ ਵਾਂਟ ਟੂ ਬ੍ਰਿੰਗ ਆਊਟ ਆਫ ਦਿਸ ਦੋ ਸਿਧਾਂਤ ਹੈ ਮੈਂ ਪ੍ਰਚਾਰ ਤੋਂ ਤੁਹਾਨੂੰ ਦੱਸਾਂਗਾ ਦ ਸੈਲਵੇਸ਼ਨ ਕੈਨ ਨਾਟ ਬੀ ਬਾਈ ਮੈਰਿਟ ਉਧਾਰ ਜਿਹੜਾ ਹੈਗਾ ਉਹ ਤੁਹਾਡੀ ਕਿਸੇ ਅਛਾਈ ਤੇ ਨਿਰਭਰ ਨਹੀਂ ਹੈ ਇਟ ਇਜ਼ ਬਾਈ ਗ੍ਰੇਸ ਇਹ ਸਿਰਫ ਪਰਮੇਸ਼ਰ ਨੇ ਤੁਹਾਨੂੰ ਦਿੱਤਾ ਹੈਗਾ ਵੀ ਆਰ ਐਟ ਐਨਮਿਟੀ ਵਿਦ ਗੋਡ ਹਾਊ ਮਚ ਮੋਰ ਵੀ ਨੀਡ ਦੈਟ ਗ੍ਰੇਸ ਜੇ ਅਸੀਂ ਪਰਮੇਸ਼ਰ ਦੇ ਫਿਰ ਵੀ ਸ਼ਤਰੂ ਹੈਗੇ ਹਾਂ ਤੇ ਸਾਨੂੰ ਕਿੰਨੀ ਦਇਆ ਦੀ ਜ਼ਰੂਰਤ ਹੈਗੀ ਹੈ ਇਵਨ ਇਫ ਵੀ ਵੇਰ ਐਸ ਪਿਓਰ ਆਫ ਐਸ ਐਡਮ ਭਾਵੇਂ ਅਸੀਂ ਆਦਮ ਤਰ੍ਹਾਂ ਹੀ ਆਪਣਾ ਸ਼ੁੱਧ ਹੁੰਦੇ ਵੀ ਕੁਡ ਨਾਟ ਹੈਵ ਐਨੀ ਮੈਰਿਟ ਸਾਡੇ ਵਿੱਚ ਫਿਰ ਵੀ ਕੋਈ ਚੰਗੀ ਚੀਜ਼ ਨਾ ਹੁੰਦੀ ਆਈ ਡੋਂਟ ਥਿੰਕ ਐਡਮ had anything better than the standard before God. Adam was the standard, anything more than standard he was okay. not. ਜਿਹੜਾ ਆਦਮ ਦਾ ਸਤਰ ਸੀਗਾ ਉਸ ਤੋਂ ਵੱਡਾ ਸਤਰ ਤਾਂ ਪਰਮੇਸ਼ਵਰ ਨਹੀਂ ਮੰਗਦਾ ਸੀ. He kept all the master's law. ਉਹਨੇ ਆਪਣਾ ਪਰਮੇਸ਼ਵਰ ਦੇ ਸਾਰੇ ਕਾਨੂੰਨਾਂ ਨੂੰ ਮੰਨਿਆ. But he was an unprofitable servant. ਪਰ ਉਹਨੇ ਫੇਰ ਵੀ ਆਪਣਾ ਗਿਰਿਆ ਉਹ. He did nothing more than what he was expected to do. ਉਹਨੇ ਉਹੀ ਕੀਤਾ ਜੋ ਉਹਦੇ ਤੋਂ ਉਮੀਦ ਸੀਗੀ. He did not have any surplus extra work to for God or anything any profit in that. ਉਹਨੂੰ ਉਹਦੇ ਕੋਈ ਫਾਇਦਾ ਤਾਂ ਨਹੀਂ ਹੋਇਆ ਬਟ ਵੀ ਹੈਵ ਬਿਕਮ ਕਾਰਨਲ ਮਾਈਂਡਸ ਬਿਕੋਜ਼ ਆਫ ਹਿਸ ਫਾਲ ਪਰ ਉਹਦੇ ਗਿਰਨ ਕਰਕੇ ਸਾਡਾ ਜਿਹੜਾ ਸੋਚ ਹੈਗੀ ਹੈ ਉਹ ਸਰੀਰਕ ਸੋਚ ਹੋ ਗਈ ਹੈ ਹਾਊ ਮਚ ਲੈਸ ਕੈਨ ਵੀ ਹੋਪ ਫਾਰ ਆਵਰ ਵਰਕਸ ਟੂ ਸਟੈਂਡ ਐਨੀਥਿੰਗ ਬਿਫੋਰ ਗੋਡ ਕਿਵੇਂ ਅਸੀਂ ਜਿਹੜੇ ਆਪਣੇ ਕੰਮ ਕਰਨੇ ਆ ਉਹ ਪਰਮੇਸ਼ਵਰ ਦੇ ਨਿਗਾਹ 'ਚ ਖੜੇ ਰੱਖ ਸਕਦੇ ਨੇ ਮਾਰਟਿਨ ਲੂਥਰ ਆਲਵੇਜ਼ ਸਪ੍ਰੀਚਡ ਹੀ ਸੈਡ ਆਈ ਕਾਨਸਟੈਂਟਲੀ ਪ੍ਰੀਚ ਜਸਟੀਫਿਕੇਸ਼ਨ ਬਾਈ ਫੇਥ ਜਿਹੜਾ ਮਾਰਟਿਨ ਲੂਥਰ ਹਮੇਸ਼ਾ ਕਹਿੰਦਾ ਸੀ ਜਿਹੜਾ ਉਧਾਰ ਦੀ ਸੱਚਾਈ ਹੈਗੀ ਹੈ ਉਹਦੇ ਬਾਰੇ ਬਾਰ ਬਾਰ ਪ੍ਰਚਾਰ ਕਰਦਾ ਸੀ ਬਿਕੋਜ਼ ਪੀਪਲ ਫਰਗੇਟ ਇਟ ਕਿਉਂਕਿ ਲੋਕੀ ਭੁੱਲ ਜਾਂਦੇ ਨੇ ਸੋ ਦੈਟ ਆਈ ਆਲਵੇਸ ਥੋਟ ਆਈ ਸ਼ੁਡ ਨੋਕ ਦ ਬਾਈਬਲ ਔਨ ਦੇਅਰ ਹੈਡ ਸੋ ਇਟ ਵਿਲ ਗੋ ਡਾਊਨ ਟੂ ਦੇਅਰ ਹਾਰਟ ਤਾਂ ਉਹ ਕਹਿੰਦਾ ਸੀ ਮੈਂ ਚਾਹੁੰਦਾ ਸੀ ਕਿ ਮੈਂ ਜਿਹੜੀ ਪਰਮੇਸ਼ਵਰ ਦਾ ਵਚਨ ਹੈ ਉਹਨਾਂ ਦੇ ਦਿਮਾਗ 'ਤੇ ਬਾਰ ਬਾਰ ਮਾਰਾਂ ਤਾਂ ਕਿ ਉਹ ਭੁੱਲਣ ਨਾ ਵੀ ਵਾਂਟ ਟੂ ਆਲਵੇਸ ਪੁੱਟ ਅ ਸਕ੍ਰੈਪ ਆਫ ਆਰ ਓਨ ਵਰਚੂ ਟੂ ਗੋਡਸ ਵਰਕ ਅਸੀਂ ਹਮੇਸ਼ਾ ਜਿਹੜੀ ਸਾਡੀ ਛੋਟੀ ਛੋਟੀ ਅਛਾਈਆਂ ਹੁੰਦੀਆਂ ਨੇ ਉਹ ਰੱਬ ਦੇ ਸਾਹਮਣੇ ਲੈ ਕੇ ਆਉਂਦੇ ਹਾਂ ਆਈ ਐਮ ਨਾਟ ਲਾਈਕ ਦਿਸ ਮੈਂ ਉਸ ਤਰ੍ਹਾਂ ਨਹੀਂ ਹੈਗਾ ਓ ਗੋਡ ਆਈ ਐਮ ਰੀਡਿੰਗ ਬਾਈਬਲ ਐਂਡ ਪ੍ਰੇਇੰਗ ਐਵਰੀ ਡੇ ਵੀ ਟ੍ਰਾਈ ਟੂ ਡੂ ਜਸਟੀਫਾਈ ਬਿਫੋਰ ਗੋਡ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਆਪਣਾ ਅੱਛਾ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਟ ਹੈਜ਼ ਟੂ ਬੀ ਬਾਈ ਦ ਅਟੋਨਮੈਂਟ ਐਂਡ ਬਾਈ ਕ੍ਰਾਈਸਟ ਇਹ ਜਿਹੜਾ ਸਾਡੇ ਕੰਮ ਹੈਗੇ ਨੇ ਉਹ ਪਰਮੇਸ਼ਵਰ ਦੀ ਮਰਜ਼ੀ ਦੇ ਹਿਸਾਬ ਨਾਲ ਪ੍ਰਭੂ ਯਿਸੂ ਮਸੀਹ ਦੀ ਮਰਜ਼ੀ ਦੇ ਹੋਣੇ ਚਾਹੀਦੇ ਨੇ ਅਨਦਰ ਪ੍ਰਿੰਸੀਪਲ ਫਰੋਮ ਦਿਸ ਆਈ ਵਾਂਟ ਯੂ ਟੂ ਗੈਟ ਇਜ਼ ਵੀ ਹੈਵ ਟੂ ਹੈਵ ਅ ਟੋਟਲ ਚੇਂਜ ਆਫ ਦ ਮਾਈਂਡ ਦੂਸਰਾ ਹੈਗਾ ਕਿ ਜੇ ਸਾਡੀ ਸੋਚ ਹੈਗੀ ਹੈ ਉਹਦੇ ਪੂਰੀ ਤਰ੍ਹਾਂ ਬਦਲਾਅ ਆਉਣਾ ਚਾਹੀਦਾ ਇਟ ਇਜ਼ ਟਰੂ ਬਾਈ ਬਰਥ ਵੀ ਆਰ ਐਟ ਐਨਮਿਟੀ ਵਿਦ ਗੋਡ ਇਹ ਗੱਲ ਠੀਕ ਹੈ ਕਿ ਜਨਮ ਤੋਂ ਅਸੀਂ ਪਰਮੇਸ਼ਵਰ ਦੇ ਖਿਲਾਫ ਹੈਗੇ ਹਾਂ It is necessary for to allow the Holy Spirit to change our mind. ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਅਸੀਂ ਪਵਿੱਤਰ ਆਤਮਾ ਨੂੰ ਮੌਕਾ ਦਈਏ ਕਿ ਸਾਡੀ ਸੋਚਾਂ ਨੂੰ ਬਦਲਣ. Let me give you an impossible situation here. ਇੱਕ ਬਿਲਕੁਲ ਨਾ ਹੋਣ ਵਾਲੀ ਸਿਚੁਏਸ਼ਨ ਤੁਹਾਨੂੰ ਦੱਸਾਂ ਮੈਂ. Let's imagine a believer who has not changed his mind. He has a carnal mind and his enmity against God. He dies and goes to heaven. ਮੰਨ ਲਓ ਇੱਕ ਜਿਹੜਾ ਵਿਸ਼ਵਾਸੀ ਹੈਗਾ ਉਹਨੇ ਆਪਣੀ ਸੋਚ ਨਹੀਂ ਬਦਲੀ ਅਤੇ ਇਸ ਕਰਕੇ ਸਰੀਰਕ ਦਿਮਾਗ ਵਿੱਚ ਹਮੇਸ਼ਾ ਉਹ ਪਰਮੇਸ਼ਵਰ ਦਾ ਸ਼ਤਰੂ ਹੈ ਅਤੇ ਜਦੋਂ ਮਰ ਜਾਂਦਾ ਤਾਂ ਸਵਰਗ ਜਾਂਦਾ ਸੋ ਹੀ ਕਮਸ ਥਰੂ ਦ ਗੇਟ ਅਤੇ ਉਹ ਜਿਹੜਾ ਗੇਟ ਤੋਂ ਨਿਕਲਦਾ ਹੀ ਹੀਅਰਸ ਦ ਮਿਊਜ਼ਿਕ ਉਹ ਉੱਥੇ ਸੰਗੀਤ ਸੁਣਦਾ ਹੀ ਇਜ਼ ਸ਼ੌਕਡ ਉਹ ਬੜਾ ਹੈਰਾਨ ਹੁੰਦਾ ਇਟ ਇਜ਼ ਟੂ ਪ੍ਰੇਜ਼ ਹਿਜ਼ ਐਨੀਮੀ ਉਹ ਜਿਹੜਾ ਆਪਣਾ ਸ਼ਤਰੂ ਹੈਗਾ ਉਹਦੀ ਆਪਣਾ ਉਹਦੇ ਉਹਦਾ ਸੰਗੀਤ ਚੱਲ ਰਿਹਾ ਡੂ ਯੂ ਰੀਅਲਾਈਜ਼ ਕਾਰਨਲ ਮਾਈਂਡ ਇਜ਼ Enmity against God. So the song is praising whom? Enemy. Hello? Enemy of God. Okay, next. He sees a throne. Oh, ek bada bada singhasan dekhta hai. Who is sitting on the throne? Kaun baitha hai singhasan pe? Enemy of his mind. Unne ye soch ka dushman hai. On earth he was thinking he is worshipping God, but his mind is an enemy. He is considered God's an enemy. ਉਹ ਸੋਚਦਾ ਹੈਗਾ ਕਿ ਮੈਂ ਪਰਮੇਸ਼ਵਰ ਆਰਾਧਨਾ ਕਰਦਾ ਹੈ ਪਰ ਜਿਹੜੀ ਉਹਦੀਆਂ ਸੋਚਾਂ ਨੇ ਉਹ ਐਸੀਆਂ ਨੇ ਜਿਹੜੀ ਕਿ ਪਰਮੇਸ਼ਵਰ ਦੇ ਸ਼ਤਰੂ ਦੇ ਬਰਾਬਰ ਨੇ ਹੀ ਸੀਜ਼ ਦ ਲਾਰਡਸ ਆਫ ਐਂਜਲਸ ਉਹ ਬਹੁਤ ਸਾਰੇ ਸਵਰਗ ਦੂਤ ਦੇਖਦਾ ਹੈ ਦੇ ਸਰਵੈਂਟਸ ਆਫ ਹਿਸ ਐਨੀਮੀ ਉਹ ਵੀ ਉਹਦੇ ਜਿਹੜਾ ਜਿੰਨੀ ਖਿਲਾਫਤ ਕਰਦਾ ਸੀ ਉਹਦੇ ਸੇਵਾ ਕਰਦੇ ਨੇ ਹੀ ਇਜ਼ ਇਨ ਦ ਐਨੀਮੀਜ਼ ਹਾਊਸ
ਉਹ ਜਿਹੜਾ ਆਪਣੇ ਸ਼ਤਰੂ ਦੇ ਘਰ 'ਚ ਆ ਗਿਆ ਬਿਕੋਜ਼ ਹੀ ਇਜ਼ ਐਟ ਐਨਮਿਟੀ ਵਿਦ ਗੋਡ ਕਿਉਂਕਿ ਸ਼ੁਰੂ ਤੋਂ ਉਹਦਾ ਸਰੀਰਕ ਦਿਮਾਗ ਹੁੰਦੇ ਪਰਮੇਸ਼ੁਰ ਦੇ ਨਾਲ ਸ਼ਤਰੂ ਰਿਹਾ ਹੀ ਕੁਡ ਨਾਟ ਜੁਆਇਨ ਦ ਸੌਂਗ ਉਹਨੂੰ ਆਪਣਾ ਜਿਹੜਾ ਸੰਗੀਤ ਚੱਲ ਰਿਹਾ ਉਹਨੂੰ ਆਪਣਾ ਆਨੰਦ ਨਹੀਂ ਲੈ ਸਕਦਾ ਹੁੰਦਾ ਹੇਅਰ ਯੂ ਕੈਨ ਡਿਸੀਵ ਐਵਰੀਬਾਡੀ ਇੱਥੇ ਆਪਾਂ ਇੱਕ ਦੂਜੇ ਨੂੰ ਧੋਖਾ ਦੇ ਸਕਦੇ ਹਾਂ ਵੀ ਕੈਨ ਹੈਵ ਅ ਕਾਰਨਲ ਮਾਈਂਡ ਐਂਡ ਵਰਸ਼ਿਪ ਗੋਡ ਅਸੀਂ ਸਰੀਰਕ ਦਿਮਾਗ ਹੋਣ ਦੇ ਬਾਵਜੂਦ ਪਰਮੇਸ਼ੁਰ ਦੀ ਆਰਾਧਨਾ ਕਰ ਲੈਂਦੇ ਹਾਂ ਇਨ ਹੈਵਨ ਓਨਲੀ ਕਾਰਨੈਲਿਟੀ ਇਜ਼ ਲੈਫਟ ਪਰ ਜਿਹੜਾ ਸਵਰਗ ਜੋ ਜਾਂਦੇ ਹਾਂ ਉਹ ਤੋਂ ਉਦੋਂ ਤਾਂ ਸਿਰਫ ਸਾਡੀ ਸੋਚ ਬੁਰਾਈ ਸੋਚ ਸਮਝ ਜਲਦੀ ਬਾਡੀ ਇਜ਼ ਗੋਨ ਸਰੀਰ ਚਲਾ ਜਾਂਦਾ ਹੈ ਯੂ ਆਰ ਟਰੂਲੀ ਵਾਟ ਯੂ ਆਰ ਤੁਸੀਂ ਜੋ ਕੁਛ ਅੰਦਰ ਹੈਗੇ ਉਹੀ ਉਹ ਬਾਹਰ ਨਜ਼ਰ ਆਉਂਦੇ ਹੋ ਨੋ ਹਾਈਡਿੰਗ ਬਿਹਾਈਂਡ ਦ ਫਲੈਸ਼ ਉਦੋਂ ਆਪਾਂ ਸਰੀਰ ਦੇ ਪਿੱਛੇ ਆਪਣੇ ਆਪ ਨੂੰ ਛੁਪਾ ਨਹੀਂ ਸਕਦੇ ਸੋ ਵੀ ਆਰ ਇਨ ਐਨੀਮੀ ਟੈਰੀਟਰੀ ਤੇ ਫਿਰ ਆਪਾਂ ਸ਼ਤਰੂ ਦੇ ਏਰੀਏ 'ਚ ਹੈਗੇ ਹਾਂ ਥਾਊਜ਼ੈਂਡਸ ਆਫ ਵੌਇਸਸ ਆਰ ਪ੍ਰੇਜ਼ਿੰਗ ਗੋਡ ਹਜ਼ਾਰਾਂ ਲੱਖਾਂ ਜਿਹੜੀ ਆਪਣਾ ਆਵਾਜ਼ਾਂ ਨੇ ਉਹ ਪਰਮੇਸ਼ੁਰ ਦੀ ਆਰਾਧਨਾ ਕਰ ਰਹੀਆਂ ਨੇ ਕ੍ਰਾਈਸਟ ਵਿਲ ਸੇ ਇਨ ਅ ਵੌਇਸ ਲਾਊਡਰ ਦੈਨ ਦਿਸ ਸੈਲੀਬ੍ਰੇਸ਼ਨ ਉੱਥੇ ਆਪਾਂ ਪ੍ਰਭੂ ਯਿਸੂ ਮਸੀਹ ਦੀ ਆਵਾਜ਼ ਸਾਰੇ ਤੋਂ ਉੱਚੀ ਨੂੰ ਸੁਣਾਈ ਦਿੰਦੀ ਹੈ ਵਾਟ ਆਰ ਯੂ ਡੂਇੰਗ ਹੇਅਰ ਉਹ ਤੁਸੀਂ ਉਹ ਕਹਿੰਦੇ ਤੁਸੀਂ ਤੂੰ ਕੀ ਕਰ ਰਹੇ ਇੱਥੇ ਯੂ ਆਰ ਮਾਈ ਐਨੀਮੀ ਉਹ ਕਹਿੰਦੇ ਤੂੰ ਤਾਂ ਮੇਰਾ ਦੁਸ਼ਮਣ ਹੈ ਯੂ ਡਿਡ ਨਾਟ ਚੇਂਜ ਯੂਅਰ ਮਾਈਂਡ ਤੂੰ ਆਪਣੀ ਸੋਚ ਨੂੰ ਨਹੀਂ ਬਦਲਿਆ ਡਿਪਾਰਟ ਇਨ ਟੂ ਐਵਰਲਾਸਟਿੰਗ ਹੈਲ ਉਹ ਕਹਿੰਦੇ ਆਪਣਾ ਹਮੇਸ਼ਾ ਦੀ ਆਪਣਾ ਨਰਕ ਚਲਾ ਜਾ Whitfield, George Whitfield always said this. George Whitfield ਹਮੇਸ਼ਾ ਕਹਿੰਦਾ ਸੀ Listen to me carefully. ਧਿਆਨ ਨਾਲ ਸੁਣੋ. He says in the state he was in the carnal mind. ਉਹ ਕਹਿੰਦਾ ਜਿਸ ਤਰ੍ਹਾਂ ਦੇ ਸਰੀਰਕ ਸੋਚ ਹੀ ਜਗਾ ਸੀ ਉਹ He said I would be unhappy in heaven. ਉਹ ਕਹਿੰਦਾ ਮੈਂ ਸਵਰਗ ਵਿੱਚ ਵੀ ਆਪਣਾ ਨਾ ਖੁਸ਼ ਰਵਾਂਗਾ. I ask God to let me run down to hell. ਉਹ ਕਹਿੰਦਾ shelter against this great injustice I'm doing being here. ਉਹ ਕਹਿੰਦਾ ਮੈਨੂੰ ਰੱਬ ਨੂੰ ਕਹਿਣਾ ਪਏਗਾ ਕਿ ਤੂੰ ਮੈਨੂੰ ਨਰਕ ਵਿੱਚ ਭੇਜ ਦੇ ਕਿਉਂਕਿ ਜਿਹੜੀ ਮੇਰੀ ਸੋਚ ਹੈਗੀ ਹੈ ਉਹ ਨਰਕ ਦੇ ਹਿਸਾਬ ਨਾਲ ਲੱਗੀ ਹੈ ਮਾਈ ਡੀਅਰ ਬ੍ਰਦਰਸ ਐਂਡ ਸਿਸਟਰਸ ਮੇਰੇ ਭੈਣ ਭਰਾਓ ਟੇਕ ਦਿਸ ਸੀਰੀਅਸਲੀ ਇਹਨੂੰ ਤੁਸੀਂ ਸੀਰੀਅਸਲੀ ਲਓ ਡੋਂਟ ਗੋ ਬਾਈ ਜਸਟ ਓ ਵੀ ਆਰ ਬੋਰਨ ਅਗੇਨ ਵੀ ਆਰ ਫਿਨਿਸ਼ਡ ਵੀ ਆਰ ਸੇਵਡ ਵੀ ਆਰ ਗੋਇੰਗ ਟੂ ਹੈਵਨ ਦੈਟਸ ਨਾਟ ਗੋਇੰਗ ਟੂ ਬੀ ਵਾਟ ਇਟ ਇਜ਼ ਇਹ ਨਾ ਸੋਚੋ ਵੀ ਤੁਸੀਂ ਆਪਣਾ ਇੱਕ ਵਾਰੀ ਤੁਹਾਡਾ ਬਚਾਅ ਹੋ ਗਿਆ ਫਿਰ ਤੁਸੀਂ ਸਵਰਗ ਜਾ ਸਕਦੇ ਹੋ ਦੇਰ ਇਜ਼ has to be a carnal mind death to the carnal mind ਇਸ ਕਰੇ ਬਹੁਤ ਜ਼ਰੂਰੀ ਹੈ ਕਿ ਸਾਡਾ ਜਿਹੜਾ ਸਰੀਰਕ ਦਿਮਾਗ ਹੈਗਾ ਉਹਦੇ ਬਦਲਾਅ ਆਉਣਾ ਚਾਹੀਦਾ ਹੈ ਹੈਸ ਟੂ ਹੈਵ ਅ ਚੇਂਜ ਉਹਦੇ ਬਦਲਾਅ ਆਉਣਾ ਚਾਹੀਦਾ ਜਸਟ ਬਾਈ ਬੈਪਟਿਜ਼ਮ ਐਂਡ ਬਾਈ ਬੀਇੰਗ ਬੋਰਨ ਅਗੇਨ ਯੂ ਮੇ ਨਾਟ ਗੋ ਟੂ ਹੈਵਨ ਕਿ ਜੇ ਆਪਾਂ ਬਪਤਿਸਮਾ ਲੈ ਲਿਆ ਤੇ ਦੁਬਾਰਾ ਜਨਮ ਲੈ ਲਿਆ ਜ਼ਰੂਰੀ ਨਹੀਂ ਕਿ ਉਹਦੇ ਜ਼ਰੀਏ ਆਪਾਂ ਸਵਰਗ ਜਾ ਸਕਦੇ ਹਾਂ ਕਾਰਨਲ ਮਾਈਂਡ ਇਜ਼ ਐਨਮਿਟੀ ਅਗੇਂਸਟ ਗੋਡ ਦਿਸ ਇਜ਼ ਵਾਟ ਦ ਬਾਈਬਲ ਸੇਜ਼ ਜਿਹਦੇ ਪਰਮੇਸ਼ਰ ਦਾ ਵਚਨ ਜਿਵੇਂ ਕਹਿੰਦਾ ਹੈ ਕਿ ਜਿਹੜਾ ਸਰੀਰਕ ਸੋਚ ਹੈਗੀ ਹੈ ਉਹ ਪਰਮੇਸ਼ਰ ਦੀ ਸ਼ਤਰੂ ਹੈਗੀ ਹੈ ਐਂਡ ਦ ਐਨੀਮੀ ਵਿਲ ਵੀ ਕੈਨ ਕਵਰ ਅਪ ਬਾਈ ਆਵਰ ਬਾਡੀ ਐਂਡ ਬਾਈ ਆਵਰ ਪੋਸਚਰ ਐਂਡ ਬਾਈ ਆਵਰ ਨੇਚਰ ਅਸੀਂ ਆਪਣੇ ਸਵਾਲ ਨਾਲ ਆਪਣੇ ਸਰੀਰ ਨਾਲ ਆਪਣੀ ਹਰਕਤਾਂ ਨਾਲ ਇਹ ਗੱਲਾਂ ਛੁਪਾ ਸਕਦੇ ਹਾਂ ਦੋ ਵੀ ਹੈਵ ਐਨਮਿਟੀ ਅਗੇਂਸਟ ਗੋਡ ਵੀ ਮੇ ਲੁੱਕ ਲਾਈਕ ਦ ਫਰੈਂਡ ਆਫ ਗੋਡ ਆਪਾਂ ਹੈਗੇ ਤਾਂ ਪਰਮੇਸ਼ੁਰ ਦੇ ਸ਼ਤਰੂ ਹਾਂ ਪਰ ਅਸੀਂ ਇਸ ਤਰ੍ਹਾਂ ਦੇ ਐਕਸ਼ਨ ਕਰ ਸਕਦੇ ਹਾਂ ਜਿਵੇਂ ਲੱਗੇ ਕਿ ਅਸੀਂ ਪਰਮੇਸ਼ੁਰ ਦੇ ਮਿਲਣ ਵਾਲੇ ਹੈਗੇ ਹਾਂ ਵੀ ਡੋਂਟ ਥਿੰਕ ਅਬਾਊਟ ਚੇਂਜ ਆਫ ਕਾਰਨਲ ਮਾਈਂਡ ਅਸੀਂ ਸੋਚਦੇ ਨਹੀਂ ਕਿ ਸਾਨੂੰ ਆਪਣੇ ਸਰੀਰਕ ਦਿਮਾਗ ਨੂੰ ਬਦਲਣ ਦੀ ਲੋੜ ਹੈਗੀ ਹੈ ਵੀ ਆਰ ਸਲੇਵਸ ਟੂ ਸਿਨ ਅਸੀਂ ਜਿਹੜਾ ਹੈਗਾ ਗੁਨਾਹ ਦੇ ਅਧੀਨ ਹੈਗੇ ਹਾਂ ਬਾਈ ਹੈਵਿੰਗ ਅ ਕਾਰਨਲ ਮਾਈਂਡ ਵੀ ਆਰ ਟੈਲਿੰਗ ਗੋਡ ਯੂ ਆਰ ਮਾਈ ਐਨਮੀ ਕਿਉਂਕਿ ਆਪਣਾ ਸਰੀਰਕ ਸੋਚ ਹੈਗੀ ਹੈ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਸ਼ਤਰੂ ਹੈਗੇ ਹਾਂ ਟੂਡੇਜ਼ ਈਜ਼ੀ ਗੋਇੰਗ ਪ੍ਰੀਚਿੰਗ ਐਸ ਬ੍ਰੇਨ ਵਾਸ਼ਡ ਅਸ ਇਨਟੂ ਥਿੰਕਿੰਗ that everything is okay ਅੱਜ ਕੱਲ੍ਹ ਜਿਹੜੇ ਪ੍ਰਚਾਰ ਹੈਗੇ ਨੇ ਉਹ ਇੰਨੇ ਆਪਣਾ ਸਸਤੇ ਕਰਕੇ ਲੋਕਾਂ ਨੂੰ ਸੁਣਾਏ ਜਾਂਦੇ ਨੇ ਕਿ ਲੋਕਾਂ ਨੂੰ ਆਪਣਾ ਜਿਹੜੀ ਆਪਣੀ ਬੁਰਾਈਆਂ ਨੇ ਉਹ ਨਜ਼ਰ ਨਹੀਂ ਆਉਂਦੀਆਂ ਗੋ ਹੋਮ ਐਂਡ ਰੀਡ ਚੈਪਟਰ 8 ਆਫ ਰੋਮਨਸ ਘਰ ਜਾ ਕੇ ਤੁਸੀਂ ਰੋਮੀਓ 8 ਪੜ੍ਹੋ ਪਲੀਜ਼ ਯੂ ਕੈਨ ਰੀਡ ਇਟ 100 ਟਾਈਮਸ ਤੁਸੀਂ ਉਹਨੂੰ 100 ਵਾਰੀ ਪੜ੍ਹ ਸਕਦੇ ਹੋ ਆਈ ਗਾਰੰਟੀ ਯੂ ਵਿਲ ਨੈਵਰ ਬੀ ਬੋਰਡ ਮੈਂ ਇੱਕ ਚੀਜ਼ ਦੀ ਗਾਰੰਟੀ ਕਰਨਾ ਤੁਹਾਨੂੰ ਉਹ ਹਮੇਸ਼ਾ ਰੋਚਕ ਲੱਗੇਗਾ ਬਿਕੋਜ਼ that one chapter has so much information about our carnal state kyunki us chapter hi sada jara sharirik soch hagi hai unde bare bahut kuch hai that god may grant us the grace to change this carnal mind into a mind acceptable renewed mind ki parmeshwar sade te anugrah kare ki assi apni jara apna sharirik dimag hai unde badlav lya sakiye we have to depend on the holy spirit ਬਹੁਤ ਜ਼ਰੂਰੀ ਹੈ ਕਿ ਅਸੀਂ ਪਵਿੱਤਰ ਆਤਮਾ 'ਤੇ ਨਿਰਭਰ ਹੋਈਏ ਵੀ ਹੈਵ ਟੂ ਲਿਫਟ ਅਪ ਆਵਰ ਆਈਜ਼ ਐਂਡ ਲੁੱਕ ਐਟ ਦ ਬ੍ਰੇਜ਼ਨ ਸਰਪੈਂਟ ਹੈਂਗਿੰਗ ਔਨ ਦ ਕ੍ਰੋਸ ਆਪਾਂ ਨੂੰ ਆਪਣੀ ਨਜ਼ਰ ਉਠਾ ਕੇ ਜਿਹੜਾ ਕ੍ਰੂਸ 'ਤੇ ਜਿਹਨੇ ਜਾਨ ਦਿੱਤੀ ਸਾਡੇ ਵਾਸਤੇ ਉਹਨੂੰ ਵੇਖਣਾ ਚਾਹੀਦਾ ਵੀ ਹੈਵ ਟੂ ਲੁੱਕ ਐਟ ਲਾਰਡ ਜੀਸਸ ਕ੍ਰਾਈਸਟ ਸਾਨੂੰ ਪ੍ਰਭੂ ਯਿਸੂ ਮਸੀਹ ਦੇਖਣਾ ਚਾਹੀਦਾ ਇਟ ਇਜ਼ ਦ ਲਾਰਡ ਹੋਲੀ ਸਪਿਰਿਟ ਹੂ ਕੈਨ ਚੇਂਜ ਦ ਕਾਰਨਲ ਹਾਰਟ ਇਨ ਟੂ ਅ ਹਾਰਟ ਐਕਸੈਪਟੇਬਲ ਟੂ ਗੋਡ ਇੱਕ ਪਵਿੱਤਰ ਆਤਮਾ ਹੈਗਾ ਜਿਹੜਾ ਸਾਡਾ ਸਰੀਰਕ ਦਿਮਾਗ ਨੂੰ ਬਦਲ ਕੇ ਸਾਨੂੰ ਉਹ ਸੋਚ ਦੇ ਸਕਦੀ ਹੈ ਜਿਹੜਾ ਕਿ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ
When you sit back and think, what in a day, what does your mind think about? ਕਿ ਜਦੋਂ ਤੁਸੀਂ ਬੈਠ ਕੇ ਸੋਚਦੇ ਹੋ ਇੱਕ ਦਿਨ ਵਿੱਚ ਤੁਹਾਡੀ ਸੋਚਾਂ ਨੇ ਕਿੱਥੇ ਕਿੱਥੇ ਗਈਆਂ? What does it think about? Does it think about what portion of the 24 hours does our mind think about God? 24 ਘੰਟੇ ਜੋ ਕਿੰਨੇ ਘੰਟੇ ਅਸੀਂ ਪਰਮੇਸ਼ਵਰ ਦੇ ਬਾਰੇ ਸੋਚਿਆ? How what percentage of our mind, our heart is mind and heart is willing to do God's work? ਸਾਡਾ ਦਿਲ ਤੇ ਦਿਮਾਗ ਕਿੰਨਾ ਹੈਗਾ ਜਿਹੜਾ ਕਿ ਪਰਮੇਸ਼ਵਰ ਦੇ ਕੰਮਾਂ ਨੂੰ ਕਰਨ ਨੂੰ ਤਿਆਰ ਹੈ? Do we feel uncomfortable living in this world that we want to be in the presence of the Almighty God? ਕੀ ਅਸੀਂ ਇਸ ਸੰਸਾਰ 'ਚ ਆਪਣੇ ਆਪ ਨੂੰ ਅੱਛਾ ਮਹਿਸੂਸ ਨਹੀਂ ਕਰਦੇ ਤਾਂ ਅਸੀਂ ਪਰਮੇਸ਼ਵਰ ਦੇ ਕੋਲ ਜਾਣਾ ਚਾਹੁੰਦੇ ਹਾਂ? Our whole life is involved in living here. ਸਾਡਾ ਜਿਹੜਾ ਪੂਰਾ ਜਿਹੜਾ ਸੋਚ ਹੈਗੀ ਹੈ ਉਹ ਸਿਰਫ ਐਸੀ ਸੰਸਾਰ ਦੀ ਗੱਲਾਂ ਨਾਲ ਜੁੜੀ ਹੈ. Because we have been taught that we are saved and we don't have to do anything more about it. ਕਿਉਂਕਿ ਸਾਨੂੰ ਸਿਖਾਇਆ ਗਿਆ ਕਿ ਅਸੀਂ ਬੱਚੇ ਹੋਏ ਹੈਗੇ ਹਾਂ, ਸਾਨੂੰ ਹੋਰ ਕੁਝ ਕਰਨ ਦੀ ਜ਼ਰੂਰਤ ਨਹੀਂ ਹੈਗੀ. ਬਟ ਵੀ ਹੈਵ ਟੂ ਰੀਨਿਊ ਆਵਰ ਮਾਈਂਡ. ਪਰ ਸਾਨੂੰ ਆਪਣੀ ਸੋਚ ਨੂੰ ਬਦਲਣ ਦੀ ਜ਼ਰੂਰਤ ਹੈ. ਵਿਦ ਦ ਹੋਲੀ ਸਪਿਰਿਟ, ਪਵਿੱਤਰ ਆਤਮਾ ਦੀ ਮਦਦ ਦੇ ਨਾਲ. ਵੀ ਹੈਵ ਟੂ ਗੋ ਫਰਮ ਅ ਕਾਰਨਲ ਮਾਈਂਡ ਟੂ ਦ ਮਾਈਂਡ ਵਿਚ ਇਜ਼ ਰੀਨਿਊਡ ਬਾਈ ਦ ਹੋਲੀ ਸਪਿਰਿਟ. ਆਪਾਂ ਨੂੰ ਸਰੀਰਕ ਸੋਚ ਦੇ ਦਿਮਾਗ ਤੋਂ ਬਦਲ ਕੇ ਆਪਣੇ ਆਪ ਨੂੰ ਉਸ ਦਿਮਾਗ ਜਾਣਾ ਹੈ ਜਿੱਥੇ ਸਾਡੀ ਪਵਿੱਤਰ ਆਤਮਾ ਲੈ ਕੇ ਜਾਂਦੀ ਹੈ. ਦੇਰ ਆਰ ਨੋ ਕੰਕਰੀਟ ਸਟੈਪਸ ਟੂ ਡੂ ਇਟ. ਕੋਈ ਇਹਦੇ ਆਪਣਾ ਫਾਰਮੂਲਾ ਨਹੀਂ ਹੈਗਾ ਇਹਦਾ ਕੋਈ. ਯੂ ਹੈਵ ਟੂ ਕਮਿਊਨੀਕੇਟ ਵਿਦ ਦ ਹੋਲੀ ਸਪਿਰਿਟ. ਤੁਹਾਨੂੰ ਆਪਣਾ ਜਿਹੜਾ ਸਾਂਝ ਹੈਗੀ ਹੈ ਉਹ ਪਵਿੱਤਰ ਆਤਮਾ ਨਾਲ ਪਾਣੀ ਜ਼ਰੂਰੀ ਹੈ. ਆਈ ਕੈਨ ਗਿਵ ਯੂ 1, 2, 3 ਸਟੈਪਸ ਬਟ ਇਟ ਵਿਲ ਨਾਟ ਵਰਕ ਇਫ ਯੂ ਡੋਂਟ ਨੋ ਦ ਗੋਡ ਹੋਲੀ ਸਪਿਰਿਟ. ਜੇ ਤੁਸੀਂ ਪਵਿੱਤਰ ਆਤਮਾ ਨਾਲ ਨਾਤਾ ਨਹੀਂ ਜੋੜਿਆ ਆ ਫਿਰ ਤੁਹਾਨੂੰ ਕੋਈ ਮੈਂ ਸਟੈਪਸ ਵੀ ਦੱਸ ਦੇਵਾਂ ਉਹਦਾ ਕੋਈ ਫਾਇਦਾ ਨਹੀਂ ਹੋਏਗਾ. ਯੂ ਹੈਵ ਟੂ ਲਿਸਨ ਟੂ ਦ ਵੌਇਸ ਆਫ ਦ ਹੋਲੀ ਸਪਿਰਿਟ. ਤੁਹਾਨੂੰ ਜ਼ਰੂਰੀ ਹੈ ਕਿ ਪਵਿੱਤਰ ਆਤਮਾ ਦੀ ਆਵਾਜ਼ ਨੂੰ ਸੁਣੋ. ਓ ਪੀਪਲ ਸੇ ਓ ਹਾਊ ਕੈਨ ਆਈ ਹੀਅਰ ਦ ਹੋਲੀ ਸਪਿਰਿਟ. ਲੋਕੀ ਕਹਿੰਦੇ ਨੇ ਮੈਂ ਪਵਿੱਤਰ ਆਤਮਾ ਨੂੰ ਕਿਵੇਂ ਸੁਣ ਸਕਦਾ? ਦੈਟਸ ਅ ਪ੍ਰੋਬਲਮ ਯੂ ਹੈਵ ਟੂ ਸੋਲਵ ਵਿਦ ਗੋਡ. ਇਹ ਜਿਹੜੀ ਸਮੱਸਿਆ ਹੈਗੀ ਤੁਹਾਨੂੰ ਪਰਮੇਸ਼ਵਰ ਦੇ ਨਾਲ ਹੀ ਆਪਣਾ ਇਹਦਾ ਹੱਲ ਕਰਨਾ ਹੈ. ਫੋਰ ਅ ਚੇਂਜ ਗੋ ਡਾਊਨ, ਨੀਲ ਡਾਊਨ ਬਿਫੋਰ ਗੋਡ ਐਂਡ ਸੇ ਆਈ ਵਿਲ ਨਾਟ ਲੀਵ ਯੂ ਟਿਲ ਆਈ ਹੀਅਰ ਫਰੋਮ ਯੂ. ਟ੍ਰਾਈ ਇਟ. ਤੁਹਾਨੂੰ ਜੇ ਆਪਾਂ ਨੂੰ ਚਾਹੀਦਾ ਕਿ ਅਸੀਂ ਘੁੱਟਣੇ ਦੇ ਬਾਅਦ ਹੋ ਕੇ ਪਰਮੇਸ਼ਵਰ ਕੋਲ ਜਾਈਏ ਕਿ ਮੈਂ ਤੁਹਾਨੂੰ ਨਹੀਂ ਛੋੜਦਾ ਜਿਸ ਤੱਕ ਕਿ ਮੇਰੀ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ. ਹੀ ਵਿਲ ਗਾਈਡ ਯੂ, ਹੀ ਵਿਲ ਟਾਕ ਟੂ ਯੂ. ਪਰਮੇਸ਼ਵਰ ਦੀ ਪਵਿੱਤਰ ਆਤਮਾ ਤੁਹਾਨੂੰ ਬਦਲੇਗੀ, ਉਹੀ ਤੁਹਾਨੂੰ ਰਸਤਾ ਦਿਖਾਏਗੀ. ਬਿਕਮ ਰੈਸਟਲੈਸ. ਬਿਕਮ ਰੈਸਟਲੈਸ. ਤੁਸੀਂ ਆਪਣੇ ਆਪ ਨੂੰ ਬੇਚੈਨੀ ਤਰ੍ਹਾਂ ਮਹਿਸੂਸ ਕਰੋ. ਗੈਟ ਆਊਟ ਆਫ ਦਿਸ ਕੰਫਰਟ ਜ਼ੋਨ. ਆਪਣਾ ਜਿਹੜਾ ਤੁਸੀਂ ਆਪਣੇ ਆਪ ਨੂੰ ਆਰਾਮ ਦੀ ਸਥਿਤੀ ਬਣਾਈ ਹੋਈ ਹੈ ਉਹਦੇ ਤੋਂ ਬਾਹਰ ਨਿਕਲੋ. ਗੈਟ ਆਊਟ ਆਫ ਦਿਸ ਮੈਂਟੈਲਿਟੀ ਵੇ ਯੂ ਆਰ ਡਿਪੈਂਡਿੰਗ ਔਨ ਅਦਰਸ ਫਾਰ ਗੋਡਸ ਵੌਇਸ. ਉਹ ਆਪਣਾ ਸੋਚ ਤੋਂ ਬਾਹਰ ਨਿਕਲੋ ਜਿੱਥੇ ਤੁਸੀਂ ਦੂਸਰਿਆਂ ਤੇ ਨਿਰਭਰ ਹੁੰਦੇ ਹੋ ਪਰਮੇਸ਼ਵਰ ਦੀ ਆਵਾਜ਼ ਸੁਣਨ ਵਾਸਤੇ. ਯੂ ਗੋ ਟੂ ਗੋਡ ਐਂਡ ਆਸਕ ਹਿਮ, ਲਾਰਡ ਆਈ ਵਾਂਟ ਟੂ ਲਿਸਨ ਫਰਮ ਯੂ. ਤੁਸੀਂ ਖੁਦ ਜੇ ਪਰਮੇਸ਼ਵਰ ਨੂੰ ਕਹੋ ਕਿ ਮੈਂ ਤੁਹਾਡੀ ਆਵਾਜ਼ ਖੁਦ ਸੁਣਨਾ ਚਾਹੁੰਦਾ. ਆਈ ਵਾਂਟ ਟੂ ਹੀਅਰ ਯੂ. ਮੈਂ ਤੁਹਾਨੂੰ ਸੁਣਨਾ ਚਾਹੁੰਦਾ. ਇਟ ਨੀਡਸ ਟਾਈਮ. ਉਹਦੇ ਵਾਸਤੇ ਸਮੇਂ ਦੀ ਜ਼ਰੂਰਤ ਹੈ. ਇਟ ਨੀਡਸ ਡੈਡੀਕੇਸ਼ਨ. ਉਹਦੇ ਵਾਸਤੇ ਆਪਣਾ ਦਿਲ ਨਾਲ ਲਗਾਉਣ ਦੀ ਜ਼ਰੂਰਤ ਹੈਗੀ ਹੈ. ਬਾਈਬਲ ਸੇਜ਼ ਡੈਨੀਅਲ ਪਰਪਸਡ ਇਨ ਹਿਸ ਲਾਈਫ ਇਨ ਹਿਸ ਹਾਰਟ. ਜਿਵੇਂ ਦਾਨੀਅਲ ਬਾਰੇ ਲਿਖਿਆ ਕਿ ਦਾਨੀਅਲ ਨੇ ਆਪਣੇ ਜੀਵਨ ਵਿੱਚ ਇੱਕ ਸੋਚ ਬਣਾਈ, ਸਮੇਂ ਬਣਾਇਆ, ਰਸਤਾ ਬਣਾਇਆ. ਆਵਰ ਪਰਪਸ ਇਜ਼ ਵਰਕ ਫਾਰ ਫਿਊ ਡੇਜ਼. ਪੜਵੀ ਆਵਰ ਪਰਪਸ ਵਰਕਸ ਫਾਰ ਫਿਊ ਡੇਜ਼. ਸਾਡਾ ਜਿਹੜੀ ਸੋਚ ਹੈਗੀ ਥੋੜ੍ਹੇ ਦਿਨ ਤਾਂ ਠੀਕ ਰਹਿੰਦੀ ਹੈ. ਦ ਥਿੰਗਸ ਆਫ ਦ ਵਰਲਡ ਵਿਲ ਕਮ ਐਂਡ ਰਿਮੂਵ ਇਟ ਅਵੇ. ਫਿਰ ਸੰਸਾਰ ਦੀ ਚੀਜ਼ਾਂ ਆ ਕੇ ਉਹਨਾਂ ਨੂੰ ਦੂਰ ਕਰ ਦਿੰਦੀਆਂ ਨੇ. We said, Lord, okay, Lord, I'm going to pray 5 to 6 every day, for example. ਅਸੀਂ ਉਦਾਹਰਣ ਤੌਰ 'ਤੇ ਰੱਬ ਨੂੰ ਕਹਿੰਦਾ ਕਿ ਹਰ ਰੋਜ਼ 5 to 6 ਮੈਂ ਪ੍ਰਾਰਥਨਾ ਕਰਾਂਗਾ. So to do, get up at 5 o'clock, you have to sleep at 8 o'clock. ਅਤੇ ਇਸ ਜੇ ਸਵੇਰੇ ਉੱਠਣਾ ਤਾਂ ਤੁਹਾਨੂੰ 8 ਵਜੇ ਰਾਤੀ ਸੋਣਾ ਪਏਗਾ. ਯੂ ਕੈਨ ਬੀ ਫਰੈਸ਼ ਐਟ 5 o'clock. ਤਾਂ ਕਿ ਤੁਸੀਂ ਆਪਣਾ ਬਿਲਕੁਲ ਤਰੋ ਤਾਜ਼ਾ ਹੋ ਸਵੇਰੇ. ਬਟ ਸੋ ਮੈਨੀ ਥਿੰਗਸ ਕਮ ਅਪ. ਪਰ ਬਹੁਤ ਸਾਰੀ ਚੀਜ਼ਾਂ ਆ ਜਾਂਦੀਆਂ ਨੇ. ਦੈਟ ਵੀ ਕਾਂਟ ਸਲੀਪ ਇਨ ਟਾਈਮ. ਅਤੇ ਅਸੀਂ ਸਮੇਂ 'ਤੇ ਸੋ ਨਹੀਂ ਪਾਉਂਦੇ. ਦ ਫਸਟ 2 ਡੇਜ਼ ਦ ਜੋਸ਼ ਇਜ਼ ਦੇਅਰ, ਦੈਟ ਡਰਾਈਵ ਇਜ਼ ਦੇਅਰ. ਪਹਿਲੇ 2 ਦਿਨ ਤਾਂ ਆਪਾਂ ਪੂਰਾ ਆਪਣਾ ਜੋਸ਼ ਭਰਿਆ ਹੁੰਦਾ. ਵੀਕ ਇੱਕ ਹਫ਼ਤਾ 10 ਦਿਨ ਚੱਲਦਾ. ਆਫਟਰ ਦੈਟ ਥਿੰਗਸ ਵਿਲ ਕਮ ਅਪ. ਫਿਰ ਚੀਜ਼ਾਂ ਆਉਣੀ ਸ਼ੁਰੂ ਹੋ ਜਾਂਦੀਆਂ ਨੇ. ਐਟ 8 o'clock something comes up. 8 ਵਜੇ ਕੋਈ ਨਾ ਕੋਈ ਚੀਜ਼ ਹੋ ਜਾਂਦੀ ਹੈ. Somebody will come home. ਕੋਈ ਘਰ ਆ ਜਾਏਗਾ. There is a problem come up. ਕੋਈ ਸਮੱਸਿਆ ਆ ਜਾਏਗੀ. And then first day maybe you will still wake up 5 o'clock. ਉਸ ਦਾ ਪਹਿਲੇ ਦਿਨ ਤੁਸੀਂ ਉੱਠ ਜਾਗ ਜਾਓ 5 ਵਜੇ. Second day you say, oh, I'm so tired, maybe I'll sleep half an hour. ਉਹ ਕਹਿੰਦਾ ਵੀ ਦੂਜੇ ਦਿਨ ਕਹਿੰਦਾ ਥੋੜ੍ਹੇ ਦੇਰ ਹੋਰ ਸੋ ਲਵਾਂ ਮੈਂ. Slowly it goes away. ਹੌਲੀ ਹੌਲੀ ਚੀਜ਼ ਹਟ ਜਾਂਦੀ ਹੈ. You see, and then how will God speak to us? ਕਿਵੇਂ ਫਿਰ ਪਰਮੇਸ਼ਵਰ ਸਾਡੇ ਨਾਲ ਗੱਲ ਕਰੇਗਾ? ਹੀ ਵੋਂਟ ਥਰੋ ਪਰਲਸ ਬਿਫੋਰ ਸਵਾਈਨ. ਉਹ ਸੂਰਾ ਅੱਗੇ ਮੋਤੀ ਨਹੀਂ ਸਿੱਟਦਾ. ਇਫ ਵੀ ਗੋ ਬੈਕ ਟੂ ਦ ਵੋਮਿਟ, ਵਾਟ ਆਰ ਵੀ? ਜੇ ਅਸੀਂ ਪੁਰਾਣੇ ਚੀਜ਼ ਚਲੇ ਜਾਣਾ ਤਾਂ ਅਸੀਂ ਕੌਣ ਹੈਗੇ ਹਾਂ? ਐਂਡ ਡੌਗਸ ਵਿਲ ਨਾਟ ਐਂਟਰ ਦ ਕਿੰਗਡਮ ਆਫ ਗੋਡ, ਦ ਬਾਈਬਲ ਸੇਜ਼. ਇਸ ਕਰਕੇ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਜਿਹੜੇ ਕੁੱਤੇ ਹੈਗੇ ਨੇ ਉਹਨਾਂ ਨੂੰ ਸਵਰਗ ਦੀ ਜਗ੍ਹਾ ਨਹੀਂ ਮਿਲਦੀ. ਵੇਕ ਅਪ ਮਾਈ ਡੀਅਰ ਬ੍ਰਦਰਸ ਐਂਡ ਸਿਸਟਰਸ, ਇਟਸ ਟਾਈਮ
We are not in the comfort zone here. We are in a war zone. Mere bhain bhai aste is karke taiyar ho apa te sustan waste nahi hage taiyar hon waste hage. In 87 I was in the war zone. 87 is main apna ladai jagah siga. 48 hours we didn't sleep. 48 ghante se sutte nahi. We have to be awake. Sanu jagna zaruri si. Waiting. Intezar vich. Watching. Khyal dekhte si. What God is telling us. Parmeshwar hi keh reha hai. Even if you have to put one day leave from work and pester God and say, Lord, I want to hear you. I won't leave you. Do it. It's worth it to lose one day's wages. ਜੇ ਤੁਹਾਨੂੰ ਛੁੱਟੀ ਵੀ ਲੈਣੀ ਪਏ ਇੱਕ ਦਿਨ ਦੀ ਤਾਂ ਉਹ ਵੀ ਬੁਰਾਈ ਨਹੀਂ ਹੈਗੀ ਪਰ ਤੁਸੀਂ ਪਰਮੇਸ਼ਰ ਦੇ ਮਗਰ ਲੱਗੋਗੇ ਆਪਣੇ ਬਦਲਾਵ ਲੈ ਕੇ ਆਓ ਚਾਈਲਡ ਇਜ਼ ਸਿਕ ਵੀ ਵਿਲ ਟੇਕ ਵਨ ਡੇ ਵੈਕੇਸ਼ਨ ਜਦੋਂ ਕਿ ਬੱਚਾ ਬਿਮਾਰ ਹੁੰਦਾ ਤਾਂ ਆਪਾਂ ਜ਼ਰੂਰ ਛੁੱਟੀ ਲੈਂਦੇ ਹਾਂ ਆਵਰ ਮਾਈਂਡ ਇਜ਼ ਸਿਕ ਵੀ ਵੋਂਟ ਟੇਕ ਵੈਕੇਸ਼ਨ ਪਰ ਜੇ ਸਾਡੀ ਗੋਡ ਇਜ਼ ਨਾਟ ਸੋ ਵਰਥ ਆਫ ਦਿਸ ਜੇ ਆਪਣੀ ਸੋਚਾਂ ਨੂੰ ਨਵਾਂ ਕਰਨਾ ਹੈ ਤਾਂ ਅਸੀਂ ਛੁੱਟੀ ਲੈਂਦੇ ਆ ਕਾਰਨਲ ਮਾਈਂਡ ਇਜ਼ enmity against God. Sharirik dimag jada hai ga parmeshwar da shatru hai. It is not an enemy of God, it is enmity itself, enemy itself. Eh sirf shatruta nahi pura pakka shatru hai ga. It is not having a nature of the enemy, it is the enemy itself. Eh sirf unda swabhav lana nahi hai, unda wajood hi hai ga. It is not unfaithfulness, it is the embodiment itself. Eh unne against apa unfaithful nahi hunde par apa puri tarah unde khilaf hai ga. It is time to renew our mind. ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਆਪਣੇ ਸੋਚਾਂ ਨੂੰ ਬਦਲੀਏ. I'm repeating it again and again. A carnal mind is enmity against God. ਮੈਂ ਗੱਲ ਬਾਰ-ਬਾਰ ਦੁਹਰਾ ਰਿਹਾ ਕਿ ਸਰੀਰਿਕ ਜਿਹੜੀ ਸੋਚ ਹੈਗੀ ਹੈ ਉਹ ਪਰਮੇਸ਼ਵਰ ਦੀ ਸ਼ਤਰੂ ਹੈ. I want you to bow your head, close your eyes and think about what I have spoken. ਮੈਂ ਚਾਹਨਾ ਤੁਸੀਂ ਆਪਣਾ ਸਾਰੇ ਸਿਰ ਤੋਂ ਝੁਕਾਓ ਤੇ ਸੋਚੋ ਕਿ ਮੈਂ ਕੀ ਪ੍ਰਚਾਰ ਕੀਤਾ ਅੱਜ. I'm praying for the Lord Holy Spirit to convict the enormity of this sin. ਮੈਂ ਪ੍ਰਾਰਥਨਾ ਕਰ ਰਿਹਾ ਪਵਿੱਤਰ ਆਤਮਾ ਨੂੰ ਕਿ ਤੁਹਾਨੂੰ ਦੱਸ ਸਕੇ ਕਿ ਤੁਹਾਡਾ ਜਿਹੜਾ ਗੁਨਾਹ ਹੈਗਾ ਉਹ ਕਿੰਨਾ ਵਿਸ਼ਾਲ ਹੈ. Don't look at the person next to you or somebody around because everybody has to look at the creator. He is standing in front of you. ਹਰ ਕਿਸੇ ਨੂੰ ਆਪਣੇ ਜਿਹੜਾ ਰਚਨ ਵਾਲਾ ਹੈਗਾ ਉਹਦੇ ਤੇ ਨਿਗਾਹ ਰੱਖਣੀ ਹੈਗੀ ਹੈ. You are the one who is supposed to answer. It's not your wife or not your husband, not your child. ਤੁਸੀਂ ਆਪਣੀ ਇਸ ਗੱਲ ਦਾ ਜਵਾਬ ਦੇਣਾ ਕੋਈ ਤੁਹਾਡੇ ਬਿਹਾਫ ਤੇ ਜਵਾਬ ਨਹੀਂ ਦੇ ਸਕਦਾ. ਸੋ ਇਟਸ ਟਾਈਮ ਟੂ ਆਸਕ ਗੋਡ, ਲਾਰਡ ਰਿਵੀਲ ਟੂ ਮੀ ਇਫ ਆਈ ਹੈਵ ਅ ਕਾਰਨਲ ਮਾਈਂਡ. ਇਸ ਕਰਕੇ ਪਰਮੇਸ਼ਰ ਨੂੰ ਪੁੱਛੋ ਕਿ ਕਿਆ ਮੇਰਾ ਸਰੀਰਕ ਦਿਮਾਗ ਹੈਗਾ. ਐਮ ਆਈ ਐਟ ਐਨਮਿਟੀ ਵਿਦ ਗੋਡ? ਕਿਆ ਮੈਂ ਤੁਹਾਡਾ ਸ਼ਤਰੂ ਹਾਂ? ਰਿਮੈਂਬਰ ਦ ਇਲਸਟ੍ਰੇਸ਼ਨ, ਇਫ ਵੀ ਗੋ ਵਿਦ ਅ ਕਾਰਨਲ ਮਾਈਂਡ ਵੀ ਵਿਲ ਬੀ ਸਟ੍ਰੇਂਜਰਸ ਇਨ ਹੈਵਨ. ਇਟ ਇਜ਼ ਦ ਡਿਸਕ੍ਰਿਪਸ਼ਨ ਆਫ ਦ ਮੈਨ ਹੂ ਕੇਮ ਵਿਦਆਊਟ ਅ ਵੈਡਿੰਗ ਗਾਰਮੈਂਟ. ਜੇ ਆਪਾਂ ਇਹ ਸੋਚਦਾ ਜਾਵਾਂਗੇ, ਸਰੀਰਕ ਸੋਚਦਾ ਜਾਵਾਂਗੇ ਤੇ ਸਵਰਗ ਜਾ ਕੇ ਸਾਡਾ ਉਹ ਪਰਮੇਸ਼ਰ ਸ਼ਤਰੂ ਨਜ਼ਰ ਆਏਗਾ. ਲੈਟਸ ਨਾਟ ਬੀ ਇਨ ਦੈਟ ਸਿਚੁਏਸ਼ਨ. ਅਸੀਂ ਇਹ ਜਿਹੜੀ ਆਪਣਾ ਸਮੱਸਿਆ ਹੈਗੀ ਹੈ ਇਹਨੂੰ ਛੋਟਾ ਨਾ ਮੰਨੀਏ. Father, we confess that we have had carnal minds which has been enmity against you. We pray, Lord, that you give us the grace to renew our mind with your scripture, with your word, that, Lord, that we may constantly renew our mind, Lord, that we may be your friend, not your enemy, Lord. Father, we pray, Lord, that give us the grace, the conviction in our hearts, that, Lord, that we may realize the enormity of it, Lord, the commonality of it, Lord Jesus. And Father, the assertion in scripture of it, Father, help us to see it. Lord, open our eyes that we may see. Open our hearts that we may receive the repentance, Lord. Father, that we may repent, we may repent, we may repent on this, Lord Jesus. That we may cry, Lord, we may cry, Father, that our sins will be healed, Lord Jesus. We will be healed, Lord. Our minds will be healed, transformed, Lord Jesus, by the renewing of our minds, Lord. Father, we commit everyone into your hands. Everyone here, Lord, who has a heart, Lord, to change it. Pray, Lord, that you reveal this enormity in their hearts, this enormous sin, Lord, in their hearts, that they may, Lord, repent, and, Lord, that they may be citizens of heaven. Lord, in the name of Jesus, Lord, in the name of Jesus, we ask, Father. Amen.